ਤੇਰਾ ਖੂਬੰਦਾ ਇਨਕਾਊਂਟਰ ਹੋਇਆ ਸੀਗਾ ਐਸਪੀ ਬਠਿੰਡਾ ਸੀਗਾ ਡਰੈਡ ਕ੍ਰਿਮੀਨਲ ਸੀਗਾ ਉਸ ਟਾਈਮ ਉਸ ਏਰੀਆ ਦਾ ਕਾਫੀ ਮਰਡਰ ਦੇ ਇਸਤੇ ਉੱਪਰ ਐਫ ਆਈ ਆਰ ਸੀਗੀ ਉਹ ਉਹਨੂੰ ਮਾਰਿਆ ਫਾਇਰ ਮਾਰਿਆ ਜਦੋਂ ਅਸੀਂ ਉਹਦੀ ਗੱਡੀ ਫਸਾਲੀ ਨਾ ਕਿਉਂਕਿ ਅਸੀਂ ਤੋਂ ਗੱਡੀ ਨੂੰ ਚੇਜ ਕਰ ਰਹੇ ਸੀਗੇ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਉੱਥੇ ਉਹਨਾਂ ਦੇ ਨਾਲ ਮੁਠਬੇੜ ਹੋ ਗਈ ਤੋਂ ਅਸੀਂ ਉਹਨੂੰ ਦੇਖਿਆ ਕਿ ਉਹਦੇ ਨਾਲ ਇੱਕ ਕੁੜੀ ਵੀ ਸੀਗੀ ਤੋਂ ਐਕਡਮ ਧੜਧੜ ਬਸ ਸਡਨਲੀ ਹੋਇਆ ਜੀ ਬਟ ਚਲੋ ਇੱਕ ਲਾਈਵ ਇਨਕਾਊਂਟਰ ਜੀ ਮੈਨੂੰ ਫੋਨ ਆਇਆ ਫਲਾਣ ਫਲਾਣ ਗੱਡੀ ਮੇਰੇ ਕੋ 0045 ਹਜੇ ਵੀ ਗੱਡੀ ਦਾ ਨਾਮ ਹੈ ਕਿ ਕੁਲਦੀਪ ਦੀ ਗੱਡੀ ਹੈਗੀ ਇਸ ਵਿੱਚ ਫਲਾਣਾ ਫਲਾਣਾ ਬੰਦਾ ਹੈਗਾ ਕਾਫੀ ਇਹ ਗੋਲੀ ਮਾਰਦਾ ਹੈ ਸਿੱਧਾ ਉਹਨੂੰ ਪਤਾ ਸੀ ਕਿ ਉਹਦੇ ਵੀ ਸ਼ੇਰ ਖੋਬਣੇ ਹਾਂ ਹਾਂ ਇਹ ਸੀਗਾ ਕਿ ਉਹ ਪਾਰਟਿਕੂਲਰ ਉਹੀ ਬੰਦਾ ਹੈ ਉਹਦੇ ਚ ਨਾ ਔਰ ਔਰ ਅਨਫੋਰਚਨਟਲੀ ਉਹ ਨਾ 2 ਦਿਨ ਪਹਿਲਾਂ ਚੰਡੀਗੜ੍ਹ ਮੇ ਫਿਰੋਜ਼ਪੁਰ ਦੀ ਔਰ ਚੰਡੀਗੜ੍ਹ ਪੁਲਿਸ ਨੇ ਉਸਕੋ ਕਿਰਾ ਪਾਇਆ ਸੀਗਾ ਬਟ ਉਹ ਉੱਥੇ ਫਾਇਰ ਕਰਕੇ ਪੁਲਿਸ ਪਾਰਟੀ ਨੇ ਉਹ ਨਿਕਲ ਗਿਆ ਸੀਗਾ ਚੰਡੀਗੜ੍ਹ ਇਹ ਲਾਰਸ ਬਿਸ਼ਨੋਈ ਨੂੰ ਵੀ ਅਰੈਸਟ ਤੁਸੀਂ ਕੀਤਾ ਇਸੋ ਦੇ ਬਿਲਕੁਲ ਉਹਨਾਂ ਨੂੰ ਲੈ ਕੇ ਜੈਪੁਰ ਸੇ ਅਸੀਂ ਅਰੈਸਟ ਕਰਕੇ ਲੈ ਕੇ ਆਏ ਉਸ ਤੋਂ ਬਾਅਦ ਇਹ ਮਤਲਬ ਤਕਰੀਬਨ ਉਸ ਟਾਈਮ ਤੋਂ ਹੀ ਜੇਲ੍ਹ ਮੇਂ ਹੈ ਮਤਲਬ ਫਸਟ ਟਾਈਮ ਉਸੇ ਟਾਈਮ ਹੀ ਅਰੈਸਟ ਕੀਤਾ ਸੀ ਉਹ ਫੌਜੰਦਰ ਗੱਡੀ ਉਸ ਟਾਈਮ ਉਹਨਾਂ ਨੇ ਜਲੰਧਰੋਂ ਮੇਂ ਕਿਸੇ ਜੱਜੀ ਵੀ ਆਪਣੇ ਉਹ ਨਾ ਉਹਨਾਂ ਤੋਂ ਉਹਨਾਂ ਤੋਂ ਖੋਈ ਸੀਗੀ ਮੈਨੂੰ ਪਤਾ ਸੀਗਾ ਮਤਲਬ ਇਹ ਬਿਲਕੁਲ ਕਲੀਅਰ ਸੀਗੀ ਕਿ ਬਈ ਇਹ ਬੰਦਾ ਇਹਨੂੰ ਰੋਕਦਾ ਤਾਂ ਸੀਦਾ ਗੋਲੀ ਮਾਰ ਦਿਆ ਉਹ ਪੜੋਸ ਮੇਂ ਕਰ ਲੈ ਕੇ ਰਹਿ ਰਿਹਾ ਸੀਗਾ ਬਾਅਦ ਪਤਾ ਲੱਗਿਆ ਜਿੱਥੇ ਤੁਹਾਡੀ ਕੋਠੀ ਸੀ ਚਾਰ ਘਰ ਛੱਡ ਕੇ ਰਹਿ ਰਿਹਾ ਸੀਗਾ ਜਿੱਥੇ ਤੁਹਾਡੀ ਕੋਠੀ ਸੀਗਾ ਚਾਰ ਘਰ ਛੱਡ ਕੇ ਰਹਿ ਰਿਹਾ ਉੱਪਰ ਰੋਜ਼ ਸਾਨੂੰ ਜੋ ਘਰ ਮਿਲਿਆ ਹੋਇਆ ਸੀਗਾ ਜੋ ਘਰ ਮਿਲਿਆ ਉਹਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀਗਾ ਉਹ ਰੋਜ਼ ਉੱਥੇ ਪਾਰਕ 'ਚ ਬੈਠਦਾ ਸੀਗਾ ਉਹਦੇ ਨਾਲ ਸਾਨੂੰ ਪਤਾ ਹੀ ਨਹੀਂ ਮਰ ਕੋਲੇ ਜੋ ਉਸ ਟਾਈਮ ਵੈਪਨ ਸੀਗਾ ਗਲਕ ਵੈਪਨ ਸੀਗਾ ਸਾਡੇ ਕੋਲੇ ਵੀ ਨਹੀਂ ਉਹ ਟਾਈਮਾਂ 'ਚ ਗਲਕ ਵੈਪਨ ਗਲਕ ਵੈਪਨ ਦਗਮਾਦਾ ਵੀ ਰੱਖਣਾ ਚਾਹੀਦਾ ਫਿਰ ਐਕਸੈਪਟ ਕਰਨੇ ਦਾ ਟਿਲ ਦਾ ਲਾਸਟ ਟਾਈਮ ਤੱਕ ਵੀ ਅਸੀਂ ਕਰਾਇਆ ਬਟ ਇਹ बिकॉज ਇਹ ਬਹੁਤ ਇਹ ਇੱਕ ਆਈਆਰਸੀ ਬੰਦੇ ਹੁੰਦੇ ਇਹ ਕੋਈ ਮਤਲਬ ਮੈਂ ਨਹੀਂ ਕਹਿ ਸਕਦਾ ਇਹਨਾਂ ਚ ਇਹਨਾਂ ਵੀ ਦਮ ਹੋਣਾ ਚਾਹੀਦਾ ਜੀ ਤੁਸੀਂ ਪੋਸਟ ਪਾਈ ਹੈ ਤੁਸੀਂ ਜ਼ਿੰਮੇਵਾਰੀ ਲਈ ਤੁਸੀਂ ਉਹਨੂੰ ਗਾਂਹ ਤੱਕ ਵੀ ਲੈ ਕੇ ਐਕਸੈਪਟ ਕਰੋ ਕੋਰਟ ਮੇ ਵੀ ਜਾ ਕੇ ਬਟ ਨਹੀਂ ਕਿਉਂਕਿ ਉੱਥੇ ਜਾ ਕੇ ਫਿਰ ਇਹਨਾਂ ਨੂੰ ਡਰ ਵੀ ਲੱਗਦਾ ਇਹ ਜਿਹੜਾ ਰਸਤਾ ਇਹ ਬਹੁਤ ਹੀ ਖਤਰਨਾਕ ਰਸਤਾ ਹੈ ਇਹਦਾ ਅੰਤ ਹੈ ਉਹ ਬਹੁਤ ਬੁਰਾ ਅੰਤ ਹੈ ਐਂਡ ਤੁਸੀਂ ਦੇਖੋਗੇ ਇਹ ਜਿੰਨੇ ਵੀ ਬੰਦੇ ਹੈਗੇ ਜੋ ਉਨੇ ਆਪਕੋ ਇਸ ਟਾਈਪ ਦੇ ਗਲੋਰੀ ਫਾਇਰ ਦਾ ਉਹਨਾਂ ਦਾ ਅੰਤ ਬਹੁਤ ਬੁਰਾ ਹੈ ਕਹਿੰਦੇ ਪੰਜਾਬ ਦੇ ਵਿੱਚ ਸਰਕਾਰ ਕੋਈ ਵੀ ਪਾਵਰ ਚ ਹੋਵੇ ਪਰ ਕੁਲਦੀਪ ਚਾਲ ਹਮੇਸ਼ਾ ਪਾਵਰ ਹੋ ਰਹੀ ਹੈ ਬਤੌਰ ਐਸਆਈ ਉਸ ਤੋਂ ਬਾਅਦ ਐਸਪੀ ਫਿਰ ਐਸਪੀ ਸੀਪੀ ਕੀ ਕੁਝ ਬਦਲਿਆ ਕੁਲਦੀਪ ਚਾਲ ਦੀ ਲਾਈਨ ਜਦੋਂ ਪਿੰਡੋ ਆਏ ਸੀਗੇ ਬਿਲਕੁਲ ਹੀ ਮਤਲਬ 80 ਕਾ ਬਈ ਪੜਨਾ ਬਸ ਪੜਨਾ ਹੈ ਤੇ ਕੁਝ ਬੰਨ ਜੇਬ ਚ ਬਸ ਚਾਹ ਕੋਫੀ ਦੇ ਪੈਸੇ ਚਾ ਕੋਫੀ ਤਾਂ ਅਸੀਂ ਪਿੰਦੇ ਹੀ ਨਹੀਂ ਸੀਗੇ ਚਾਹ ਵਗੈਰਾ ਹੀ ਪਿੰਦੇ ਸੀ ਪਿੰਡਾਂ ਚਾਹ ਜਿਆਦਾ ਪੀਂਦੇ ਹਾਂ ਚਾਹ ਕੋਫੀ ਤਾਂ ਇੱਥੇ ਹੀ ਆ ਕੇ ਸਿੱਖੀ ਹੈ ਬਸ ਮੈਂ ਕਬੱਡੀ ਦਾ ਪਲੇਅਰ ਸੀਗਾ ਅਸੀਂ ਕਾਫੀ 10 12 15 ਸਾਲ ਅਸੀਂ ਕਬੱਡੀ ਖੇਡੀ ਹੈ ਐਂਡ ਬੜਾ ਵੇਟ ਤੇ ਜਿਵੇਂ ਪਿੰਡਾਂ ਚ ਸ਼ੁਰੂ ਕਰਦੇ ਹਾਂ ਛੋਟੇ ਵੇਟ ਤੋਂ ਵੱਡੇ ਵੇਟ ਤੱਕ ਐਂਡ ਸਾਡੇ ਨਾਲ ਦੇ ਪਲੇਅਰ ਹੈ ਕਾਫੀ ਅੱਜ ਕੱਲ ਐਮਐਲਏ ਘਣੋਰਾ ਉਸ ਗੁਰਲਾਲ ਘਣੋਰਾ ਹਾਂ ਗੁਰਲਾਲ ਘਣੋਰਾ ਹੋਰਸ ਰਾਈਡਿੰਗ ਦਾ ਵੀ ਬਹੁਤ ਸ਼ੌਂਕ ਹੈ ਤੁਹਾਨੂੰ ਹਨੀ ਉਹ ਬਚਪਨ ਤੋਂ શીਖ ਗਏ ਪਿੰਡਾਂ 'ਚ ਨਾ ਹਾਂ ਪਿੰਡਾਂ 'ਚ ਅਸੀਂ ਘੋੜੇ-ਗਾੜੇ ਚਲਾ ਲੈਂਦੇ ਸੀਗੇ ਕਿਸੇ ਦਾ ਪੜੋਸੀ ਦਾ ਅੱਜ ਵੀ ਰੱਖਿਆ ਕੋੜੀਆਂ ਬਰੋਂ ਨਹੀਂ ਨਹੀਂ ਮੈਂ ਬਿਲਕੁਲ ਨਹੀਂ ਰੱਖਿਆ ਮੈਂ ਅਸੀਂ ਤਾਂ ਮਜਾ ਵਗੈਰਾ ਰੱਖਦੇ ਕਿਸੇ ਵੀ ਟਾਈਪ ਦਾ ਘੋੜਾ ਦੇ ਦਿਓ ਮੈਂ ਚਲਾ ਲਊਂਗਾ ਉਹਨੂੰ ਚੰਗੀ ਤਰੀਕੀ ਨਾਲ ਸਾਰੇ ਬਿਲਕੁਲ ਜੀ ਉਸਕੋ ਉਸਕੋ ਟ੍ਰੋਟ ਵੀ ਕਰਾ ਦਿੰਦੇ ਹਾਂ ਉਸਕੋ ਕੈਂਟਰ ਵੀ ਕਰਾ ਦਿੰਦੇ ਹਾਂ ਉਹਨੂੰ ਗਲਫ ਵੀ ਕਰਾ ਦਿੰਦੇ ਸਾਡੇ ਵਾਸਤੇ ਜੋ ਚੰਡੀਗੜਾ ਨਾਲ ਇੱਕ ਪਿਕਨਿਕ ਹੁੰਦੀ ਸੀ ਕਿ ਬਹੁਤ ਵੱਡੀ ਗੱਲ ਹੁੰਦੀ ਸੀ ਮੈਨੂੰ ਯਾਦ ਹੈ ਇੱਕ ਵਾਰ ਮੁਹਾਲੀ ਅਸੀਂ ਨਾ ਮ ਇੱਕ ਦਿਨ ਗੱਲ ਹੈ ਇੱਕ ਟੂਰਨਾਮੈਂਟ ਖੇਲਣ ਆਏ ਸੀਗੇ ਕਬੱਡੀ ਦਾ ਜਿਹੜਾ ਆਪਣਾ ਸਿੰਘ ਸੇ ਦਾ ਗੁਰਦੁਆਰਾ ਸ਼ਾਹਵਾਂ ਉਹਦੇ ਸਾਹਮਣੇ ਸੀਗਾ ਜੀ ਇੱਕ ਮੂਰਤੀ ਗੱਡੀ 'ਚ ਆਏ ਸੀਗੇ ਉਹਦੇ 'ਚ 7-8 ਬੰਦੇ ਆ ਫਸਫਸਾ ਕੇ ਆਏ ਸੀਗੇ ਐਤੋਂ ਜਿਹੜੀ ਗੱਡੀ ਸੀਗੀ ਉਹ ਵੀ ਸਿਲੰਡਰ ਵਾਲੀ ਹੁੰਦੀ ਸੀਗੀ ਸਾਨੂੰ ਇੱਕ ਸਰਦਾਰ ਜੀ ਨੇ ਫੜ ਲਿਆ ਕਦੇ ਰਾਜਨੀਤੀ ਚਾਹੁੰਗੇ ਬਹੁਤ ਦੂਰ ਦਾ ਕਿੱਥੇ ਅੱਜਕੱਲ ਕੱਲ ਦਾ ਨਹੀਂ ਪਤਾ ਕਿਸੇ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਆਈਪੀਐਸ ਅਫਸਰ ਨੇ ਪਰ ਜੋ ਅੱਜ ਆਈਪੀਐਸ ਅਫਸਰ ਨਾਲ ਤੁਹਾਨੂੰ ਮਲਾਵਾਂਗੇ ਉਹ ਯੂਥ ਦੇ ਆਈਕਨ ਵੀ ਨੇ ਤੇ ਯੂਥ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਵੀ ਹੈ ਤੇ ਸਿੱਖਣ ਦੀ ਲੋੜ ਵੀ ਹੈ ਕਿਉਂਕਿ ਉਹਨਾਂ ਦੀ ਕਹਾਣੀ ਇਹੋ ਜਿਹੀ ਹੈ ਜੀਨ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਚੰਡੀਗੜ੍ਹ ਦੇ ਵਿੱਚ ਏਐਸਆਈ ਸੇਵਾ ਨਿਭਾਉਂਦੇ ਨੇ ਬਾਅਦ ਦੇ ਵਿੱਚ ਆਪ ਖੁਦ ਪੜ੍ਹ ਕੇ ਸੈਲਫ ਸਟੱਡੀ ਕਰਕੇ ਆਈਪੀਐਸ ਦਾ ਟੈਸਟ ਕਲੀਅਰ ਕਰਦੇ ਤੇ 2009 ਦੇ ਵਿੱਚ ਆਈਪੀਐਸ ਬੈਚ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਕੁਲਦੀਪ ਸਿੰਘ ਚਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸੀਪੀ ਲੁਧਿਆਣਾ ਵਿੱਚ ਆਏ ਹੋ ਬਹੁਤ-ਬਹੁਤ ਧੰਨਵਾਦ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਲੁਧਿਆਣਾ ਦੇ ਵਿੱਚ ਆ ਕੇ ਜਲੰਧਰ ਤੋਂ ਲੁਧਿਆਣਾ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਪੰਜਾਬ ਇਵਨ ਇਨ ਫੈਕਟ ਸਾਰਾ ਹੀ ਪੰਜਾਬ ਬਹੁਤ ਵਧੀਆ ਹੈਗਾ ਐਂਡ ਤੁਸੀਂ ਮਤਲਬ ਤਕਰੀਬਨ ਮੈਂ ਪੰਜਾਬ ਦੇ ਹਰ ਕੋਨੇ 'ਚ ਮerre ਆ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੁਖਸਰ ਐਸਐਸਪੀ ਬਤੌਰ ਮੁਖਸਰ ਸਾਹਿਬ ਐਸਐਸਪੀ ਐਸਪੀ ਅਬੋਹਰ ਤੇ ਬਤੌਰ ਐਸਐਸਪੀ ਹੁਸ਼ਿਆਰਪੁਰ ਮੁਹਾਲੀ ਦਿਨ ਚੰਡੀਗੜ੍ਹ ਤੇ ਸਾਰਾ ਹੀ ਬਹੁਤ ਖੂਬਸੂਰਤ ਹੈਗਾ ਐਂਡ ਬਹੁਤ ਚੰਗੇ ਲੋਗ ਹੈਗੇ ਐਂਡ ਮੈਨੂੰ ਕੋਈ ਫੀਲ ਹੀ ਨਹੀਂ ਹੁੰਦਾ ਕਿ ਮੈਂ ਮੈਂ ਹਰਿਆਣੇ ਤੋਂ ਆਇਆ ਕਿਹੜੇ ਕਿਹੜੇ ਚੈਲੰਜਸ ਤੁਹਾਨੂੰ ਲੱਗਦੇ ਆ ਲੁਧਿਆਣਾ ਵਿੱਚ ਤੁਸੀਂ ਆਏ ਹੋ ਤੁਸੀਂ ਸੀਪੀ ਦੀ ਸੀਟ ਤੇ ਬੈਠੇ ਹੋ ਅੱਜ ਕਿਹੜੇ ਕਿਹੜੇ ਚੈਲੰਜ ਤੁਹਾਨੂੰ ਲੱਗਦਾ ਕਿ ਤੁਹਾਡੇ ਅੱਗੇ ਪਏ ਨੇ ਕਿਉਂਕਿ ਇੱਕ ਬੜੀ ਡੈਂਸ ਪੋਪੂਲੇਸ਼ਨ ਵਾਲਾ ਆਪਾਂ ਕਿਹ ਲਈਏ ਕਿ ਜ਼ਿਲ੍ਹਾ ਗਾ ਲੁਧਿਆਣਾ ਲੁਧਿਆਣਾ ਜੇ ਆਪਾਂ ਗੱਲ ਕਰੀਏ ਕਮਰਸ਼ੀਅਲ ਸਿਟੀ ਹੈਗਾ ਐਂਡ ਇੱਥੇ ਮੈਂ ਮਤਲਬ ਬੜੇ ਬੜੇ ਜਿਹੜੇ ਕਾਰਖਾਨੇ ਹੈਗੇ ਵਪਾਰੀ ਹੈਗੇ ਤੇ ਬਿਜ਼ਨਸ ਬਹੁਤ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਇੱਕ ਬਿਜ਼ਨਸ ਸਿਟੀ ਹੈਗਾ ਤੇ ਇਹੋ ਜਿਹੇ ਚੈਲੰਜ ਵੀ ਹੈਗੇ ਮਾਈਗ੍ਰੇਸ਼ਨ ਜਿਹੜੀ ਪੋਪੂਲੇਸ਼ਨ ਜੋ ਮਾਈਗ੍ਰੇਟਿਡ ਪੋਪੂਲੇਸ਼ਨ ਬਹੁਤ ਹੈਗੀ ਹੈ ਔਰ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮਤਲਬ ਮਲਟੀ ਰਿਲੀਜੀਅਸ ਜਾਂ ਮਲਟੀ ਸਟੇਟਾਂ ਦੇ ਲੋਕ ਇੱਥੇ ਆ ਕੇ ਰਹਿੰਦੇ ਤੇ ਆਪਣਾ ਕੰਮ ਕਰਦੇ ਨੇ ਤੇ ਉਹ ਸਾਰੇ ਸਾਰੀ ਚੀਜ਼ਾਂ ਨੂੰ ਧਿਆਨ ਦੇ ਰੱਖਦੇ ਹੋ ਤੁਸੀਂ ਬਹੁਤ ਇੱਕ ਜਿਵੇਂ ਐਕਸਟਰਾ ਅਲਰਟ ਪੁਲਿਸ ਦੀ ਐਕਸਟਰਾ ਅਲਰਟ ਦੀ ਉਹਦਾ ਰਿਸਪੌਂਸ ਟਾਈਮ ਬਹੁਤ ਸੀ ਚੀਜ਼ਾਂ ਹੈ ਜੋ ਜੋ ਮਤਲਬ ਚੈਲੰਜ ਚੈਲੈਂਜਿੰਗ ਹੈ ਬਟ ਕਿਉਂਕਿ ਪੰਜਾਬ ਪੁਲਿਸ ਜੋ ਕਿ ਬਹੁਤ ਹੀ ਇਫੈਕਟਿਵ ਇੱਕ ਫੋਰਸ ਹੈਗੀ ਹੈ ਤੇ ਇਹੋ ਜੇ ਸਾਰੇ ਚੈਲੰਜ ਨੂੰ ਉਹ ਐਕਸੈਪਟ ਕਰਦੀ ਹੈ ਤੇ ਉਹਦੇ ਤੇ ਕੰਮ ਵੀ ਕਰਦੀ ਹੈ ਲੁਧਿਆਣਾ ਜਿਵੇਂ ਆਪਾਂ ਗੱਲ ਕੀਤੀ ਆ ਬਹੁਤ ਵੱਡੇ ਵੱਡੇ ਵਪਾਰੀ ਇੱਥੇ ਹੈਗੇ ਨੇ ਮੈਨਚੈਸਟਰ ਆਫ ਆਪਾਂ ਪੰਜਾਬ ਕਹਿ ਸਕਦੇ ਹਾਂ ਲੁਧਿਆਣਾ ਨੂੰ ਪਰ ਜੇ ਫਾਈਨੈਂਸ਼ੀਅਲ ਕੈਪੀਟਲ ਵੀ ਕਹਿਣ ਦੇ ਨੇ ਲੁਧਿਆਣਾ ਪੰਜਾਬ ਦੀ ਦੂਜੇ ਪਾਸੇ ਜੋ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈਗਾ ਆਪਾਂ ਕਹਿ ਲਈਏ ਕਿ ਰੈਂਸਨ ਕਾਲਸ ਆਉਂਦੀਆਂ ਰਹਿੰਦੀਆਂ ਨੇ ਤੇ ਐਕਸਟਰੂਸ਼ਨ ਮਨੀ ਵਗੈਰਾ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕੀ ਵੇਖਦੇ ਹੋ ਵਪਾਰੀ ਤੁਹਾਡੇ ਕੋਲ ਆਉਂਦੇ ਹੋਣਗੇ ਜੋ ਪਲਾਨ ਹੈ ਤੁਹਾਡੇ ਨਹੀਂ ਪੁਲਿਸ ਕਮਿਸ਼ਨਰ ਭਾਵੇਂ ਕੋਈ ਵੀ ਹੋ ਐਂਡ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਪ੍ਰਤੀ ਨਾ ਇੱਕ ਰਵਈਆ ਜੋ ਹੁੰਦਾ ਹੈ ਕਿ ਇੱਕ ਜ਼ਿੰਮੇਵਾਰ ਹੋ ਤੇ ਗਰ ਸੁਣੇ ਤੇ ਕੋਈ ਵੀ ਪੁਲਿਸ ਕਮਿਸ਼ਨਰ ਹੋ ਤਾਂ ਨੇਚਰਲੀ ਬਿਕੋਜ਼ ਜਿਹੜਾ ਹੈਗਾ ਸਿਟੀ ਜਿਹੜਾ ਹੈਗਾ ਇੱਕ ਬਹੁਤ ਵੱਡਾ ਸਿਟੀ ਹੈਗਾ ਐਂਡ ਇਹੋ ਜੀ ਜਿਹੜੀ ਘਟਨਾਵਾਂ ਆ ਇਹ ਹੁੰਦੀਆਂ ਰਹਿੰਦੀਆਂ ਬਟ ਸਾਡੀ ਕੋਸ਼ਿਸ਼ ਹੈ ਮੈਂ ਲਾਸਟ ਟਾਈਮ ਵੀ ਜਿੱਥੇ ਮੇਰੀ ਪੋਸਟਿੰਗ ਸੀਗੀ ਮੈਂ ਮੋਹਾਲੀ ਚੰਡੀਗੜ੍ਹ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਰੈਂਸਮ ਇਹੋ ਜੀ ਕੋਲ ਹੈ ਜਾਂ ਇਹੋ ਜਿਹੇ ਅਨਸੋਸ਼ਲ ਐਲੀਮੈਂਟ ਹੈ ਉਹਨਾਂ ਦੇ ਨਕੇਲ ਕੱਸ ਕੇ ਰੱਖੀਏ ਐਂਡ ਲੋਕਾਂ ਤੇ ਅੰਦਰ ਇੱਕ ਵਿਸ਼ਵਾਸ ਜਗਾਈਏ ਪੁਲਿਸ ਉਨਾ ਦੇ ਨਾਲ ਹੈਗੀ ਐਂਡ ਮੇਰੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਲਾਸਟ ਟਾਈਮ ਵੀ ਪਾਵੇਂ ਕੋਈ ਵੀ ਛੋਟੀ ਵੀ ਕੋਲ ਸਾਨੂੰ ਇਹੋ ਜਿਹਾ ਪਤਾ ਲੱਗ ਜਾਂਦਾ ਹੈ ਕਿ ਫਲਾਣ ਫਲਾਣ ਬੰਦੇ ਨੂੰ ਫਲਾਣ ਫਲਾਣ ਬੰਦਾ ਕੋਈ ਧਮਕਾ ਰਿਹਾ ਹੈ ਜਾਂ ਕੋਈ ਉਹਨਾਂ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕਰ ਰਿਹਾ ਮੈਂ ਪਰਸਨਲੀ ਮਤਲਬ ਮੇਰਾ ਮਤਲਬ ਹਜੇ ਤੱਕ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਪਰਸਨਲੀ ਜਦੋਂ ਤੱਕ ਉਸ ਬੰਦੇ ਦੇ ਨਾਲ ਗੱਲ ਨਾ ਕਰਾਂ ਮੈਂ ਇਹਨੂੰ ਮਤਲਬ ਤਸल्ली ਨਹੀਂ ਮਿਲਦੀ ਬਟ ਫਿਰ ਮੈਂ ਨੈਕਸਟ ਮੈਂ ਆਪਣੇ ਕੋਈ ਵੀ ਆਫੀਸਰ ਹੈ ਕੋਈ ਮੇਰਾ ਡੀਸੀਪੀ ਹੈ ਜਾਂ ਐਡੀਸੀਪੀ ਹੈ ਜਾਂ ਐਸਐਚਓ ਫਿਰ ਮੈਂ ਉਹਨੂੰ ਡਿਪੂਟ ਕਰਦਾ ਹਾਂ ਉਹਦੇ ਕੋ ਉਹਨਾਂ ਦੀ ਵਿਜ਼ਿਟ ਕਰਾਂਦੇ ਤਾਂ ਕਿ ਉਹਨਾਂ ਚ ਇੱਕ ਪਹਿਲਾ ਕੰਫੀਡੈਂਸ ਆ ਜਾਏ ਐਂ ਉਹਨਾਂ ਨੂੰ ਫਿਰ ਅਸੀਂ ਐਸੈਸ ਕਰਦੇ ਕਿ ਕਿ ਕਿਉਂਕਿ ਬਹੁਤ ਸੀ ਕਲਾ ਇਹੋ ਜੀ ਹੁੰਦੀ ਹੈ ਜੋ ਐਕਰੋਸ ਦਾ ਬਾਰਡਰ ਵੀ ਆ ਜਾਂਦੀਆਂ ਉਹ ਪਾਰਟਿਕੂਲਰ ਇੱਕ ਰਿਲੀਜੀਅਨ ਜਾਂ ਪਾਰਟਿਕੂਲਰ ਕਿਸੇ ਉਸ ਕਾਰਨ ਤੇ ਵੀ ਆ ਸਕਦੀ ਹੈ ਬਹੁਤ ਸੀ ਇਹੋ ਜੇ ਕੋਲਾ ਹੁੰਦੀ ਹੈ ਜੋ ਐਕਚੁਅਲ ਮੈਂ ਮਤਲਬ ਇਹ ਹਾਰਡ ਕੋਰ ਕ੍ਰਿਮੀਨਲ ਨਹੀਂ ਹੁੰਦੇ ਉਹਨਾਂ ਦੀ ਆੜ ਮੇ ਵੀ ਬਹੁਤ ਸੀ ਕੋਲਾ ਹੁੰਦੀ ਹੈ ਔਰ ਬਹੁਤ ਸੀ ਕੋਲਾ ਐਕਚੁਅਲ ਵੀ ਹੁੰਦੀ ਹੈ ਤਾਂ ਅਸੀਂ ਸਾਰਿਆਂ ਨੂੰ ਐਸੈਸ ਐਸੈਸ ਕਰਕੇ ਫਿਰ ਉਹਦੇ ਤੇ ਅਸੀਂ ਕਾਰਵਾਈ ਕਰਦੇ ਐਂ ਬਟ ਮਤਲਬ ਜੇ ਤੁਸੀਂ ਲਾਸਟ ਟਾਈਮ ਦਾ ਇਵਨ ਮੈਂ ਪਰਸੈਂਟੇਜ ਜੇ ਕਹਾਂ ਕਿ ਸਾਡੇ ਟਾਈਮ ਚ ਇਹੋ ਜੀ ਜ਼ੀਰੋ ਟੋਲਰੈਂਸ ਅਸੀਂ ਇਸ ਤੇ ਜਿਹੜੀ ਪਾਲਿਸੀ ਆ ਬਣਾਈ ਹੈ ਐਂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕਿਸੇ ਨੂੰ ਕੋਲ ਨਾ ਐਂਡ ਕਿਸੇ ਦੀ ਜਿਹੜੀ ਜਾਨ ਮਾਲ ਦੀ ਰਾਖੀ ਜਿਹੜੀ ਕਰਨਾ ਉਹ ਸਾਡਾ ਮਤਲਬ ਫਰਜ਼ ਹੈਗਾ ਐਂਡ ਪੁਲਿਸ ਉਸ ਤੇ ਹਮੇਸ਼ਾ ਤਿਆਰ ਰਹਿੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹਫਤਾ ਦਸ ਦਿਨ ਦੇ ਵਿੱਚ ਜੋ ਐਨਕਾਊਂਟਰ ਹੋਏ ਨੇ ਅਸੀਂ ਵੀ ਲਗਾਤਾਰ ਕਵਰ ਕੀਤੇ ਤਾਂ ਲੋਕਾਂ ਦੇ ਬੜੇ ਪੋਜ਼ਿਟਿਵ ਰਿਸਪੌਂਸ ਸੀਗੇ ਲੋਕ ਕਹਿੰਦੇ ਕਿ ਵਧੀਆ ਹੋਇਆ ਸ਼ੁਕਰ ਹੈ ਕਿਉਂਕਿ ਲੋਕਾਂ ਮਤਲਬ ਲੋਕ ਕਹਿ ਸਕਦੇ ਆ ਕਿ ਤੰਗ ਹੀ ਬੜੇ ਆਏ ਪਏ ਨੇ ਦੇਖੋ ਜਿਵੇਂ ਸੁਖਵਿੰਦਰ ਵਿੱਕੀ ਦਾ ਤੁਸੀਂ ਪਿੱਛੇ ਸੀ ਤੇ ਉਸ ਤੋਂ ਪਹਿਲਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਜਿਵੇਂ ਤੁਸੀਂ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਪੰਜਾਬ ਦੀ ਥੋੜੀ ਜਿਹੀ ਬੈਕ ਉਸਮੇ ਹਿਸਟਰੀ ਮੇ ਜਾ ਕੇ ਤੁਸੀਂ ਜੇ ਤੁਸੀਂ ਦੇਖੋਗੇ ਤੇ ਤੁਹਾਨੂੰ ਪਤਾ ਲੱਗਣਾ ਹੈ ਕਿ ਜਿਹੜੀ ਜਿਹੜਾ ਅੰਤਕਵਾਦ ਦਾ ਟਾਈਮ ਸੀਗਾ ਜੋ ਪੰਜਾਬ ਦਾ ਆਪਾਂ ਕਹਿ ਸਕਦੇ ਕਾਲਾ ਦੌਰ ਸੀਗਾ ਜਦੋਂ ਤੱਕ ਲੋਕ ਮਤਲਬ ਲੋਕ ਅੱਕੇ ਨਹੀਂ ਜਦੋਂ ਤੱਕ ਉਹ ਖਤਮ ਨਹੀਂ ਆਇਆ ਜਦੋਂ ਲਾਸਟ ਮੇ ਲੋਕ ਅੱਕ ਗਏ ਕਿ ਵੀ ਨਹੀਂ ਇਹ ਸਾਡੇ ਵਾਸਤੇ ਠੀਕ ਨਹੀਂ ਹੈਗਾ ਐਂਡ ਇਹ ਸਾਡੀ ਤਰੱਕੀ ਵਿੱਚ ਸਾਡੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਠੀਕ ਨਹੀਂ ਹੈਗਾ ਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਨੇ ਉਹ ਬਹੁਤ ਵੱਡੀ ਇੱਕ ਜੰਗ ਸੀਗੀ ਉਹ ਜਿੱਤੀ ਐਂਡ ਉਹਦੇ ਚ ਸਫਲਤਾ ਪ੍ਰਾਪਤ ਕੀਤੀ ਸੇਮ ਮੈਂ ਇਹ ਵੀ ਇਹ ਕਹਿ ਸਕਦਾ ਕਿ ਹੁਣ ਜਿਹੜੀ ਇਹ ਰੈਨਸਮ ਕੋਲ ਹੈ ਜਿੰਨੀ ਵੀ ਇਸ ਟਾਈਪ ਦੀ ਐਕਟੀਵਿਟੀ ਹੈ ਮੈਂ ਪਰਸਨਲੀ ਇਹ ਫੀਲ ਕਰਦਾ ਕਿ ਲੋਕੀ ਇਸ ਗਲਤੋ ਨਾ ਅੱਕ ਚੁੱਕੇ ਨੇ ਕਿਉਂਕਿ ਹੁਣ ਛੋਟੇ ਛੋਟੇ ਜੋ ਬੰਦੇ ਹੈਗੇ ਕੋਈ ਮਤਲਬ 50000 ਮਹੀਨੇ ਦਾ ਕਮਾਉਂਦਾ ਹੈ ਲੱਖ ਕਮਾਉਂਦਾ ਉਹਨੂੰ ਵੀ 50 50 50 50 ਲੱਗਦੀ ਕੋਲ ਆਂਦੀ ਹੈ ਫਿਰ ਉਹ ਬਾਰਗੇਨਿੰਗ ਕਰਦੇ ਤੇ ਲੋਕੀ ਨਾ ਜਨਰਲੀ ਮਤਲਬ ਅਕ ਚੁਕੇ ਨੇ ਐਂਡ ਉਹ ਇਹੋ ਜੀ ਚੀਜ਼ਾਂ ਬਰਦਾਸ਼ਤ ਨਹੀਂ ਕਰਨ ਤੇ ਉਹ ਤੁਸੀਂ ਦੇਖਿਆ ਹੋਣਾ ਪੁਲਿਸ ਦੇ ਹੁਣ ਨਾਲ ਖੜੇ ਨੇ ਐਂਡ ਉਹ ਜਿੱਥੇ ਵੀ ਹੁੰਦੀ ਹੈ ਉਹ ਇਨਫੋਰਮੇਸ਼ਨ ਸ਼ੇਅਰ ਵੀ ਕਰਦੇ ਨੇ ਸਾਨੂੰ ਕੋਆਪਰੇਟ ਵੀ ਕਰਦੇ ਔਰ ਇਹ ਚੰਗੀ ਚੰਗੀ ਗੱਲ ਵੀ ਹੈ ਤੁਸੀਂ ਹੁਣ ਲਾਸਟ ਟਾਈਮ ਦੇਖਿਆ ਹੋਣਾ ਕਿ ਜਿੱਥੇ ਇੱਕ ਹੋਇਆ ਸੀਗਾ ਔਰ ਸਾਨੂੰ ਵੀ ਮਤਲਬ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਵੱਲੋਂ ਬਿਲਕੁਲ ਸਖਤ ਹਦਾਇਤ ਹੈਗੀਏ ਕਿ ਇਹੋ ਜਿਹੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਸ਼ਕਤੀ ਨਾਲ ਨਿਪਟੋ ਐਂਡ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰੋ ਕਿਉਂਕਿ ਜਨਰਲੀ ਪਹਿਲੇ ਬਹੁਤ ਸੀ ਇਹੋ ਜੀ ਚੀਜ਼ਾਂ ਦੀ ਪੁਲਿਸ ਦੇ ਫਾਇਰ ਕਰ ਗਏ ਤੁਸੀਂ ਦੇਖਿਆ ਹੋਣਾ ਪਿੱਛੇ ਕਪੂਰਥਲਾਮੇ ਪਿਛਲੇ ਸਾਲ ਇੱਕ ਕਾਂਸਟੇਬਲ ਸੀਗਾ ਉਹਦੀ ਮਾਰਗੇ ਸੀਗੇ ਤੋਂ ਪੁਲਿਸ ਨੂੰ ਆਪਣਾ ਬਚਾ ਕਰਦੇ ਹੋਏ ਹਰ ਉਹ ਵੈਪਨ ਯੂਜ਼ ਕਰਨੇ ਦਾ ਰਾਈਟ ਹੈ ਜੋ ਉਹਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ encounter ਵਗੈਸ ਉਹ ਸਥਿਤੀ ਬਣ ਜਾਂਦੀ ਹੈ ਪੂਰੀ ਤਾਂ ਉਦੋਂ ਇਹ ਵੀ ਵੇਖਿਆ ਜਾਂਦਾ ਕਿ ਕਈ ਵਾਰ ਜਦ ਜੇ ਤੁਸੀਂ ਮੰਨ ਲਓ ਨੂੰ ਫੜਨਾ ਹੋਵੇ ਜਾਂ ਕਈ ਵਾਰ ਇਹ ਹੋ ਜਾਂਦਾ ਕਿ ਸਿਚੁਏਸ਼ਨ ਹੀ ਇਦਾਂ ਦੀ ਬਣ ਜਾਂਦੀ ਹੈ ਕਿ ਸਾਹਮਣੇ ਹੀ ਫੈਰ ਆ ਰਹੇ ਨੇ ਨਹੀਂ ਬਿਲਕੁਲ ਪੁਲਿਸ ਕਦੇ ਵੀ ਕਿਸੇ ਨੂੰ ਮਾਰ ਕੇ ਵੀ ਮਤਲਬ ਉਹ ਕਰਦੀ ਹੈ ਬਟ ਮੈਂ ਸਿਰਫ ਇਨਾ ਕਹਿਣਾ ਚਾਹੁੰਗਾ ਕਿ ਵੀ ਇਹ ਸਪੈਸ਼ਲੀ ਨਾ ਕ੍ਰਿਮੀਨਲ ਵਾਸਤੇ ਜਾਂ ਜੋ ਵੀ ਵਾਸਤੇ ਇਹ ਜੇ ਇਸ ਟਾਈਪ ਦੇ ਜਿਹੜੇ ਅਨਸੋਸ਼ਲ ਐਲੀਮੈਂਟ ਹੈ ਕਿ ਵੀ ਇਹ ਮਜ਼ਾਕ ਨਹੀਂ ਹੈਗਾ ਕਿ ਵੀ ਕੋਈ ਬੰਦਾ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਹੈ ਮਿਹਨਤ ਕਰਦਾ ਹੈ ਸ਼ਾਮ ਨੂੰ ਘਰੇ ਜਾਂਦਾ ਹੈ ਆਪਣੇ ਬੱਚਿਆਂ ਵਾਸਤੇ ਉਹ ਹਰ ਚੀਜ਼ ਦਾ ਜੁਗਾਰ ਕਰਦਾ ਜਿੰਨੀ ਉਹਦੀ ਹੈਸੀਅਤ ਹੁੰਦੀ ਹੈ ਤੁਸੀਂ ਜਾਓ ਤੇ ਆਪ ਤੁਸੀਂ ਮਤਲਬ ਸਿੱਧਾ ਗੋਲੀ ਮਾਰੋ ਉਹਨੂੰ ਤਾਂ ਲੁੱਟੋ ਜਾਂ ਤੁਸੀਂ ਵੈਸੇ ਵੀ ਜਨਰਲ ਕਾਲ ਕਰ ਦਿਓ ਜੀ ਵਰਨਾ ਮਤਲਬ ਉਹ ਉਹ ਕਾਫੀ ਮਤਲਬ ਗੰਦੀ ਲੈਂਗੁਏਜ ਵੀ ਯੂਜ਼ ਕਰਦੇ ਉਹਨਾਂ ਨਾਲ ਮਤਲਬ ਜਦੋਂ ਤੁਸੀਂ ਇਹ ਟ੍ਰੇਟ ਆਪਣੇ ਵਾਸਤੇ ਤੁਹਾਡੇ ਵਾਸਤੇ ਆਊਗਾ ਤੇ ਤੁਹਾਡੇ ਤੇ ਫਿਰ ਸੈਨ ਨਹੀਂ ਹੋਣੀ ਇਹ ਚੀਜ਼ਾਂ ਤਾਂ ਮੇਰੀ ਇਸ ਵਿੱਚ ਇਨਾਈ ਮੈਂ ਮੈਂ ਕਹਿਣਾ ਚਾਹੁੰਗਾ ਕਿ ਪੁਲਿਸ ਇਸ ਚੀਜ਼ ਵਿੱਚ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਬਿਲਕੁਲ ਵੀ ਅਸੀਂ ਇਹੋ ਜਿਹੇ ਬੰਦਿਆਂ ਨੂੰ ਹੁਣ ਬਰਦਾਸ਼ਤ ਨਹੀਂ ਕਰਨ ਵਾਲੀ ਪੰਜਾਬ ਪੁਲਿਸ ਔਰ ਅਸੀਂ ਸ਼ਕਤੀ ਤੋਂ ਸਖਤ ਮਤਲਬ ਸਖਤ ਤੋਂ ਸਖਤ ਜਿਹੜੇ ਹੈਗੇ ਉਹ ਜਿਹੜੇ ਜੋ ਵੀ ਮੈਥਡ ਹੈ ਸਾਡੇ ਕੋਲੇ ਜੋ ਵੀ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਉਹ ਅਸੀਂ ਵਰਤਾਂਗੇ ਪੰਜਾਬ ਨੂੰ ਪੀਸਫੁਲ ਬਣਾਉਣ ਲਈ ਬਿਲਕੁਲ ਜੀ ਬਿਲਕੁਲ ਅਸੀਂ ਸਾਡੇ 3 ਕਰੋੜ 7.5 ਕਰੋੜ ਪੰਜਾਬੀ ਹੈਗੇ ਉਹਨਾਂ ਦੀ ਰਾਖੀ ਵਾਸਤੇ ਬੈਠੇ ਆਂ ਔਰ ਸਾਡੀ ਡਿਊਟੀ ਬਣਦੀ ਹੈ ਸਾਡਾ ਫਰਜ਼ ਹੈਗੇ ਹੂੰ ਕਈ ਵਾਰ ਇਹ ਵੀ ਹੋ ਜਾਂਦਾ ਕਿ ਐਵੇਂ ਕਿਸੇ ਦਾ ਨਾਮ ਵੀ ਲੈ ਲੈਂਦੇ ਹੋਣਗੇ ਜਾਂ ਕੋਈ ਉਸ ਤੋਂ ਬਾਅਦ ਜਿਹੜੇ ਵੱਡੇ ਜਿਵੇਂ ਆਪਾਂ ਕਹ ਲਈਏ ਕੇ ਕੈਟਾਗਰੀ ਦੇ ਗੈਂਗਸਟਰ ਨੇ ਉਹਨਾਂ ਦੇ ਨਾਮ ਹੀਟ ਵੀ ਬਹੁਤ ਜ਼ਿਆਦਾ ਹੋਰ ਗਰੋਅ ਚੱਲ ਪਏ ਹੋਣਗੇ ਦੇਖੋ ਮੈਂ ਜਿਹੜੀ ਪੋਸਟਾਂ ਦੀ ਗੱਲ ਹੈ ਪੋਸਟਾਂ ਤੋਂ ਇਹ ਪਹਿਲਾਂ ਜ਼ਿੰਮੇਵਾਰੀਆਂ ਵੀ ਆ ਪਾਉਂਦੇ ਹੁੰਦੇ ਜਿਵੇਂ ਪੁਰਾਣੇ ਟਾਈਮੇ ਮਿਲਟੈਂਟ ਵਗੈਰਾ ਪਾਉਂਦੇ ਸੀਗੇ ਬਟ ਮੈਂ ਮੁਕਰਦੇ ਵੀ ਦੇਖੇ ਆ ਕਿ ਜੀ ਜਦੋਂ ਕੋਰਟ ਮੇ ਗਵਾਹੀਆਂ ਹੁੰਦੀਆਂ ਕਹਿੰਦੇ ਜੀ ਅਸੀਂ ਤਾਂ ਪਾਈ ਨਹੀਂ ਅਸੀਂ ਤਾਂ ਕੀਤਾ ਨਹੀਂ ਮੈਂ ਦਮਾਦਾ ਵੀ ਰੱਖਣਾ ਚਾਹੀਦਾ ਫਿਰ ਐਕਸੈਪਟ ਕਰਨੇ ਦਾ ਟਿਲ ਦਾ ਲਾਸਟ ਟਾਈਮ ਤੱਕ ਕਿ ਵੀ ਅਸੀ ਕਰਾਇਆ ਬਟ ਇਹ ਬਿਕੋਜ਼ ਇਹ ਬਹੁਤ ਇਹ ਲੈਟਸ ਸਿੱਧੂ ਮੂਸੇਵਾਲਾ ਕੇ ਇਹ ਕਾਇਰ ਸੀ ਬੰਦੇ ਹੁੰਦੇ ਇਹ ਕੋਈ ਮਤਲਬ ਮੈਂ ਨਹੀਂ ਕਹਿ ਸਕਦਾ ਇਨਾਂ ਚ ਇਨਾਂ ਵੀ ਦਮ ਹੋਣਾ ਚਾਹੀਦਾ ਜੇ ਤੁਸੀਂ ਪੋਸਟ ਪਾਈ ਹੈ ਤੁਸੀਂ ਜ਼ਿੰਮੇਵਾਰੀ ਲਈ ਤੁਸੀਂ ਉਹਨੂੰ ਗਾਂ ਤੱਕ ਵੀ ਲੈ ਕੇ ਐਕਸੈਪਟ ਕਰੋ ਕੋਰਟ ਮੇ ਵੀ ਜਾ ਕੇ ਬਟ ਨਹੀਂ ਕਿਉਂਕਿ ਉੱਥੇ ਜਾ ਕੇ ਫਿਰ ਇਨਾਂ ਨੂੰ ਡਰ ਵੀ ਲੱਗਦਾ ਮੈਂ ਇਹੀ ਕਹਾਂਗਾ ਇਸ ਵਿੱਚ ਕੋਈ ਮਤਲਬ ਯੂਥ ਹੈ ਕੋਈ ਜਿਹੜਾ ਬਟਕਿਆ ਹੋਇਆ ਯੂਥ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਕੋਈ ਝਾਲੀ ਆਈਡੀ ਬਣਾ ਕੇ ਵੀ ਇਹ ਡਾਲ ਦਿੰਦੇ ਆ ਕਈ ਵਾਰ ਉਹ ਮਤਲਬ ਉਹ ਚਲੋ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਉਹਦੇ ਚ ਪਤਾ ਲੱਗ ਜਾਂਦਾ ਕਿਨੇ ਡਾਲੀਏ ਕਿਨੇ ਨਹੀਂ ਡਾਲੀਏ ਤਾਂ ਉਹ ਇਨਵੈਸਟੀਗੇਸ਼ਨ ਮੇ ਉਹ ਚੀਜ਼ਾਂ ਆ ਜਾਂਦੀਆਂ ਨੇ ਸਾਰੀਆਂ ਡਰੱਗ ਨੂੰ ਲੈ ਕੇ ਕਾਫੀ ਜ਼ਿਆਦਾ ਹੁੰਦਾ ਹੈਗਾ ਕਿ ਪੰਜਾਬ ਦੇ ਵਿੱਚ ਡਰੱਗ ਬਹੁਤ ਆ ਰਿਹਾ ਹਾਲਾਂਕਿ ਕੋਈ ਬਾਰਡਰ ਸਟੇਟ ਹੈ ਬਿਲਕੁਲ ਆਪਣੀ ਬਹੁਤ ਥਾਵਾਂ ਤੋਂ ਆਪਾਂ ਨੂੰ ਬਾਰਡਰ ਨਾਲ ਲੱਗਦੇ ਹੈਗੇ ਤਾਂ ਡਰੱਗ ਦਾ ਇਸ਼ੂ ਤੇ ਇੱਕ ਗੈਂਗਸਟਰイズਮ ਦਾ ਇਸ਼ੂ ਇਹ ਦੋ ਬੜੇ ਜ਼ਿਆਦਾ ਜਿਹੜੇ ਆਪਾਂ ਕੇ ਲਈ ਕਿ ਯੂਥ ਨੂੰ ਵੀ ਥੋੜਾ ਜ੍ਹਾ ਡਿਸਕ੍ਰੈਡਿਟ ਕਰਦੇ ਨੇ ਤੇ ਲੋਕਾਂ ਦਾ ਵੀ ਥੋੜਾ ਜਿਹਾ ਪੀਸ ਆਫ ਮਾਈਂਡ ਖਰਾਬ ਕਰਦੇ ਨੇ ਨਹੀਂ ਬਿਲਕੁਲ ਤੁਹਾਡੀ ਗੱਲ ਹੈ ਡਰਗ ਇੱਕ ਹੈਗੀਏ ਬਹੁਤ ਵੱਡੀ ਪ੍ਰੋਬਲਮ ਹੈਗੀ ਬਟ ਇਹ ਮੈਂ ਇਹ ਵੀ ਕਹਿਣਾ ਜਾਊਂਗਾ ਇੱਕalle ਪੰਜਾਬ ਦੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਹੁਣ ਜਿੰਨੇ ਵੀ ਪੜੋਸੀ ਜਿਹੜੇ ਸਟੇਟ ਹੈਗੇ ਉੱਥੇ ਤੁਸੀਂ ਜਾ ਕੇ ਦੇਖੋ ਫਿਰ ਤੁਸੀਂ ਦਿੱਲੀ ਜਾ ਕੇ ਦੇਖੋ ਜਾਂ ਗਾਂ ਵੀ ਤੁਸੀਂ ਜਾ ਕੇ ਦੇਖੋ ਹੁਣ ਜਿਹੜਾ ਜਿੰਨਾ ਵੀ ਹੈਗਾ ਜੇ ਤੁਸੀਂ ਡਰਗਸ ਦੀ ਗੱਲ ਕਰੀਏ OPM ਤੋਂ ਪੰਜਾਬ ਤੇ ਨਹੀਂ ਆਂਦੀ ਹੈਗੀ ਹੈਰੋਇਨ ਪੰਜਾਬ ਤੇ ਨਹੀਂ ਬਣਦੀ ਹੈਗੀ ਬਣਦੀ ਤਾਂ ਇਹ ਆਸ-ਪਾਸ ਕਿਸੇ ਸਟੇਟਾਂ 'ਚ ਜਾਂ ਅਕ੍ਰੋਸ ਦਾ ਬਾਰਡਰ ਬਣਦੀ ਹੈ ਤੁਮੀ ਅਕਰੋਸ ਦਾ ਇੰਡੀਆ ਦਾ ਬਾਰਡਰ ਹੋਏ ਭਾਵੇਂ ਤੁਸੀਂ ਮਤਲਬ ਜਿਹੜੀ ਵੀ ਤੁਸੀਂ ਇਹ ਗੱਲ ਕਰੇ ਪੰਜਾਬ ਪ੍ਰੋਡਿਊਸ ਨਹੀਂ ਕਰਦਾ ਕਿ ਬਟ ਫਿਰ ਵੀ ਮੈਂ ਕਹਿੰਦਾ ਬਾਕੀ ਸਟੇਟਾਂ ਨਾਲ ਜੇ ਤੁਸੀਂ ਕੰਪੈਰੀਸ਼ਨ ਕਰੋਗੇ ਪੰਜਾਬ ਦੀ ਜਿਹੜੀ ਰਿਕਵਰੀ ਹੈ ਪੰਜਾਬ ਦਾ ਜਿਹੜਾ ਐਕਸ਼ਨ ਹੈ ਉਹ ਵਨ ਆਫ ਦਾ ਬੈਸਟ ਐਕਸ਼ਨ ਹੈਗਾ ਜੀ ਪੰਜਾਬ ਸਰਕਾਰ ਦਾ ਬੈਸਟ ਐਕਸ਼ਨ ਹੈਗਾ ਮੈਂ ਇਹ ਕਹਿ ਸਕਦਾ ਜੇ ਤੁਸੀਂ ਰਿਕਵਰੀ ਵਾਲੇ ਪਾਸੇ ਗੱਲ ਕਰੋ ਜੇ ਤੁਸੀਂ ਗੈਂਗਸਟਰ ਵਾਲੇ ਪਾਸੇ ਕਰੋ ਉਹ ਵੀ ਪੰਜਾਬ ਪੁਲਿਸ ਦਾ ਜੇ ਤੁਸੀਂ ਟਰੈਕ ਰਿਕਾਰਡ ਦੇਖੋਗੇ ਪਿਛਲੇ ਸਾਲ ਡੇਢ ਸਾਲ ਚ ਅਸੀਂ ਮਤਲਬ ਅਸੀਂ ਕੱਲ ਚੰਡੀਗੜ੍ਹ ਹੈੱਡਕੁਆਟਰ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ 7 ਉੱਥੇ ਕ੍ਰਾਈਮਨਲ ਸੀਗੇ ਜਿਹੜਾ ਇਸ ਸਾਲ ਨਿਊਟਰਲ ਕਰ ਰਹੇ ਇਹ ਮਤਲਬ ਵਨ ਆਫ ਦਾ ਬੈਸਟ ਰਿਕੋਰਡ ਹੈ ਜੀ ਪੰਜਾਬ ਪੁਲਿਸ ਦਾ ਪੰਜਾਬ ਜਿਹੜੀ ਪੁਲਿਸ ਹੈਗੀ ਉਹ ਬਿਲਕੁਲ ਸੀਰੀਅਸ ਹੈਗੀ ਐਂਡ ਤੁਸੀਂ ਦੇਖਿਆ ਹੋਣਾ ਡੇ ਟੂ ਡੇ ਬੇਸਿਸ ਤੇ ਡਿਸਟ੍ਰਿਕਟ ਵਾਈਜ਼ ਮਲਟੀਪਲ ਟਾਈਮ ਕੇ ਪ੍ਰੋਗਰਾਮ ਅਸੀਂ ਕਰਾ ਰਹੇ ਹਾਂ ਸਾਰੀ ਪੰਜਾਬ ਪੁਲਿਸ ਮਲਟੀਪਲ ਡਿਸਟ੍ਰਿਕਟ ਮੇਂ ਅਲੱਗ-ਅਲੱਗ ਟਾਈਪ ਕੇ ਪ੍ਰੋਗਰਾਮ ਹੈ ਕਿਥੇ ਸਪੋਰਟਸ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਕਿਥੇ ਸਾਈਕਲ ਰੈਲੀ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਐਂਡ ਬਿਕੋਜ਼ ਕਿਉਂਕਿ ਅਸੀਂ ਕਮਿਟਿਡ ਹੈਗੇ ਇਸ ਚੀਜ਼ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਯੂਥ ਨੂੰ ਇੱਕ ਚੰਗਾ ਜਿਹੜਾ ਭਵਿੱਖ ਉਹ ਦੇਣ ਵਾਸਤੇ ਹ ਯੂਥ ਨੂੰ ਆਪਾਂ ਕੋਈ ਇੱਕ ਦੀ ਗੱਲ ਕੀਤੀ ਆ ਤਾਂ ਤੁਸੀਂ ਜੀਨ ਦੇ ਛੋਟੇ ਜਿਹੇ ਪਿੰਡ ਤੋਂ ਆਉਣੇ ਹੋ ਉਸ ਤੋਂ ਬਾਅਦ ਤੁਸੀਂ ਆ ਕੇ ਪੜ੍ਹਾਈ ਕਰਦੇ ਹੋ ਥੋੜਾ ਜਿਹਾ ਆਪਣੀ ਲਾਈਫ ਦੇ ਬਾਰੇ ਜਿਵੇਂ ਮੈਂ ਤੁਹਾਨੂੰ ਕਹਾਂ ਕਿ ਤੁਹਾਡੀ ਜਿਹੜੀ ਜਰਨੀ ਸੀ ਉਹ ਕਿਵੇਂ ਦੀ ਰਹੀ ਨਹੀਂ ਬਹੁਤ ਹੀ ਖੂਬਸੂਰਤ ਜਰਨੀ ਸੀ ਐਂਡ ਜਿਵੇਂ ਤੁਸੀਂ ਕਹਿ ਰਹੇ ਕਿ ਪ੍ਰੇਰਣਾ ਮੈਂ ਇਹ ਤਾਂ ਚੇਨ ਹੈ ਇੱਕ ਕਿ ਕੋਈ ਮੇਰੇ ਤੋਂ ਪ੍ਰੇਰਣਾ ਲਈ ਤਾਂ ਮੈਂ ਵੀ ਕਿਸੇ ਤੋਂ ਪ੍ਰੇਰਣਾ ਲਈ ਹਣੀ ਬਿਲਕੁਲ ਮੇਰੇ ਕੋਲ ਮਤਲਬ ਅੱਜ ਵੀ ਮੈਨੂੰ ਯਾਦ ਹੈਗਾ ਕਿ ਜਦੋਂ ਮੈਂ ਚੰਡੀਗੜ੍ਹ ਪੁਲਿਸ ਦਾ ਇੰਟਰਵਿਊ ਦੇਣ ਵਾਸਤੇ ਗਿਆ ਸੀਗਾ ਐਂਡ ਸਾਡੇ ਮਾਨਯੋਗ ਡੀਜੀਪੀ ਸਾਹਿਬ ਸਾਡੇ ਐਸਐਸਪੀ ਹੁੰਦੇ ਸੀਗੇ ਜੋ ਮੇਰਾ ਇੰਟਰਵਿਊ ਸੀਗਾ ਇਹਨਾਂ ਦੇ ਬੋਰਡ 'ਚ ਆਇਆ ਸੀਗਾ ਐਂਡ ਗੁਰਵਯਾਦੂ ਸਾਹਿਬ ਗੁਰਵਯਾਦੂ ਸਾਹਿਬ ਸਾਡੇ ਐਸਐਸਪੀ ਸੀਗੇ ਉਸ ਟਾਈਮ ਚੰਡੀਗੜ੍ਹ ਦੇ ਮੈਂ ਉਹਨਾਂ ਦੇ ਬੋਰਡ 'ਚ ਇੰਟਰਵਿਊ ਦੇ ਕੇ ਆਇਆ ਸੀਗਾ ਅੱਜ ਉਹਨਾਂ ਨੂੰ ਯਾਦ ਆ ਅੱਜ ਨਹੀਂ ਨਹੀਂ ਬਿਲਕੁਲ ਮੈਂ ਅੱਗੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਇਹਨਾਂ ਨੇ ਮੈਂ ਮੈਨੂੰ ਯਾਦ ਹੈ ਕਿ 25 'ਚੋਂ 23 ਨੰਬਰ ਇਹਨਾਂ ਨੇ ਮੈਨੂੰ ਦੇ ਸੀਗੇ ਐਂਡ ਵਨ ਆਫ ਦੇ ਹਾਈਐਸਟ ਰੈਂਕ ਸਕੋਰ ਸੀਗਾ 25 ਤੋਂ ਪਰ 25 'ਚੋਂ 23 ਨੰਬਰ ਇੱਕ ਇੰਟਰਵਿਊ ਸੀ ਤੁਹਾਡੀ ਇੰਟਰਵਿਊ ਸੀਗੀ ਤਾਂ ਮੇਰਾ ਸਿਲੈਕਸ਼ਨ ਹੋ ਗਿਆ ਸਿਲੈ ਚੰਡੀਗੜ੍ਹ ਪੁਲਿਸ ਚ ਭਰਤੀ ਹੋ ਗਿਆ ਉਸ ਤੋਂ ਬਾਅਦ ਸਾਬ ਬਤੋ ਰਹੇ ਐ ਸਹੀ ਸੀ ਉਸ ਤੋਂ ਬਾਅਦ ਸਰ ਚਲੇ ਗਏ ਪ੍ਰਮੋਟ ਹੋ ਗਏ ਡੀਆਈਜੀ ਵਾਪਸ ਪੰਜਾਬ ਆ ਗਏ ਬਾਅਦ ਚ 2-3 ਸਾਲ ਬਾਅਦ ਮੈਂ ਆਈਪੀਐਸਸੀ ਸਿਲੈਕਟ ਹੋ ਗਿਆ ਜਦੋਂ ਮੈਂ ਪੰਜਾਬ ਮੈਨੂੰ ਕਾਡਰ ਮਿਲਿਆ ਐਂਡ ਮੈਨੂੰ ਫਰਸਟ ਡਿਸਟ੍ਰਿਕਟ ਜਿਹੜਾ ਅਲੋਟ ਹੋਇਆ ਐਜੇ ਅੰਡਰ ਟ੍ਰੇਨਿੰਗ ਉਹ ਜਲੰਧਰ ਹੋਇਆ ਐਂਡ ਮੈਂ ਜਾ ਕੇ ਸਾਡੇ ਉਸਮੇ ਵੀ ਦੇਖੋ ਸਹਿਯੋਗੀ ਸੀਗਾ ਮੇਰੇ ਕਮਿਸ਼ਨਰ ਉਸ ਟਾਈਮ ਸ੍ਰੀ ਗੌਰਵ ਯਾਦਵ ਸਾਹਿਬ ਸੀਗੇ ਤਾਂ ਦੈਨ ਮੈਂ ਸਰ ਨੂੰ ਸਲੂਟ ਕੀਤਾ ਐਂਡ ਸਰ ਨੂੰ ਮੈਂ ਦੱਸਿਆ ਕਿ ਸਰ ਮੈਂ ਤੁਹਾਡਾ ਸਿਲੈਕਟ ਕੀ ਹੋਇਆ ਕੈਂਡੀਡੇਟ ਨੂੰ ਤੋਂ ਸਰ ਬੜੇ ਖੁਸ਼ ਹੋਏ ਮਤਲਬ ਇਹੋ ਜੀ ਇਹੋ ਜੀ ਮਤਲਬ ਬਹੁਤ ਹੀ ਖੂਬਸੂਰਤ ਯਾਦਾਂ ਬਹੁਤ ਜੁੜੀ ਨੇ ਅਪਾਇੰਟ ਕੀ ਹੋਈ ਸੀ ਤੁਜੀ ਮੈਂ ਐਸੇ ਹੀ ਹੋਇਆ ਸੀਗਾ ਬਟ 2009 ਮੈਂ ਐਜੇ ਆਈਪੀਐਸ ਮੇਰਾ ਸਿਲੈਕਸ਼ਨ ਹੋ ਗਿਆ ਸੀਗਾ ਔਰ ਬਤੌਰ ਪੰਜਾਬ ਕਾਡਰ ਮੈਂ ਜੁਆਇਨ ਕੀਤਾ ਐਂਡ ਬਤੌਰ ਇਹ ਮਤਲਬ ਐਜੇ ਅੰਡਰ ਟ੍ਰੇਨਿੰਗ ਆਈਪੀਐਸ ਮੈਂ ਉਥੇ ਸਰ ਦੇ ਕੋਲ ਟ੍ਰੇਨਿੰਗ ਕਰਨ ਗਿਆ ਸੀਗਾ ਸਕੂਲਿੰਗ ਤੁਹਾਡੀ ਪਿੰਡ ਤੋਂ ਹਾਂਜੀ ਮੇਰੀ ਸਕੂਲਿੰਗ ਮੇਰੇ ਪਿੰਡ ਤੋਂ ਹੀ ਹੈ ਜੀ ਉਜਾਣਾ ਮੇਰਾ ਪਿੰਡ ਹੈ ਇਹ ਖਨੋਰੀ ਬਾਰਡਰ ਤੇ ਹੀ ਹੈਗਾ ਕਾਫੀ ਵੱਡਾ ਪਿੰਡ ਹੈਗਾ ਔਰ ਉਥੇ 10th ਤੱਕ ਅਸੀਂ ਉਥੇ 10th ਤੱਕ ਦਾ ਸਕੂਲ ਉਥੇ ਹੀ ਸਕੂਲ ਪਿੰਡ ਉਥੇ ਕੀਤੀ ਫਿਰ ਪਲੱਸ 2 ਜਾਂ ਪਲੱਸ 1 ਜਾਂ ਕਾਲਜ ਕਰਨਾ ਸੀ ਨੇੜੇ ਹੀ ਇੱਕ ਨਰਵਾਣਾ ਇੱਕ ਕਸਬਾ ਹੈਗਾ ਉਥੇ ਅਸੀਂ ਗਵਰਨਮੈਂਟ ਕਾਲਜ ਤੋਂ ਉਥੇ ਗ੍ਰੈਜੂਏਸ਼ਨ ਕੀਤੀ ਅਸੀਂ ਆਫਟਰ ਗ੍ਰੈਜੂਏਸ਼ਨ ਫਿਰ ਆਫਟਰ ਗ੍ਰੈਜੂਏਸ਼ਨ ਮੈਂ ਇੱਕ ਐਮਏ ਹਿਸਟਰੀ ਕੀਤੀ ਉਸਮੇ ਯੂਜੀਸੀ ਵਗੈਰਾ ਕੀਤਾ ਫਿਰ ਸਡਨਲੀ ਮੈਂ ਚੰਡੀਗੜ੍ਹ ਮੂਵ ਕਰ ਗਿਆ ਉੱਥੇ ਫਿਰ ਬੜੀ ਚੰਗੀ ਕੰਪਨੀ ਮਿਲੀ ਕਿ ਉੱਥੇ ਉਹਨਾਂ ਨੂੰ ਦੇਖਾ ਦੇਖੀ ਸਾਨੂੰ ਪਤਾ ਲੱਗਿਆ ਕਿ ਪੁਲਿਸ ਲਾਈਨ ਦੇ ਵਿੱਚ ਸ਼ੁਰੂ ਤੋਂ ਸੀ ਕਿ ਨਹੀਂ 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 ਸਾਨੂੰ ਅਸੀਂ ਤੋਂ ਯੋਗਾ ਤੁਸੀਂ ਪਲੇਅਰ ਵੀ ਰਹੇ ਹੋ ਮਿਲ ਕਬੱਡੀ ਖੇਡਦੇ ਰਹੇ ਹੋ ਬਹੁਤ ਅਸੀਂ ਮੈਂ ਕਬੱਡੀ ਦਾ ਪਲੇਅਰ ਸੀਗਾ ਅਸੀਂ ਕਾਫੀ 10 12 15 ਸਾਲ ਅਸੀਂ ਕਬੱਡੀ ਖੇਡੀ ਹੈ ਐਂ ਬੜਾ ਵੇਟ ਤੇ ਜਿਵੇਂ ਪਿੰਡਾਂ ਚ ਸ਼ੁਰੂ ਕਰਦੇ ਆਂ ਛੋਟੇ ਵੇਟ ਤੋਂ ਵੱਡੇ ਵੇਟ ਤੱਕ ਐਂ ਸਾਡੇ ਨਾਲ ਦੇ ਪਲੇਅਰ ਹੈ ਕਾਫੀ ਅੱਜਕੱਲ MLA ਗਨੋਰ ਆ ਉਹ ਸਾਡੇ ਨਾਲ ਕਬੱਡੀ ਖੇਡਦੇ ਰਹੇ ਆ ਮੁਣਕ ਗੁਲਜਾਰੀ ਉਹ ਸਾਡੇ ਨਾਲ ਖੇਡਦਾ ਰਿਹਾ ਗੁਰਲਾਲ ਕਨੌਰ ਹਾਂ ਗੁਰਲਾਲ ਕਨੌਰ ਉਹ ਸਾਡੇ ਨਾਲ ਕਿ ਮਤਲਬ ਕਾਫੀ ਮਤਲਬ ਇਸ ਲੈਵਲ ਦੀ ਖੇਡਦੇ ਪਸ ਸਟਨਲੀ ਇੱਕ ਦਿਨ ਦਿਮਾਗ ਚ ਆਇਆ ਕਿ ਨਹੀਂ ਯਾਰ ਕੋਈ ਸਟੱਡੀ ਕਰਾਂਗੇ ESI ਦਾ ਫਿਰ ਟੈਸਟ ਇਹ ਤਾਂ ਨਾ ਫਿਰ ਉਸ ਹੀ ਨਹੀਂ ESI ਵੀ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਚੰਡੀਗੜ੍ਹ ਪੁਲਿਸ ਦਾ ਜਿਹੜਾ ਫਿਜ਼ੀਕਲ ਸੀਗਾ આજ ਵੀ ਵਨ ਆਫ ਦਾ ਟਫੈਸਟ ਫਿਜ਼ੀਕਲ ਜੋ ਕਰਾਈਟੇਰੀਆ ਉੱਥੋਂ ਦਾ ਤੇ ਉਹ ਬਹੁਤ ਹੀ ਕਿਉਂਕਿ ਅਸੀਂ ਥੋੜਾ ਫਿਜ਼ੀਕਲ ਫਿਟ ਸੀਗੇ ਔਰ ਲਾਇਬ੍ਰੇਰੀ ਵਿੱਚ ਬੈਠ ਕੇ ਅਸੀਂ ਪੜ੍ਹਦੇ ਸੀਗੇ ਤੇ ਅਸੀਂ ਤੋਂ ਅਸੀਂ ਉਹਦਾ ਪੇਪਰ ਭਰਤਾ ਤਾਂ ਜਦੋਂ ਫਿਜ਼ੀਕਲ ਅਸੀਂ ਕਲੀਅਰ ਕਰਤਾ ਤਾਂ ਫਿਰ ਕਿਉਂਕਿ ਪੜ੍ਹਦੇ ਸੀਗੇ ਥੋੜਾ ਥੋੜਾ ਮਤਲਬ ਇਨਾ ਕੋਸ ਤਾਂ ਉਹ ਵੀ ਅਸੀਂ ਪਾਸ ਕਰ ਲਏ ਐਂਡ ਕਰਦੇ ਕਰਦੇ ਅਸੀਂ ਚੰਡੀਗੜ੍ਹ ਪੁਲਿਸ ਚ ਚਲੇ ਗਏ ਫਿਰ ਉਸ ਤੋਂ ਬਾਅਦ ਕਿੰਨੇ ਸਾਲ ਅਸੀਂ ਅਸੀਂ ਤਾਂ ਮੈਂ ਤਕਰੀਬਨ 2004-5 ਚ ਸ਼ੁਰੂ ਕੀਤੀ ਸੀਗੀ 4 ਸਹੀ ਸੀ ਹਾਂ ਹਾਂ ਜੀ ਤਾਂ ਤੋ 3 ਸਾਲ ਮੈਂ ਉਥੇ ਰਹਾ 1 ਸਾਲ ਟ੍ਰੇਨਿੰਗ ਤੇ 2 ਸਾਲ ਹੋਰ ਫਿਰ 9 ਮੈਂ ਆਈਪੀਐਸ ਜਾ ਗਿਆ ਸੀ ਮਤਲਬ ਇੰਨੀ ਜਿਆਦਾ ਪੁਲਿਸ ਦੀ ਤਾਂ ਜੌਬ ਬਹੁਤ ਹੈਕਟਿਕ ਕਹਿੰਦੇ ਆ ਕਿ ਬਹੁਤ ਜਿਆਦਾ ਟਾਈਮ ਨਹੀਂ ਹੁੰਦਾ ਤੇ ਉਹ ਵੀ ਜੇ ਆਪਾਂ ਥੋੜਾ ਜਿਹਾ ਲੀਸਟ ਜਿਹੜੇ ਰੈਂਕ ਨੇ ਉਹਨਾਂ ਨੂੰ ਦੇਖ ਕੇ ਤਾਂ ਬਿਲਕੁਲ ਟਾਈਮ ਮੈਨੇਜਮੈਂਟ ਕਰਨ ਦੀ ਬੜੀ ਔਖੀ ਹੁੰਦੀ ਹੈ ਪੂਰਾ ਨਿਸ਼ਾਨਾ ਮੱਥਿਆ ਸੀ ਅਰਜਨ ਵਾਂਗੂ ਕਿ ਨਹੀਂ ਮੱਸੀ ਜਦੋਂ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਪਿੰਡ ਛੱਡਿਆ ਸੀ ਕਿ ਪਿੰਡ ਸਾਡੇ ਕੰਮ ਬਹੁਤ ਹੁੰਦਾ ਸੀਗਾ ਖੇਤੀ ਬਾੜੀ ਦਾ ਮਤਲਬ ਮੱਝਾ ਮੂਝਾ ਬਹੁਤ ਸੀ ਗਿਆ ਤੇ ਅਸੀਂ ਨਾ ਮਤਲਬ ਮੈਂ ਫ੍ਰੈਂਕਲੀ ਸਪੀਕਿੰਗ ਨਾ ਅਸੀਂ ਮਤਲਬ ਇਹ ਸੀਗਾ ਕਿ ਯਾਰ ਮਤਲਬ ਹੁਣ ਖੇਤੀ ਨਹੀਂ ਬਣਨੀ ਕਿਉਂਕਿ ਬਹੁਤ ਔਖਾ ਕੰਮ ਲੱਗਦਾ ਸੀਗਾ ਤੇ ਉੱਥੇ ਜਦੋਂ ਅਸੀਂ ਉੱਥੇ ਲਾਇਬ੍ਰੇਰੀ ਗਏ ਚੰਡੀਗੜ੍ਹ ਤੇ ਉੱਥੇ ਨਾ ਏਸੀ ਵਿੱਚ ਬੈਠ ਕੇ ਪੜਨਾ ਸੀਗਾ ਮਤਲਬ ਫਿਜ਼ੀਕਲੀ ਅਸੀਂ ਫਿੱਟ ਸੀਗੇ ਤੇ ਮੈਂ ਤੇ ਮੇਰੇ ਭਰਾ ਔਰ ਸਾਰੇ ਅਸੀਂ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਅਸੀਂ ਉੱਥੇ ਮੈਂ ਦੇਖਿਆ ਜੀ ਇਹ ਤਾਂ ਸਭ ਤੋਂ ਸੋਖਾ ਕੰਮ ਹੈ ਜਨਰਲੀ ਤੁਸੀਂ ਦੇਖੋਗੇ ਨਾ ਮਤਲਬ ਪਿੰਡਾਂ ਵਾਲੇ ਬੱਚੇ ਆਉਂਦੇ ਆ ਕਿਉਂਕਿ ਜਿਹੜੇ ਬੰਦੇ ਨੇ ਪਿੰਡ 'ਚ ਕੰਮ ਕੀਤਾ ਉਹ ਦੌੜਦੇ ਆ ਕਿ ਨਹੀਂ ਪੜ੍ਹਾਈ ਨੂੰ ਨਹੀਂ ਬਟ ਮੈਂ 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 ਇਹ ਫੀਲ ਕੀਤਾ ਕਿ ਇਹ ਤਾਂ ਬਹੁਤ ਸੋਖਾ ਕੰਮ ਹੈ ਯਾਰ ਸਵੇਰੇ ਆ ਕੇ ਏਸੀ 'ਚ ਬੈਠਣਾ ਤੇ ਸ਼ਾਮ ਨੂੰ ਪੂਠ ਕੇ ਜਾਣਾ ਇਹ ਤਾਂ ਮਤਲਬ ਔਰ ਮੇਰੇ ਕੋਲੇ ਉੱਥੇ ਮੈਂ ਇੱਕ ਛੋਟਾ ਜਿਹਾ ਕਿੱਸਾ ਸੁਣਾਉਂਗਾ ਕਿ ਇੱਕ ਉੱਥੇ ਸਿਕਿਉਰਿਟੀ ਗਾਰਡ ਹੁੰਦਾ ਸੀਗਾ ਚਮਨ ਚਮਨ ਨਾਮ ਹੁੰਦਾ ਸੀਗਾ ਉਹਨਾਂ ਦਾ ਕਾਫੀ ਲੰਬਾ ਤਗੜਾ 6 ਫੁੱਟ ਦਾ ਤੇ ਉਹ ਜਿੰਨੇ ਵੀ ਮਤਲਬ ਜਿਨ੍ਹਾਂ ਦੇ ਕੋਲੇ ਐਂਟਰੀ ਪਾਉ ਨਹੀਂ ਹੁੰਦਾ ਸੀਗਾ ਆਈ ਕਾਰਡ ਉਹਨੂੰ ਕਿਉਂਕਿ ਮੇਰਾ ਐਡਮਿਸ਼ਨ ਨਹੀਂ ਸੀਗਾ ਮੈਂ ਤਾਂ ਸੈਲਫ ਸਟੱਡੀ ਕਰਦਾ ਸੀਗਾ ਤੇ ਉਹ ਗੇਟ ਤੇ ਰੋਕ ਲੈਂਦਾ ਸੀਗਾ ਤੇ ਮੈਂ ਮੈਨੂੰ ਬੜਾ ਮੁਸ਼ਕਿਲ ਸੀ ਕਿਉਂਕਿ ਮੈਂ 6 ਵਜੇ ਜਾ ਕੇ ਬੈਠ ਜਾਣਾ ਤੇ 9 ਵਜੇ ਉਸ ਦੀ ਡਿਊਟੀ ਹੁੰਦੀ ਜੀ ਕਿ ਤੋ ਇੱਕ ਮਹੀਨਾ ਬੜਾ ਤੰਗ ਰੇ ਕਦੀ ਛੁਪ ਕੇ ਉੱਪਰ ਬੈਠ ਕੇ ਕਦੇ ਅੰਦਰ ਬੈਠ ਕੇ ਤੇ ਇੱਕ ਦਿਨ ਆਖਿਰ ਵਿੱਚ ਜਦੋਂ ਉਹ ਮੈਚ ਉਹ ਉਹ ਮੈਨੂੰ ਚੱਕ ਕੇ ਲੈ ਕੇ ਗਿਆ ਕਿ ਜੀ ਮੈਂ ਆਖਿਰ ਵਿੱਚ ਉਹਨੂੰ ਜਾ ਕੇ ਬੋਲਿਆ ਜੀ ਮੈਂ ਇੱਥੇ ਹੀ ਬੈਠਣਾ ਐਂਡ ਮੇਰੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਹੁਣ ਤੁਸੀਂ ਦੇਖ ਲਓ ਮੇਰੇ ਨਾਲ ਪੰਗਾ ਨਹੀਂ ਲੈਣਾ ਮੈਂ ਮਤਲਬ ਆਪਣੀ ਜਿਵੇਂ ਹੁੰਦਾ ਨਾ ਥੋੜੀ ਹਰਿਆਣਵੀ ਟੋਨ ਮੇ ਤਾਂ ਉਹਨਾਂ ਨੇ ਉਹਨੂੰ ਸਮਝ ਆ ਗਈ ਐਂਡ ਉਸ ਤੋਂ ਬਾਅਦ ਉਹਨੇ ਮਤਲਬ ਐਂਡ ਮੈਂ ਉਹਦਾ ਬੜਾ ਮੈਂ ਅੱਜ ਵੀ ਉਹਦਾ ਬੜਾ ਐਹਸਾਨ ਮੰਨਦਾ ਕਿ ਉਹਨੂੰ ਮੈਨੂੰ ਉਸ ਤੋਂ ਬਾਅਦ ਕਰੇ ਟੋਕਿਆ ਨਹੀਂ ਕਿਉਂਕਿ ਅਸੀਂ ਰੀਅਲੀ ਮੈਂ ਉੱਥੇ ਬੈਠ ਕੇ ਪੜਦੇ ਸੀਗੇ ਜਦੋਂ ਬਣ ਗਏ ਫਿਰ ਉਸ ਤੋਂ ਬਾਅਦ ਨਹੀਂ 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 ਮੈਂ ਅੱਜ ਵੀ ਅੱਜ ਵੀ ਮੈਨੂੰ ਉਹ ਜੇ ਵੈਸੇ ਮੈਂ ਇੱਕ ਦੋ ਵਾਰ ਮਿਲੇ ਬਹੁਤ ਤੋ 8-10 ਸਾਲ ਹੋ ਗਏ ਨਹੀਂ ਮਿਲੇ ਬਟ ਅਸੀਂ ਉਹਨਾਂ ਦਾ ਬਹੁਤ ਰਿਗਾਰਡ ਕਰਦੇ ਐਂਡ ਬੜਾ ਕਿਉਂਕਿ ਆਈਡੀ ਕਾਰਡ ਤੋਂ ਬਿਨਾ ਐਂਟਰਸ ਨਹੀਂ ਨਹੀਂ ਉਥੇ ਸੀਗਾ ਜਨਰਲੀ ਮਤਲਬ ਬਈ ਆਊਟਸਾਈਡ ਆ ਹੁਣ ਵੀ ਚੈੱਕ ਕਰਦੇ ਰਹਿੰਦੇ ਨੇ ਕਿ ਆਊਟਸਾਈਡਰ ਮਤਲਬ ਉਥੇ ਨਾ ਬੈਠੇ ਬਟ ਉਹ ਦੇਖ ਲੈਂਦੇ ਕਿ ਕੋਈ ਸincere ਸੀਗੇ ਚਲੋ ਥੈਂਕ ਔਡ ਕਿ ਅਸੀਂ ਕੋਚਿੰਗ ਨਹੀਂ ਲਈ ਤੁਸੀਂ ਕੋਈ ਨਹੀਂ ਮੈਂ ਸੈਲਫ ਸਟੱਡੀ ਕਰੀ ਹੈ ਜੀ ਬਿਲਕੁਲ ਸੈਲਫ ਸਟੱਡੀ ਕਰੀ ਹੈ ਅਸੀਂ ਕੋਈ ਕੋਈ ਨਾ ਅੱਛਾ ਅਸੀਂ ਮੇਰਾ ਹਿੰਦੀ ਮੀਡੀਅਮ ਸੀਗਾ ਐਂਡ ਕਿਉਂਕਿ ਅਸੀਂ ਜਿਹੜੀ ਐਜੂਕੇਸ਼ਨ ਸੀਗੀ ਉਸ ਟਾਈਮ ਜਦੋਂ ਸਰਕਾਰੀ ਸਕੂਲ ਚ ਪੜੇ ਸੀਗੇ ਤੇ ਉੱਥੇ ਜਿਹੜੀ ਮਤਲਬ ਜੋ ਇੰਗਲਿਸ਼ ਦੀ ਜਿਹੜੀ ਕਲਾਸਿਸ ਹੈ ਉਹ 6th ਕਲਾਸ ਤੋਂ ਸ਼ੁਰੂ ਹੁੰਦੀ ਸੀਗੀ ਜੀ ਅੱਛਾ ਹਾਂ ਇਹ ਮਤਲਬ ਪਹਿਲੀ ਤੋਂ 5ਵੀਂ ਤੱਕ ABCD ਨਹੀਂ ਉਹ 6th ਕਲਾਸ ਤੋਂ ਤੋਂ ਜੀ ਹਾਂ ਅਸੀਂ ਮਤਲਬ ਉਹਨ ਸਰਕਾਰੀ ਸਕੂਲਾਂ ਚ ਪੜੇ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਚਿੰਗ ਨਹੀਂ ਲਈ ਤੇ ਸੈਲਫ ਸਟਡੀ ਕਰਦੇ ਮੈਂ ਕਹਿੰਦਾ ਉਹ ਵਿੱਚ ਉੱਥੇ ਤੋਂ ਫਿਰ ਜਾ ਕੇ ਮਤਲਬ ਪ੍ਰਮਾਤਮਾ ਨੇ ਇੱਕ ਇਹੋ ਜੀ ਮਤਲਬ ਕਹਿੰਦੇ ਨਾ ਇਸ ਦਿਸ਼ਾ ਸਾਨੂੰ ਦੇਤੀ ਕਿ ਅਸੀਂ ਪਿੱਛੇ ਮੁੜ ਕੇ ਨਹੀਂ ਦੇਖ। ਥਰਡ ਅਟੈਂਪਟ ਸੀ ਤੁਹਾਡਾ। ਮੇਰਾ ਥਰਡ ਅਟੈਂਪਟ ਸੀਗਾ ਫਸਟ ਅਟੈਂਪਟ ਮੈਂ ਪ੍ਰੀ ਕੀਤਾ ਸੀਗਾ। ਸੈਕਿੰਡ ਮੈਂ ਚੰਡੀਗੜ੍ਹ ਪੁਲਿਸ ਦੀ ਟ੍ਰੇਨਿੰਗ ਕਰ ਰਿਹਾ ਸੀਗਾ ਦਿੱਲੀ ਮੇਂ। ਜੜੋਦਾ ਕਲਾਈਕ ਟ੍ਰੇਨਿੰਗ ਸੈਂਟਰ ਹੈਗਾ ਉੱਥੇ ਤੇ ਉਹ ਉਹਦੇ ਚ ਮੇਰਾ ਪ੍ਰੀ ਨਹੀਂ ਹੋਇਆ। ਥਰਡ ਮੈਂ ਮਤਲਬ ਮੇਰਾ ਅਟੈਂਪਟ ਕਲੀਅਰ ਹੋਇਆ। ਮੈਂ ਉਹੀ ਪੁੱਛਣਾ ਚਾਹੁੰਦਾ ਜੋ ਤੁਸੀਂ ਦੋ ਦੋ ਵਾਰ ਨਹੀਂ ਕਲੀਅਰ ਹੋਇਆ। ਉਹ ਤੋਂ ਦੋ জব ਕਰ ਰਹੇ ਸੀ ਉਹ ਵੀ ਇੱਕ ਪੁਲਿਸ ਦੀ ਤੇ ਆਪਦੇ ਆਪ ਨੂੰ ਵੈਸੇ ਡੀਮੋਟਿਵੇਟ ਹੋ ਜਾਂਦਾ ਬੰਦਾ ਕਿ ਇੰਨਾ ਕੰਮ ਕਰਦੇ ਇੰਨੀ ਜੌਬ ਕਰਦੇ ਫੇਰ ਵੀ ਮੈਂ ਟੈਸਟ ਦੇਤੇ ਫੇਰ ਵੀ ਨਹੀਂ ਕਲੀਅਰ ਹੋ ਰਿਹਾ ਨਹੀਂ ਨਹੀਂ ਦੇਖੋ ਜਦੋਂ ਜਦੋਂ ਤੁਸੀਂ ਤਿਆਰੀ ਕਰਦੇ ਹੋ ਨਾ ਤੁਹਾਡੇ ਜੋ ਇਸ ਤਰ੍ਹਾਂ ਦੇ ਨਾ ਅਪ ਐਂਡ ਡਾਊਨ ਆਂਦੇ ਰਹਿੰਦੇ ਆ ਕਿਉਂਕਿ ਪੰਜਾਬ ਯੂਨੀਵਰਸਿਟੀ ਜਨਰਲੀ ਨਾ ਇੰਗਲਿਸ਼ ਮੀਡੀਅਮ ਇਸ ਟਾਈਪ ਦੀ ਯੂਨੀਵਰਸਿਟੀ ਹੈਗੀ ਆ ਬਟ ਜਦੋਂ ਅਸੀਂ ਹਿੰਦੀ ਮੀਡੀਅਮ ਪੜ੍ਹਦੇ ਹਾਂ ਕਿ ਬਹੁਤ ਸਾਰੇ ਲੋਕੀ ਸਾਨੂੰ ਮਤਲਬ ਥੋੜਾ ਦੂਜੇ ਤਰੀਕੇ ਨਾਲ ਦੇਖਦੇ ਸੀ ਕਿ ਮੈਂ ਨਾਮ ਤੋਂ ਨਹੀਂ ਲੈਣਾ ਚਾਹੁੰਦਾ ਬਟ ਬਿਕੋਜ਼ ਤੁਸੀਂ ਕਮਿ ਬਹੁਤ ਸੀ ਇਹੋ ਜੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਸੀ ਬਟ ਇਹ ਵੀ ਤੁਹਾਨੂੰ ਵੇਖਣਾ ਮਤਲਬ ਕੁਝ ਨਾ ਕੁਝ ਸਿਖਾਉਂਦੀ ਹੈ ਮਤਲਬ ਜੇ ਕੋਈ ਬੰਦਾ ਕਮੈਂਟ ਕਰਦਾ ਹੈ ਜਾਂ ਕੋਈ ਇਸ ਤਰੀਕੇ ਨਾਲ ਤੁਹਾਨੂੰ ਦੇਖ ਦੇਖਦਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਬਟ ਤੁਸੀਂ ਉਹਨੂੰ ਡਬਲ એનર્ਜੀ ਨਾਲ ਤੁਸੀਂ ਅੱਗੇ ਕੰਮ ਕਰਦੇ ਹੋ ਫਸਟ ਅਟੈਂਪਟ ਮੇ ਰਹੇਗੇ ਸੈਕੰਡ ਮੇ ਰਹੇਗੇ ਮਤਲਬ ਪਤਾ ਹੈ ਕਿ ਯੂਪੀਐਸਸੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾ ਇੱਕ ਭਗਤੀ ਟਾਈਪ ਹੀ ਹੈਗੀ ਹੈ ਕਿ ਤੁਸੀਂ ਜਦੋਂ ਤੱਕ ਲਾਸਟ ਅਟੈਂਪਟ ਤੱਕ ਨਹੀਂ ਐਫਰਟ ਕਰਦੇ ਬਹੁਤ ਸੇ ਲੋਕ ਕਿ ਬਿਲਕੁਲ ਲਾਸਟ ਅਟੈਂਪਟ ਮੇ ਉਹਦਾ ਮਤਲਬ ਆਪਾਂ ਕਹਿ ਸਕਦੇ ਆ ਇਹ ਕਹਿ ਸਕਦੇ ਤੁਸੀਂ ਕਿਉਂਕਿ ਤੁਹਾਡਾ ਕੰਮ ਜੋ ਹੈ ਨਾ ਕੰਪਲੀਟ ਜਿਹੜਾ ਤੁਹਾਡਾ ਡੈਡੀਕੇਸ਼ਨ ਹੈ ਉਸੇ ਤੇ ਹੁੰਦੀ ਹੈ ਤੁਹਾਡੀ ਮੋਟੀਵੇਸ਼ਨ ਕੀ ਰਹਿੰਦੀ ਹੈ ਕੁਲਦੀਪ ਚਾਲਦੇ ਨਹੀਂ ਮੋਟੀਵੇਸ਼ਨ ਸਾਡਾ ਕੰਮ ਹੀ ਸਾਡੀ ਮੋਟੀਵੇਸ਼ਨ ਹੈਗੀ ਹੈ ਐਂਡ ਸਾਨੂੰ ਚੰਗਾ ਲੱਗਦਾ ਹੈ ਕਿ ਮਤਲਬ ਅਸੀਂ ਪਬਲਿਕ ਡੀਲਿੰਗ ਕਰਦੇ ਆ ਕਿ ਕੋਈ ਵੀ ਤੁਹਾਡੇ ਕੋਲੇ ਆਏ ਭਾਵੇਂ ਕੋਈ ਗਰੀਬ ਆਏ ਕਿਉਂਕਿ ਦੇਖੋ ਪੁਲਿਸ ਕੀ ਨੌਕਰੀ ਤੁਹਾਨੂੰ ਹਰ ਟਾਈਪ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਦਿੰਦੀ ਹੈ ਐਂਡ ਅਸੀਂ ਬਿਯੋਂਡ ਕਿਸੇ ਵੀ ਐਨੀ ਰਿਲੀਜੀਅਨ ਕਾਸਟ ਔਰ ਕੋਈ ਵੀ ਸਟੇਟਸ ਅਸੀਂ ਮਤਲਬ ਨਿਆਂ ਕਰਨਾ ਹੁੰਦਾ ਹੈ ਤਾਂ ਤੁਸੀਂ ਹਰ ਬੰਦੇ ਦੇ ਨਾਲ ਜਦੋਂ ਨਿਆਂ ਹੀ ਕਰਦੇ ਹੋ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਕਿਉਂਕਿ ਹਰ ਬੰਦਾ ਨਿਆਂ ਦਾ ਹੱਕਦਾਰ ਹੈ ਇਹੀ ਸਾਡਾ ਮੋਟੀਵੇਸ਼ਨ ਹੈ ਕਿ ਕੰਮ ਕਰੀਏ ਤੇ ਮਤਲਬ ਇੱਕ ਕੋਈ ਬੰਦਾ ਤੁਹਾਨੂੰ ਮਿਲ ਕੇ ਜਾਏ ਉਹਨੂੰ ਇਹ ਨਾ ਲੱਗੇ ਯਾਰ ਮੇਰੀ ਗੱਲ ਨਹੀਂ ਸੁਣੀ ਯਾ ਮੈਨੂੰ ਇਗਨੋਰ ਕਰਤਾ ਯਾ ਮੈਨੂੰ ਮਾੜਾ ਬੋਲਿਆ ਗੱਲ ਸੁਣਨਾ ਮਤਲਬ ਸਾਡਾ ਫਸਟ ਡਿਊਟੀ ਹੈਗੀ ਬੰਦੇ ਦੀ ਗੱਲ ਸੁਣਨਾ ਤਾਂ ਮੇਰੀ ਫਸਟ ਪ੍ਰਾਇੋਰਟੀ ਸਾਡੀ ਇਹ ਹੀ ਰਹਿੰਦੀ ਹੈ ਕਿ ਬੰਦੇ ਦੀ ਗੱਲ ਸੁਣੀ ਜਾਏ ਸੁਣੀ ਜਾਏ ਜਦੋਂ ਤੁਸੀਂ ਸਹੀ ਤਰੀਕੇ ਨਾਲ ਗੱਲ ਸੁਣਦੇ ਹੋ ਤਾਂ ਬੰਦੇ ਨੂੰ ਪਤਾ ਹੁੰਦਾ ਉਹ ਜੋ ਜਿਹੜਾ ਬੰਦਾ ਆਂਦਾ ਉਹਨੂੰ ਮੈਕਸਿਮਮ ਪਤਾ ਹੁੰਦਾ ਕਿ ਮੈਂ ਕਿਹੜੇ ਪਾਸੇ ਖੜਿਆ ਗਲਤ ਹੈ ਠੀਕ ਹੈ ਬਟ ਤੁਸੀਂ ਉਹਨੂੰ ਜਸਟੀਫਾਈ ਕਰਨਾ ਹੁੰਦਾ ਜੇ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਮਤਲਬ ਇਹ ਫੀਲ ਕਰਾਓਗੇ ਯਾ ਉਹਨੂੰ ਬਰੀਫ ਕਰੋਗੇ ਤਾਂ ਉਹਨੂੰ ਪਤਾ ਹੁੰਦਾ ਕਿ ਮੈਂ ਹਾਂ ਇੱਥੇ ਗਲਤ ਨਾ ਪਰ ਬਾਹਰ ਚੀਜ਼ ਦੇ ਰਸਤੇ ਨਿਕਲ ਜਾਉਂਗਾ ਕਿ ਸਾਡ ਜਿਹੜਾ ਕੰਮ ਹੈ ਉਹੀ ਸਾਡਾ ਮੋਟੀਵੇਸ਼ਨ ਹੈ ਬਿਲਕੁਲ ਜੀ ਬਿਲਕੁਲ ਬਤੌਰ ਏਐਸਆਈ ਉਸ ਤੋਂ ਬਾਅਦ ਐਸਪੀ ਫਰੈਸ ਐਸਪੀ ਬਤੌਰ ਸੀਪੀ ਕੀ ਕੁਝ ਬਦਲਿਆ ਕੁਲਦੀਪ ਚਾਲਦੀ ਲਾਈਫ ਚ ਨਹੀਂ ਬਦਲਾਓ ਤਾਂ ਜੇ ਲਾਈਫ ਸਟਾਈਲ ਮੈਂ ਦੇਖੇ ਤਾਂ ਕੋਈ ਬਹੁਤਾ ਜ਼ਿਆਦਾ ਬਦਲਾਵ ਨਹੀਂ ਆ ਮੈਂ ਖਾਣ ਪਾਣ ਜਾਂ ਜੋ ਲਾਈਫ ਸਟਾਈਲ ਹੈ ਉਹ ਬਿਲਕੁਲ ਸੇਮ ਹੀ ਹੈਗਾ ਹਾਂ ਅਬ ਲੋਕਾਂ ਦੀ ਮੈਂਟਲੀ ਨਹੀਂ ਬਿਲਕੁਲ ਅਸੀਂ ਟਾਈਮ ਕੇ ਸਾਥ ਮੈਂ ਕਹਿ ਸਕਦਾ ਕਿ ਅਸੀਂ ਜ਼ਿੰਮੇਵਾਰੀ ਆ ਜਾਂਦੀ ਹੈ ਤੇ ਜਦੋਂ ਜਦੋਂ ਪ੍ਰਮੋਸ਼ਨਉਂ ਦੀਏ ਮਤਲਬ ਇਵਨ ਸੀਨੀਅਰਸ ਆਫੀਸਰ ਜਾਂ ਜੋ ਉਹ ਆਪਸੇ ਔਰ ਮੈਚਿਓਰਿਟੀ ਕੀ ਐਕਸਪੈਕਟੇਸ਼ਨ ਕਰਦੇ ਐ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਟਾਈਮ ਦੇ ਨਾਲ ਥੋੜਾ ਔਰ ਮੈਚੂਰ ਕਿਉਂਕਿ ਹਰ ਹਰ ਟਾਈਮ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਉਸਕੇ ਟਾਈਮ ਕੋ ਅਕੋਰਡਿੰਗ ਆਪਕੋ ਮਤਲਬ ਬਿਹੇਵ ਕਰਨਾ ਹੁੰਦਾ ਤੁਸੀਂ ਡੀਜੀਪੀ ਸਾਹਿਬ ਦੀ ਗੱਲ ਕਰੀ ਗੌਰਵ ਯਾਦ ਹੋਣਾ ਦੀ ਜਿਸ ਦਿਨ ਤੁਸੀਂ ਕਿਹਾ ਕਿ ਹਮੇਸ਼ਾ ਮਤਲਬ ਜਿਵੇਂ ਜਿਵੇਂ ਡਿਊਟੀ ਤੁਹਾਡੀ ਜਾਂਦੀ ਰਹੀ ਤਾਂ ਉਹੀ ਤੁਹਾਡੇ ਸੀਨੀਅਰ ਰਿਸਿਜਾਂ ਉਹੀ ਤੁਹਾਡੇ ਸਰ ਸੀ ਅੱਗੇ ਤਾਂ ਜਿਸ ਦਿਨ ਡੀਜੀਪੀ ਅਪਾਇੰਟ ਕੀਤਾ ਜਾਂਦਾ ਉਸ ਦਿਨ ਫਿਰ ਜਿਸ ਦਿਨ ਤੁਸੀਂ ਤੁਸੀਂ ਖੁਦ ਫੋਨ ਕੀਤਾ ਫਿਰ ਉਹ ਨਹੀਂ 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 ਸਾਡੇ ਤੋਂ ਬਹੁਤ ਅਸੀਂ ਹਮੇਸ਼ਾ ਉਹਨਾਂ ਦੇ ਇੱਕ ਸਿਪਾਈ ਹੈ ਐਂਡ ਬਤੌਰ ਉਹਨਾਂ ਦੇ ਇੱਕ ਉਹ ਕੰਮ ਕਰਦੇ ਐਂਡ ਕੋਈ ਵੀ ਸੀਨੀਅਰ ਅਫੀਸਰ ਸਾਡਾ ਜੋ ਵੀ ਹੈਗਾ ਅਸੀਂ ਬਿਲਕੁਲ ਜੋ ਵੀ ਜੋ ਵੀ ਬੈਸਟ ਅਸੀਂ ਮਤਲਬ ਉਹਨਾਂ ਦੇ ਅੰਡਰ ਜੋ ਵੀ ਬੈਸਟ ਕਰ ਸਕਦੇ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੇਮ ਸਰ ਦੇ ਵਾਸਤੇ ਵੀ ਮੈਂ ਇਹੀ ਕਹਿੰਦਾ ਸਰ ਵੈਸੇ ਹੀ ਬਹੁਤ ਐਕਟਿਵ ਹੈਗੇ ਆ ਐਂਡ ਉਹ ਜਿਵੇਂ ਅਸੀਂ ਬਹੁਤ ਕੁਝ ਸਿੱਖਿਆ ਭਈ ਕ੍ਰਾਈਮ ਮੀਟਿੰਗ ਮਤਲਬ ਉਹ ਜਿੰਨੀ ਉਹ ਫਾਸਟ ਲੈਂਦੇ ਆ ਸਾਇਦ ਹੀ ਕੋਈ ਮੇਰੇ ਕਾ ਸੇ ਜਿੰਨੀ ਉਹ ਫਾਈਲਿੰਗ ਦਾ ਫਾਈਲ ਉਹ ਇਨਾਵ ਕਰਦੇ ਆ ਫਾਸਟ ਸਾਇਦ ਹੀ ਮਤਲਬ ਕੀ ਸਿਦਾ ਹੋਣਾ ਤਾਂ ਇਹੋ ਜੀ ਬਹੁਤ सी ਚੀਜ਼ਾਂ ਬਹੁਤ सी ਪੋਜ਼ਿਟਿਵ ਚੀਜ਼ਾਂ ਦੋ ਸਰ ਨੂੰ ਸਰ ਤੋਂ ਸਿੱਖਣ ਨੂੰ ਮਿਲਦੀ ਆ ਤੇ ਅਸਾ ਜਿਵੇਂ ਮੈਂ ਗੱਲ ਕਰਨਾ ਤੁਹਾਡੀ ਲਾਈਫਟਾਈਮ ਜਾਨੀ ਜੋ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਆ ਕੇ ਉਸ ਤੋਂ ਬਾਅਦ ਸੀਪੀ ਹੁਣ ਬਣਿਓ ਤਾਂ ਲੱਗਦਾ ਕਦੇ ਕੁਝ ਮਿਸ ਹੋਇਆ ਜਾਂ ਕੁਝ ਰਹਿ ਗਿਆ ਨਹੀਂ ਵੈਸੇ ਬਈ ਬੰਦਾ ਇਕੱਲਾ ਬਹਿ ਕੇ ਸੋਚਦਾ ਕਿ ਨਹੀਂ ਪ੍ਰਮਾਤਮਾ ਨੇ ਬਹੁਤ ਕੁਝ ਮਤਲਬ ਬਹੁਤ ਹੀ ਕਹਿੰਦੇ ਬਹੁਤ ਕੁਝ ਦਿੱਤਾ ਹੈ ਐਂਡ ਅਸੀਂ ਜਦੋਂ ਪਿੰਡੋਂ ਆਏ ਸੀਗੇ ਬਿਲਕੁਲ ਹੀ ਮਤਲਬ ਐਂ ਸੀਗਾ ਭਾਈ ਪੜ੍ਹਨਾ ਬਸ ਪੜ੍ਹਨਾ ਹੈ ਜੇ ਕੁਝ ਬੰਨ ਜੇਬ ਚ ਬਸ ਐਂ ਚਾਹ ਕੋਫੀ ਦੇ ਪੈਸੇ ਚਾ ਕੋਫੀ ਤਾਂ ਅਸੀਂ ਪਿੰਦੇ ਹੀ ਨਹੀਂ ਸੀਗੇ ਚਾਹ ਵਗੈਰਾ ਹੀ ਪਿੰਦੇ ਸੀ ਪੰਗਲੇ ਚਾਹ ਜਿਆਦਾ ਪੀਂਦੇ ਹਾਂ ਚਾਹ ਕੋਫੀ ਤਾਂ ਇੱਥੇ ਹੀ ਆ ਕੇ ਸਿੱਖੀ ਹੈ ਪੇਸਟਰੀ ਮੈਂ ਅਸੀਂ ਤਾਂ ਕਦੇ ਪਹਿਲਾਂ ਵੀ ਨਹੀਂ ਵੀ ਇਹ ਤਾਂ ਟੀ ਲਾਉਰ ਹਾਂ ਸੀ ਪੀ ਲੈਂਦੇ ਚਾਹ ਮਤਲਬ ਉਸ ਟੂਸੀ ਤੇ ਆਦਤ ਪੈ ਜਾਂਦੀ ਹੈ ਸਟੂਡੈਂਟ ਸੈਂਟਰ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਦੋਂ ਉਹ ਜਗ੍ਹਾ ਹੀ ਹੈ ਉਹ ਜਗ੍ਹਾ ਹੀ ਇਹੋ ਜੀ ਹੈ ਤੇ ਹੁਣ ਵੀ ਜਦੋਂ ਕਦੇ ਮੌਕਾ ਮਿਲਦਾ ਹੁਣ ਘਟ ਮਿਲਦਾ ਹੈ ਮੌਕਾ ਤੇ ਜਦੋਂ ਮੌਕਾ ਮਿਲਦਾ ਉੱਥੇ ਜਾ ਕੇ ਮਤਲਬ ਅਸੀਂ ਚਲੇ ਜਾਂਦੇ ਬਟ ਮੈਂ ਉਹ ਹੀ ਤਾਂ ਇਹੋ ਜੀ ਚੀਜ਼ਾਂ ਬਹੁਤ ਕੁਝ ਦਿੱਤਾ ਹੈ ਪਰਮਾਤਮਾ ਨੇ ਮਿਸਿੰਗ ਤਾਂ ਕੁਝ ਨਹੀਂ ਹੈ ਪਰਮਾਤਮਾ ਨੇ ਚੰਗਾਈ ਚੰਗਾ ਕੀਤਾ ਸਾਰਾ ਕੁਸਾਰ ਪਿੰਡ ਕਿੰਨੇ ਟਾਈਮ ਬਾਝਾਂਦੇ ਜਾਂਦੇ ਰਹਿੰਦੇ ਪਿੰਡ ਜਾਂਦੇ ਰਹਿੰਦੇ ਸਾਡੀ ਉੱਥੇ ਟੀਮ ਹੈ ਉਹ ਕੰਮ ਕਰਦੀ ਰਹਿੰਦੀ ਹੈ ਮੇਰੇ ਫਾਦਰ ਮੇਰੀ ਮਦਰ ਤੇ ਫੈਮਿਲੀ ਹੈਗੀ ਹੈ ਸਾਡੀ ਖੇਤੀ ਬਾੜੀ ਹੈ ਉੱਥੇ ਐਂਡ ਕਿਉਂਕਿ ਅਸੀਂ ਮੱਜਾ ਵੀ ਕਾਫੀ ਮਤਲਬ ਬੰਜਾ ਗਾਮ ਰੱਖਣ ਦੇ ਸ਼ਿਕੀਰ ਨਾ ਪੂਰਾ ਨਹੀਂ ਮੈਂ ਬਚਪਨ ਤੋਂ ਹੀ ਅਸੀਂ ਰੱਖੀ ਹੈ ਹੁਣ ਵੀ ਰੱਖਦੇ ਆ ਮਤਲਬ ਹੁਣ ਵੀ ਰੱਖੀ ਹੋਈ ਹੈ ਮੈਂ ਔਰ ਕਹਿੰਦੇ ਆ ਕਿ ਖੇਤੀ ਨਾਲ ਅਸੀਂ ਜੁੜੇ ਆ ਪੁਰਾਣੇ ਜੁੜੇ ਆ ਐਂਡ ਪਿੰਡ ਮੇ ਅਸੀਂ ਕਾਫੀ ਐਕਟੀਵਿਟੀ ਵੀ ਕਰ ਰਹੇ ਹਾਂ ਉੱਥੇ ਕਾਫੀ ਤੁਸੀਂ ਕੰਮ ਵੀ ਕਰਦੇ ਹੋ ਪਿੰਡ ਦੇ ਵਿੱਚ ਜੋ ਸੋਸ਼ਲ ਆਪਾ ਵਰਕ ਦੀ ਗੱਲ ਕਰੀਏ ਤਾਂ ਪਿੰਡ ਅਸੀਂ ਵੇਖਿਆ ਤੁਹਾਡਾ ਪਿੰਡ ਜਾ ਕੇ ਮਤਲਬ ਬੜਾ ਉੱਥੇ ਤੁਸੀਂ ਲਾਇਬ੍ਰੇਰੀ ਬਣਾਈ ਹੋਈ ਆ ਬਹੁਤ ਜ਼ਿਆਦਾ ਵਧੀਆ ਤੇ ਇੱਕ ਹੋਰ ਵੀ ਤੁਸੀਂ ਉੱਥੇ ਬੈਠਣ ਨੂੰ ਜਾਂ ਆਪਾਂ ਕਹ ਲਈਏ ਕਿ VOTING ਵੇਰਾ ਦਾ ਪ ਅੱਛਾ ਉਹਨੂੰ ਮੇਨਟੇਨ ਕਰਕੇ ਰੱਖਿਆ ਹੋਇਆ। ਬਿਲਕੁਲ ਇੱਕ ਉਥੇ ਨਾ ਪ੍ਰਯਾਸ ਨਾਮ ਦੀ ਇੱਕ ਅਸੀਂ ਉਹ ਬਣਾਈ ਹੈ ਆਰਗੇਨਾਈਜੇਸ਼ਨ ਬਣਾਈ ਹੈ ਔਰ ਯੂਥ ਹੈ ਉਥੇ ਦਾ ਬਹੁਤ ਹੀ ਬਹੁਤ ਹੀ ਮਤਲਬ ਮੋਟੀਵੇਟਿਡ ਯੂਥ ਹੈ ਪਿਛਲੇ 2016 ਵਿੱਚ ਅਸੀਂ ਸਟਾਰਟ ਕੀਤੀ ਸੀਗੀ ਐਂਡ ਤਕਰੀਬਨ ਅਸੀਂ 50 ਹਜ਼ਾਰ ਤੋਂ ਉੱਤੇ ਉਥੇ ਅਸੀਂ ਪੇੜ ਲਾਏ ਹੈ ਜੇ ਹੁਣ ਦੇਖੋਗੇ ਤੁਹਾਨੂੰ ਮਤਲਬ ਅਲੱਗ ਹੀ ਉਹ ਦੇਖਣ ਨੂੰ ਮਿਲੂਗਾ ਨਜ਼ਾਰਾ ਇੱਕ ਅਸੀਂ ਸਟੇਡੀਅਮ ਬਹੁਤ ਵਧੀਆ ਤਿਆਰ ਕਰਵਾਇਆ ਐਂਡ ਉਹਦੇ ਬਹੁਤ ਵਧੀਆ ਰਿਜ਼ਲਟ ਹੈ ਸਟੇਡੀਅਮ ਦੇ ਤੁਸੀਂ ਮਤਲਬ ਇੰਟਰਨੈਸ਼ਨਲ ਪਲੇਅਰ ਉਥੇ ਨਿਕਲੇ ਆ ਉਸ ਤੋਂ ਬਾਅਦ ਮਤਲਬ ਜਨਰਲੀ ਹਰਿਆਣੇ ਚ ਥੋੜਾ ਜਿਹਾ ਮਤਲਬ ਲੇਡੀਜ਼ ਐਜ਼ ਕੰਪੇਅਰ ਟੂ ਪੰਜਾਬ ਥੋੜਾ ਸਾ ਬੈਕਫੁੱਟ ਤੇ ਰਹਿੰਦੀ ਬਟ ਉਥੇ ਤੁਸੀਂ ਹੁਣ ਜਾ ਕੇ ਦੇਖੋ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਚੇਂਜ ਮਿਲੇਗਾ ਤੁਹਾਨੂੰ 11 ਵਜੇ ਵੀ ਲੇਡੀਜ਼ ਉਥੇ ਵਾਕ ਕਰਦੀ ਮਿਲੋਗੇ ਜੋ ਜੋ ਤੁਸੀਂ ਮਿਸਿੰਗ ਅਸੀਂ ਬਿਲਕੁਲ ਹੀ ਨਹੀਂ ਪਤਾ ਅਸੀਂ ਬਿਲਕੁਲ ਸਾਨੂੰ ਬਿਲਕੁਲ ਅਸੀਂ ਤਾਂ ਵੀ ਐਡ ਕਰਨ ਗਏ ਸੀਗੇ ਜੀ ਉਥੇ ਸਹੀ ਗੱਲ ਦੱਸਤਾ ਬੀਐਡ ਕਰਨੇ ਪਹਿਲੇ ਅਸੀਂ ਐਮਪੀਐਡ ਮੇ ਜਾਣਾ ਚਾਹੁੰਦੇ ਸੀਗੇ ਉੱਥੇ ਐਡਮਿਸ਼ਨ ਨਹੀਂ ਹੋਇਆ ਕਿਉਂਕਿ ਜਿਹੜੀ ਜਿਹੜਾ ਸਪੋਰਟਸ ਮੇ ਕਰਦਾ ਸੀਗਾ ਉਹ ਸਪੋਰਟਸ ਐਲੀਜੀਬਲ ਨਹੀਂ ਸੀਗਾ ਉਹਦੇ ਚ ਸਰਟੀਫਿਕੇਟ ਸੀ ਸਪੋਰਟਸ ਕੋਟਾ ਨਹੀਂ ਤੁਸੀਂ ਫਿਰ ਜੁਆਇਨ ਕੀਤਾ ਕੋਈ ਨਹੀਂ ਨਹੀਂ ਕਿਉਂਕਿ ਮੈਂ ਸਪੋਰਟਸ ਤੋਂ ਮੈਂ ਤਾਂ ਸਰਕਲ ਕਬੱਡੀ ਖੇਡਦਾ ਸੀਗਾ ਤੇ ਉਹ ਜਿਹੜਾ ਸੀਗਾ ਉਹ ਐਲੀਜੀਬਲ ਨਹੀਂ ਸੀਗਾ ਤੋ ਐਮਪੀਐਡ ਚ ਰਹਿ ਗਏ ਤੇ ਸੋਚਿਆ ਬੀਐਡ ਕਰ ਲੀਓ ਬੀਐਡ ਚ ਤੋ ਫਿਰ ਉੱਥੇ ਜਾ ਕੇ ਚੰਡੀਗੜ੍ਹ ਉਹ ਬਹੁਤ ਹੀ ਇੱਕ ਅਲੱਗ ਹੀ ਮਾਹੌਲ ਸਨੂ ਗ੍ਰੈਜੂਏਸ਼ਨ ਕਾਜ ਕੀਤੀ ਉਸੇ ਮੈਂ ਮੇਰੀ ਆਰਟਸ ਵਿੱਚ ਸੀਗੀ ਹਿਸਟਰੀ ਐਂਡ ਜੀਓਗ੍ਰਾਫੀ ਐਮਏ ਬੀ ਹਿਸਟਰੀ ਹਿਸਟਰੀ ਨਾਲ ਪੜ੍ਹਦੇ ਹਾਂ ਫਿਰ ਕਿਤਾਬਾਂ ਨੂੰ ਨਹੀਂ ਮੈਂ ਮਤਲਬ ਹੁਣ ਤੋਂ ਇਨਾ ਟਾਈਮ ਨਹੀਂ ਮਿਲਦਾ ਵੈਸੇ ਯਕੀਨ ਹੋ ਨਾ ਹਿਸਟਰੀ ਮਤਲਬ ਹਾ ਹਿਸਟਰੀ ਸਪੈਸ਼ਲੀ ਹਿਸਟਰੀ ਸਪੈਸ਼ਲੀ ਬਾਇਓਗ੍ਰਾਫੀ ਇਸ ਟਾਈਪ ਦੀ ਜਿਹੜਾ ਬਹੁਤ ਮੈਂ ਆਮ ਨੋਟ ਸਟੂਡੀਅਸ ਮੈਂ ਟੂ ਬੀ ਫ੍ਰੈਂਕਲੀ ਕਿ ਬਟ ਇਹ ਹੈ ਕਿ ਜਿੰਨਾ ਮੌਕਾ ਮਿਲਦਾ ਮੈਂ ਏਸੀ ਟਾਈਪ ਦੀ ਕਿਤਾਬ ਕਰਦੇ ਪੜ੍ਹਨ ਦਾ ਮੌਕਾ ਮਿਲਦਾ ਤਾਂ ਜ਼ਰੂਰ ਜ਼ਰੂਰ ਪੜ੍ਹਦੇ ਪਿੰਡ ਜਦੋਂ ਫਿਰ ਜਾਣੇ ਹੋ ਕੀ ਫਰਕ ਮਹਿਸੂਸ ਕਰਦੇ ਹੋ ਉਹਨਾਂ ਟਾਈਮਾਂ ਦਾ ਜਾਂ ਅੱਜ ਦੇ ਟਾਈਮ ਦਾ ਨਹੀਂ ਉਥੇ ਹੁਣ ਵੈਸੇ ਮੈਨੂੰ ਸਾਰੇ ਜਾਣਦੇ ਹੀ ਹੈ ਬਟ ਕਿਉਂਕਿ ਹੁਣ ਜਨਰੇਸ਼ਨ ਨਵੀਂ ਆ ਗਈ ਹੈ ਔਰ ਸਾਡੇ ਜਿੰਨੇ ਵੀ ਸੰਗੀ ਸਾਥੀ ਸੀਗੇ ਕੋਈ ਇਧਰ ਸੈਟਲ ਹੋ ਗਿਆ ਪਿੰਡ 'ਚ ਵੀ ਬਹੁਤ ਬਟ ਚੰਗਾ ਲੱਗਦਾ ਜੀ ਉਥੇ ਮਤਲਬ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਦੇ ਆ ਫਿਰ ਜੋ ਵੀ ਉਹ ਜਿਨ੍ਹਾਂ ਨੂੰ ਕੋਈ ਲੋਡ ਹੈ ਜਾਂ ਕੋਈ ਹੈ ਉਹਨਾਂ ਨੂੰ ਜਿਵੇਂ ਵੀ ਕੋਈ ਚੀਜ਼ ਆਸੀ ਬੈਠ ਕੇ ਸਾਰੇ ਸਲਾਹ ਕਰਦੇ ਐ ਐਂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਬੈਸਟ ਤੋਂ ਬੈਸਟ ਕੀ ਕੀਤਾ ਜਾਏ ਕਲਚਰਲੀ ਕਿਉਂਕਿ ਉਸ ਜਦੋਂ ਲਾਇਬ੍ਰੇਰੀ ਅਸੀਂ ਬਣਾਏ ਉਸ ਤੋਂ ਬਾਅਦ ਉਹਦੇ ਰਿਜ਼ਲਟ ਹੈ ਉਸਕੇ ਸਾਨੂੰ ਬਹੁਤ ਸਕੂਨ ਫੀਲ ਹੋਇਆ ਕਿ ਵਾਕਈ ਮੈਂ ਇਹਦਾ ਬਣਾਉਣਾ ਕਿਉਂਕਿ ਉਹਦੇ ਉਹ ਪਿੰਡ ਦੀ ਤੁਸੀਂ ਲਾਇਬ੍ਰੇਰੀ ਦੇਖੋਗੇ ਉੱਥੇ ਪਿੰਡ ਡਰੋਪ ਸਾਇਲੈਂਸ ਹੈ ਕਟੂਕਟ ਵहां कट से ਤੁਨੂੰ 100 ਦੇ ਆਸ-ਪਾਸ ਦੇ ਬੰਦੇ ਆਸ-ਪਾਸ ਦੇ ਪਿੰਡਾਂ ਦੇ ਬੰਦੇ ਉੱਥੇ ਆਉਂਦੇ ਆ ਬੈਠ ਕੇ ਪੜਦੇ ਆ 24 ਆਵਰ ਉਹ ਓਪਨ ਹੈਗੀ ਉਹਦੇ ਰਿਜ਼ਲਟ ਬਹੁਤ ਚੰਗੇ ਹੁੰਦੇ ਸਾਰਾ ਹੌਰਸ ਰਾਈਡਿੰਗ ਦਾ ਵੀ ਬਹੁਤ ਸ਼ੌਂਕ ਹੈ ਤੁਨੂੰ ਹਾਂ ਨਹੀਂ ਉਹ ਬਚਪਨ ਤੋਂ શીਖ ਗਏ ਪਿੰਡਾਂ 'ਚ ਨਾ ਪਿੰਡਾਂ 'ਚ ਅਸੀਂ ਘੋੜੇ-ਗਾੜੇ ਚਲਾ ਲੈਂਦੇ ਸੀਗੇ ਕਿਸੇ ਦਾ ਪੜੋਸੀ ਦਾ ਅੱਜ ਵੀ ਰੱਖੀਆਂ ਕੋੜੀਆਂ ਫਿਰ ਉੱਥੇ ਨਹੀਂ ਨਹੀਂ ਮੈਂ ਬਿਲਕੁਲ ਨਹੀਂ ਰੱਖੀਆ ਮੈਂ ਅਸੀਂ ਤੋਂ ਮੱਝ ਵਗੈਰਾ ਰੱਖਦੇ ਬਟ ਕੋੜੇ ਹੈ ਕਿ ਫਿਰ ਕਿਉਂਕਿ ਕਿਉਂ ਜਦੋਂ ਤੁਸੀਂ ਬਚਪਨ ਤੋਂ ਜਾਨਵਰ ਦੇ ਨਾਲ ਹੁੰਦੇ ਨਾ ਫਿਰ ਤੁਸੀਂ ਯੂਜ਼ ਟੂ ਹੁੰਦੇ ਹੋ ਤਬ ਅਕੈਡਮੀ ਚ ਜਾ ਕੇ ਫਿਰ ਮੈਂ ਪ੍ਰੋਪਰ ਰਾਈਡਿੰਗ ਸਿੱਖੀ ਉੱਥੇ ਮੈਡਲ ਵੀ ਆਇਆ ਮੇਰਾ ਟੌਕ ਕੱਪ ਸਾਡਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਸਮੇ ਤੋਂ ਉਸ ਤੋਂ ਬਾਅਦ ਜਦੋਂ ਕੋਈ ਮੌਕਾ ਮਿਲਦਾ ਤਾਂ ਮੈਂ ਚਲਾ ਲੈਂਦਾ ਕਿਸੇ ਵੀ ਟਾਈਪ ਦਾ ਘੋੜਾ ਦੇ ਦੋ ਮੈਂ ਚਲਾ ਲੂੰਗਾ ਉਹਨੂੰ ਚੰਗੀ ਤਰੀਕੀ ਹਾਂ ਬਿਲਕੁਲ ਜੀ ਉਸਕੋ ਇਸਕੋ ਟ੍ਰੋਟ ਵੀ ਕਰਾ ਦਿੰਦੇ ਹਾਂ ਉਸ ਨੂੰ ਕੈਂਟਰ ਵੀ ਕਰਾ ਦਿੰਦੇ ਹਾਂ ਉਹਨੂੰ ਗਲਫ ਵੀ ਕਰਾ ਦਿੰਦੇ ਆਫਟਰ ਆਪਰ ਡਿਊਟੀ ਦੀ ਗੱਲ ਕਰੀਏ ਜਾਂ ਡਿਊਟੀ ਤੋਂ ਇਲਾਵਾ ਉਸ ਤੋਂ ਬਿਨਾ ਕੁਲਦੀਪ ਚਾਹਲ ਜੇ ਮੈਂ ਪੁੱਛਾਂ ਕਿ ਆਪਣੇ ਲੇਜ਼ਰ ਟਾਈਮ ਦੇ ਵਿੱਚ ਕੀ ਕਰਨਾ ਬਸਾਂ ਥੋੜਾ ਬੋਤਾ ਐਕਸਰਸਾਈਜ਼ ਕਰ ਲੈਂਦੇ ਜਦੋਂ ਟਾਈਮ ਮਿਲਦਾ ਤਾਂ ਐਕਸ ਉਹ ਤਾਂ ਤੁਸੀਂ ਫਿੱਟ ਹਾਂ ਐਕਸਰਸਾਈਜ਼ ਕਰ ਲੈਂਦੇ ਔਰ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਮਤਲਬ ਜਦੋਂ ਵੀ ਟਾਈਮ ਮਿਲੇ ਥੋੜਾ ਬੋਤਾ ਜੋ ਵੀ ਹੈ ਉਹ ਐਕਸਰਸਾਈਜ਼ ਕੀਤੀ ਜਾਵੇ ਬਾਕੀ ਤਾਂ ਫੈਮਿਲੀ ਹੈ ਥੋੜਾ ਬੋਤਾ ਟਾਈਮ ਉਹਨਾਂ ਦੇ ਨਾਲ ਸਪੈਂਡ ਕਰ ਲੈਂਦੇ ਦੀ ਫਿਟਨੈਸ ਫਿਰ ਕਰੀ ਜਾਂਦੇ ਜਾਂ ਫਿਰ ਜਮ ਵਗੈਰਾ ਵੀ ਨਹੀਂ ਜਦੋਂ ਘਰੇ ਟਾਈਮ ਲੱਗਦਾ ਘਰੇ ਕਰਦੇ ਐਂਡ ਜਿਹੜਾ ਮੋਦਰ ਵਗੈਰਾ ਕਰਦੇ ਹਾਂ ਹਾਜੀ ਵੀ ਮੇਰੇ ਕੋਲੇ ਹੈਗੇ ਐਂਡ ਰੱਖੇ ਹੋਏ ਨੇ ਬੜੇ ਜਦੋਂ ਮੈਂ ਇੱਕ ਵਾਰ ਸੀਗਾ ਮੈਨੂੰ ਯਾਦ ਹੈ ਕਿ ਅੱਜਕੱਲ ਤਾਂ ਬੜੀਆਂ ਹਾਈ ਫਾਈ ਜਮਦਾ ਨਹੀਂ ਨਹੀਂ ਇੱਕ ਵਾਰ ਮੈਂ ਵੀਡੀਓ ਪਾਤੀ ਨਾ ਮੈਨੂੰ ਹੌਸੀ ਮਤਲਬ ਮੁਗਦਰ ਫੇਰ ਦਿੰਦੇ ਨਹੀਂ ਨਹੀਂ ਉਹ ਵਾਕਈ ਮੈਂ ਸੀਨੀਅਰ ਅਫਸਰਾਂ ਨੂੰ ਦਿੱਤੇ ਹੈਗੇ ਕਈ ਹਾਂ ਮੈਂ ਕਈ ਜਜਜ ਨੂੰ ਬਣਾ ਕੇ ਦਿੱਤੇ ਹਾਂ ਹਾਂ ਬਿਲਕੁਲ ਮੈਂ ਤਾਂ ਫਿਰ ਉਹਨਾਂ ਨੇ ਮਤਲਬ ਨੇਚੁਰਲੀ ਆਪ ਇਸ ਤੋਂ ਬੈਸਟ ਕੰਟਰੀਬਿਊਸ਼ਨ ਕੀ ਹੋ ਸਕਦਾ ਕੋਈ ਜੇ ਅੱਛਾ ਬੜੀ ਸਸਤੀ ਜੀ ਆਈਟਮ ਹੈਗੀ ਕੋਈ ਉਸਮੇ ਹਾਈ ਫਾਈ ਨਹੀਂ ਇੱਕ ਚੰਗੀ ਲੱਕੜ ਨਾਲ ਸੇਵ ਦੇ ਕੇ ਉਹ ਮਤਲਬ ਸਾਰੇ ਅੱਜਕਲ੍ਹ ਤੋਂ ਤੁਸੀਂ ਦੇਖੋਗੇ ਮੁਗਦਰ ਦਾ ਸਪੈਸ਼ਲ ਔਨਲਾਈਨ ਬੁਕਿੰਗ ਹੁੰਦੀ ਹੈ ਉਹਦੀ ਬਿਲਕੁਲ ਪ੍ਰੋਮੋ ਹੁੰਦੀ ਹੈ ਐਂਡ ਉਹ ਸਾਰੇ ਕੀ ਸਾਰੀ ਆਪਕੋ ਔਨਲਾਈਨ ਮਿਲਦੇ ਹੈ ਤੋ ਇੰਨੀ ਜ਼ਿਆਦਾ ਮਤਲਬ ਏਜ ਇਹ ਮੁਗਦਰ ਫੇਮਸ ਹੋ ਗਿਆ ਜੀ। ਹਮ ਪਿੰਡ ਰਹਿਣਾ ਪਸੰਦ ਆ ਜ਼ਿਆਦਾ ਤੁਹਾਨੂੰ ਕੋ ਸ਼ਹਿਰ ਦੇ ਵਿੱਚ। ਦੇਖੋ ਜੀ ਮੈਂ ਜਿੱਥੇ ਡਿਊਟੀ ਹੈ ਮuze ਉੱਥੇ ਮੈਂ ਮੈਨੂੰ ਉੱਥੇ ਰਹਿਣਾ ਪਸੰਦ ਆਇਗਾ। ਮਤਲਬ ਜਿੱਥੇ ਵੀ ਮੇਰੀ ਜਿੱਥੇ ਮੈਨੂੰ ਪੋਸਟਿੰਗ ਮਿਲਦੀ ਹੈ ਜਨਰਲੀ ਮੈਂ ਉਸੇ ਸਟੇਸ਼ਨ ਤੇ ਰਹਿਣਾ ਜ਼ਿਆਦਾ ਪਸੰਦ ਕਰਦਾ। ਜਿੱਥੇ ਵੀ ਜਾਇਆ ਜਾਂਦਾ ਪਿੰਡ ਜਾਇਆ ਜਾਂਦਾ ਜਦੋਂ ਵੀ ਟਾਈਮ ਲੱਗੇ ਪਗੇੜਾ ਮਾਰੀ ਦਾ ਨੇੜੇ ਹੀ ਮੇਰਾ ਪਿੰਡ ਨੇੜੇ ਹੀ ਪੰਜਾਬ ਬਾਰਡਰ ਤੇ ਹੀ ਹੈ। ਜਿੱਥੇ ਵੀ ਕਿਸੇ ਵੀ ਕੋਨੇ ਤੋਂ 3 ਘੰਟੇ ਤੋਂ ਜ਼ਿਆਦਾ ਨਹੀਂ ਹੈਗਾ ਇੱਥੇ ਡੇਢ-2 ਘੰਟੇ ਦਾ ਰਸਤਾ ਆਏਗਾ। ਹੂੰ ਪਰਮਿਸ਼ਨ ਲੈ ਕੇ ਜਾਇਦਾ ਹੁੰਦਾ। ਹੂੰ ਜੇ ਆਪਾਂ ਤੁਹਾਡੇ ਥੋੜਾ ਕਰੀਅਰ ਦੀ ਗੱਲ ਕਰੀਏ ਤੁਸੀਂ ਮੈਨਾਂ ਦਾ ਫਸਟ ਤੁਹਾਡੀ ਜਿਹੜੀ ਅਪਾਇੰਟਮੈਂਟ ਸੀ ਤੁਸੀਂ ਐਸਪੀ ਸੀ ਮੈਂ ਹਾਂਜੀ ਮੈਂ ਐਸਪੀ ਬਠਿੰਡਾ ਰਹਾ ਸੁਖਚੰਦ ਸਿੰਘ ਗਿੱਲ ਸਾਹਿਬ ਸਾਡੇ ਐਸਐਸਪੀ ਹੁੰਦੇ ਸੀ ਕਿ ਉਸ ਟਾਈਮ 2012 ਦੀ ਗੱਲ ਹੈ ਜੀ। 2012 ਚ ਜੀ 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 ਹੂੰ ਤੇ ਉਸ ਤੋਂ ਬਾਅਦ ਐਸਪੀ ਸੀ ਅਬੋਰ ਵੀ ਰਿਹਾ ਮੈਂ ਐਸਪੀ ਅਬੋਰ ਵੀ ਰਿਹਾ ਜੀ ਐਸਪੀ ਅਬੋਰ ਰਿਹਾ ਦੈਨ ਐਸਐਸਪੀ ਮੁਕਸਰ ਰਿਹਾ ਐ ਐਸਐਸਪੀ ਹੁਸ਼ਿਆਰਪੁਰ ਫਿਰ ਮੁਹਾਲੀ ਮੌਕਾ ਮਿਲਿਆ ਫਿਰ ਚੰਡੀਗੜ੍ਹ ਫਿਰ ਮੁਕਸਰ ਕਿੰਨਾ ਟਾਈਮ ਲਾਇਆ ਸੀ ਮੁਕਸਰ ਮੈਂ 2 ਸਾਲ ਐਸਐਸਪੀ 2 ਸਾਲ ਜੀ ਮੁਹਾਲੀ 4 ਸਾਲ ਹਾਂ ਜੀ ਹਾਂ ਜੀ ਉੱਥੇ ਮੇਰੇ 2-3 ਨਿਯੋਰ ਸੀਗੇ ਹੈ ਨਾ ਕੁਝ ਟਾਈਮ ਮੈਂ ਤਰਨ ਤਰਨ ਲਾ ਕੇ ਤੁਹਾਡੀ ਇਮੇਜ ਇੱਕ ਸਖਤ ਔਰ ਡਿਸਪਲਾਈਨਡ ਅਫਸਰ ਦੀ ਤੁਹਾਡੀ ਇੱਕ ਇਮੇਜ ਹੈਗੀ ਹੈਗੀ ਕਈ ਵਾਰ ਹੁੰਦਾ ਬੰਦਾ ਸੋਚਦਾ ਹੈਗਾ ਇਨਟਰੋਸਪੈਕਟ ਕਰਦਾ ਕੁਝ ਗੱਲਾਂ ਨੂੰ ਲੈ ਕੇ ਤਾਂ ਉਦਾਂ ਹੀ ਆ ਜਾਂ ਫਿਰ ਨਾਰਮਲ ਤੁਸੀਂ ਉਦਾਂ ਦੀ ਕੋਈ ਉਹ ਨਹੀਂ ਨਹੀਂ ਇਹਦਾ ਦੀ ਕੋਈ ਗੱਲ ਨਹੀਂ ਹੈ ਈਵਨ ਕਦੇ ਵੀ ਜ਼ਿੰਦਗੀ ਮੇਂ ਜੇ ਮੌਕਾ ਮਿਲਦਾ ਤਾਂ ਅਸੀਂ ਇਹੀ ਸੋਚਦੇ ਕਿ ਬਈ ਨੀਵੇਂ ਬਣ ਕੇ ਰਹੀਏ ਤੇ ਜਿੰਨਾ ਹੋ ਸਕੇ ਚੰਗਾ ਕਰੀਏ ਮਤਲਬ ਕੋਈ ਪ੍ਰਮਾਤਮਾ ਕੋਈ ਗਲਤੀ ਨਾਲ ਵੀ ਕੋਈ ਸਾਡੇ ਹੱਥੋਂ ਕੋਈ ਗਲਤ ਕੰਮ ਨਾ ਕਰਾਏ ਮਤਲਬ ਕੋਸ਼ਿਸ਼ ਇਹੀ ਰਹਿੰਦੀ ਹੈ ਜਾਣੇ ਨਾ ਜਾਣੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਬਟ ਫਿਰ ਵੀ ਇਹੀ ਸੋਚਦੇ ਕਿ ਪ੍ਰਮਾਤਮਾ ਨੇ ਜਿੰਨਾ ਦਿੱਤਾ ਬਹੁਤ ਦਿੱਤਾ ਹੈ ਅਸੀਂ ਕੁਝ ਵੀ ਅਸੀਂ 0 ਤੋਂ ਸਟਾਰਟ ਕੀਤਾ ਸੀਗਾ ਜੋ ਵੀ ਉਹ ਬੋਨਸ ਹੈ ਜੀ ਬਿਲਕੁਲ ਮੈਂ ਐਬਸੋਲੂਟਲੀ ਇਸ ਥਿਊਰੀ ਮੇਂ ਬਿਲੀਵ ਕਰਦਾ ਐ ਐਂਡ ਮੈਂ ਚੱਲਣ ਦੀ ਵੀ ਕੋਸ਼ਿਸ਼ ਕਰਦਾ ਐ ਕਿ ਜੋ ਵੀ ਦਿੱਤਾ ਬਹੁਤ ਹੈਗਾ ਐਂਡ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਸੀਗੇ ਜੋ ਇੰਨਾ ਇਹ ਜ ਮਤਲਬ ਪ੍ਰਮਾਤਮਾ ਕੁਝ ਦੇਊਗਾ ਇਹ ਵੀ ਨਹੀਂ ਅਸੀਂ ਸੋਚਿਆ ਸੀਗਾ ਸਾਡੇ ਵਾਸਤੇ ਇਹੀ ਮਤਲਬ ਟੂਰ ਐ ਇਹੀ ਮਤਲਬ ਜਨਰਲੀ ਕੀ ਹੁੰਦਾ ਨਾ ਹਾਰਡ ਵਰਕ ਇਜ਼ ਦਾ ਕੀ ਸਾਡੇ ਵਾਸਤੇ ਜੋ ਚੰਡੀਗੜਾ ਆਣਾ ਇੱਕ ਪਿਕਨਿਕ ਹੁੰਦੀ ਸੀ ਕਿ ਬਹੁਤ ਵੱਡੀ ਗੱਲ ਹੁੰਦੀ ਸੀ ਲੁਧਿਆਣੇ ਬਾਰੇ ਅਸੀਂ ਸੋਚਦੇ ਹੁੰਦੇ ਸੀਗੇ ਮੈਨੂੰ ਯਾਦ ਹੈ ਇੱਕ ਵਾਰ ਮੁਹਾਲੀ ਆ ਸੀ ਨਾ ਮਤਲਬ 2001 ਦੀ ਗੱਲ ਹੈ ਇੱਕ ਟੂਰਨਾਮੈਂਟ ਖੇਲਣ ਆਈ ਸੀ ਕਿ ਕਬੱਡੀ ਦਾ ਟੂਰਨਾਮੈਂਟ ਹਾਂ ਅਸੀਂ ਮਰuti ਗੱਡੀ 'ਚ ਆਏ ਸੀਗੇ ਕਿੰਨੇ ਸਾਲ ਦੇ ਸੀ ਇਹ ਸੀਗਾ ਮੈਂ ਬੀਏ ਫਰਸਟ ਇਅਰ 'ਚ ਹੀ ਸੀਗਾ ਗ੍ਰੈਜੂਏਸ਼ਨ ਫਰਸਟ ਇਅਰ ਭਾ ਗ੍ਰੈਜੂਏਸ਼ਨ ਮੇਰੀ ਕੰਪਲੀਟ ਨਹੀਂ ਹੋਈ ਸੀਗੀ ਐਂਡ ਅਸੀਂ ਉੱਥੇ ਮੁਹਾਲੀ ਟੂਰਨਾਮੈਂਟ ਮੈਨੂੰ ਕੋਈ ਯਾਦ ਹੈ ਕਿ ਉਹ ਜਿਹੜਾ ਆਪਣਾ ਸਿੰਘ ਸੇ ਦਾ ਗੁਰਦੁਆਰਾ ਸ਼ਾਹ ਆ ਉਹਦੇ ਸਾਹਮਣੇ ਬਹੁਤ ਵੱਡਾ ਗਰਾਊਂਡ ਹੈਗਾ ਜਿੱਥੇ ਅੱਜਕੱਲ ਮੋਲ ਬਣ ਰਹੀ ਹੈ ਉਸ ਗਰਾਊਂਡ 'ਚ ਉਹ ਕਬੱਡੀ ਟੂਰਨਾਮੈਂਟ ਹੁੰਦਾ ਸੀਗਾ ਅਸੀਂ ਇੱਕ ਮੁਰਤੀ ਗੱਡੀ 'ਚ ਆਏ ਸੀਗੇ ਉਹਦੇ 'ਚ 7-8 ਬੰਦੇ ਆ ਫਸਫਸਾ ਕੇ ਆਏ ਸੀਗੇ ਐਦੋਂ ਜਿਹੜੀ ਗੱਡੀ ਸੀਗੀ ਉਹ ਵੀ ਸਿਲੰਡਰ ਵਾਲੀ ਹੁੰਦੀ ਸੀਗੀ ਸਾਨੂੰ ਇੱਕ ਸਰਦਾਰ ਜੀ ਨੇ ਫੜ ਲਿਆ ਲੁਧਿਆਣੇ ਨਹੀਂ ਉਥੇ ਮੋਹਾਲੀ 'ਚ ਤੇ ਅਸੀਂ ਬੜਾ ਹਾਸੀ ਐਨਜੀ ਤੇ ਸੀਗੇ ਬੜੀ ਮਿੰਤਾ ਕਰਕੇ ਅਸੀਂ ਨਿਕਲ ਗਏ ਤੇ ਬਾਅਦ ਚ ਮਤਲਬ ਦੇਖੋ ਕਿਸਮਤ ਇਸ ਤੋਂ ਜ਼ਿਆਦਾ ਪਰਮਾਤਮਾ ਦੀ ਕਿਰਪਾ ਕੇ ਉੱਥੇ ਅਸੀਂ 4 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਤੋਂ ਐਸਐਸਪੀ ਫਿਰ ਮੈਨੂੰ ਅੱਜ ਵੀ ਉਹ ਯਾਦ ਹੈ ਕਿ ਸਾਡੇ ਵਾਸਤੇ ਉਹ ਜਿਹੜਾ ਹੈਡ ਕਨਸਟੇਬਲ ਸੀਗਾ ਮੈਨੂੰ ਯਾਦ ਹੈ ਸਰਦਾਰ ਜੀ ਤੇ ਉਹਨੂੰ ਅਸੀਂ ਰਿਕਵੈਸਟ ਕੀਤੀ ਜੀ ਅਸੀਂ ਤੋਂ ਬਾਹਰੋਂ ਆਏ ਆ ਜੀ ਇਹ ਸਾਨੂੰ ਨਹੀਂ ਪਤਾ ਸੀਗਾ ਅੱਛਾ ਫਿਰ ਉਹਨੇ ਦੇਖਿਆ ਪਤਾ ਨਹੀਂ ਜੀ ਹੁਣ ਮੈਂ ਮੈਂ ਉਹਨੂੰ ਮੈਂ ਹੁਣ ਯਾਦ ਕਰਦਾ ਕਿ ਉਸ ਗੱਡੀ ਉਹ ਸਾਨੂੰ ਨੇ ਇਹ ਹੀ ਕਿਹਾ ਕਿ ਕਾਕਾ ਤੁਸੀਂ ਇਹ ਦੱਸੋ ਤੁਸੀਂ ਇਹਨੇ ਬੰਦੇ ਆਏ ਕਿਵੇਂ ਇਸ ਗੱਡੀ 'ਚ ਅਸੀਂ ਮਾਰੂਤੀ 800 'ਮੇ 8 ਬੰਦੇ ਗੁਜ ਆਓ ਬੜੀ ਦੂਰੋਂ ਹਰਿਆਣੇ ਉੱਥੋਂ ਚੱਲ ਕੇ ਆਏ ਸੀਗੇ ਤੋਂ ਮੈਨੂੰ ਯਾਦ ਹੈ ਕਿ ਜੇ ਇਹੋ ਮਤਲਬ ਉਹ ਸ਼ਹਿਰ 'ਮੇ ਸਾਨੂੰ ਇਹੋ ਜਿਹਾ ਮੌਕਾ ਮਿਲ ਜਾਏ ਇਸ ਇਸ ਲੈਵਲ ਤੇ ਸੇਵਾ ਕਰਨਾ ਇਸ ਤੋਂ ਇਸ ਤੋਂ ਵੱਡਿਆ ਵੱਡਿਆ ਔਰ ਕੀ ਗੱਲ ਹੋ ਸਕਦੀ ਹੈ ਸੋਸ਼ਲ ਮੀਡੀਆ ਕਮਿਊਨੀਕੇਸ਼ਨ ਬਹੁਤ ਫਾਸਟ ਹੋ ਗਿਆ ਉਹਦਾ ਇੱਕ ਕਾਰਨ ਹੈ ਕਿ ਹਰ ਬੰਦੇ ਕੋਲੇ ਰੀਚ ਹੈਗੀ ਹੈ ਪਹਿਲਾਂ ਚੀਜ਼ਾਂ ਤੁਸੀਂ ਸਿੱਧਾ ਟੀਵੀ ਤੇ ਦੇਖਦੇ ਸੀਗੇ ਟੀਵੀ ਵਿੱਚ ਵੀ ਤੁਹਾਨੂੰ ਮਤਲਬ ਸਿਲੇਕਟਿਡ ਚੈਨਲ ਹੁੰਦੇ ਸੀਗੇ ਕਿਸੇ ਕਿਸੇ ਦੇ ਘਰ ਹੁੰਦੇ ਸੀਗੇ ਸਿਲੇਕਟਿਡ ਸਿਟੀਆਂ 'ਚ ਹੁੰਦੇ ਸੀਗੇ ਪਿੰਡਾਂ 'ਚ ਜ਼ਿਆਦਾ ਹੁੰਦੇ ਨਹੀਂ ਸੀਗੇ ਤਾਂ ਜੋ ਕਮਿਊਨੀਕੇਸ਼ਨ ਦਾ ਜੋ ਲੈਵਲ ਸੀਗਾ ਉਹ ਬਹੁਤ ਸਲੋ ਸੀਗਾ ਉਸ ਟਾਈਮ ਤਾਂ ਚੀਜ਼ਾਂ ਜਿਹੜੀਆਂ ਅੱਜ ਮਤਲਬ 1 ਮਿੰਟ ਮੇ ਤੁਹਾਡੇ ਕੋਲੇ ਪਹੁੰਚਦੀ ਆ ਉਹ ਸ਼ਾਇਦ 10 ਦਿਨਾਂ ਮੇ ਆਉਂਦੀ ਆ ਸੀਗੀਆ ਤੋ ਇਹਦੇ ਕਰਕੇ ਵੀ ਮੈਂ ਇਹ ਕਹਿ ਸਕਦਾ ਦੂਸਰਾ ਮਤਲਬ ਇਹੋ ਜੀ ਕੋਈ ਗੱਲ ਨਹੀਂ ਹੈ ਮਤਲਬ ਬਈ ਸਿਚੁਏਸ਼ਨ ਬਹੁਤ ਹੈ ਗੈਂਗਸਟਰ ਇਹ ਕੁਝ ਨਹੀਂ ਹੈਗਾ ਤੁਸੀਂ ਦੇਖਣਾ ਸਾਲ ਡੇਢ ਸਾਲ ਮੇ ਪੰਜਾਬ ਪੁਲਿਸ ਇਸਨੇ ਬਿਲਕੁਲ ਇਹਨੂੰ ਉਹ ਕਰ ਦੇਣੀ ਕਰ ਦੇਣਾ ਕਿਉਂਕਿ ਜਿਸ ਤਰੀਕੇ ਨਾਲ चल रही हुई है कुछ भी नहीं, नहीं हैगा एंड ये ज्यादातर मैं ये कहता हूं जो सोशल मीडिया है सोशल मीडिया दी जेडी रीच बहुत फास्ट है एंड हर बंदे दे हाथ च फोन हैगा पहला ਤੁਸੀਂ ਟੀਵੀ ਤੇ ਦੇਖਦੇ ਸੀ ਕਿ ਹੋ ਸਕਦਾ ਤੁਸੀਂ ਘਰੇ ਬੈਠੋ ਇੱਕ ਬੰਦਾ ਦੇਖ ਰਿਹਾ ਬਾਕੀ ਬੰਦੇ ਤਾਂ ਕੋਈ ਖੇਤਾਂ ਚ ਕੰਮ ਕਰ ਰਿਹਾ ਜਾਂ ਕੋਈ ਫੈਕਟਰੀ ਚ ਕੰਮ ਕਰ ਰਿਹਾ ਜਾਂ ਕੋਈ ਪੜ ਰਿਹਾ ਉਹਦੇ ਕੋਲ ਇਨਫੋਰਮੇਸ਼ਨ ਇਮੀਡੀਏਟਲੀ ਨਹੀਂ ਜਾਂਦੀ ਬਟ ਹੁਣ ਇਮੀਡੀਏਟਲੀ ਸਿੱਧਾ ਯੂਜ਼ਰ ਤੱਕ ਜਾਂਦੀ ਹੈ ਤਾਂ ਉਹ کہیں ਨਾ کہیں ਆਪਾਂ ਨੂੰ ਕਿਥੇ ਨਾ ਕਿਥੇ ਇਹ ਲੱਗਦਾ ਹੈ ਕਿ ਜੀ ਮਤਲਬ ਬਹੁਤ ਕੁਝ ਹੋ ਰਿਹਾ ਲੇਕਿਨ ਇੰਨਾ ਨਹੀਂ ਹੈਗਾ ਪੰਜਾਬ ਪੁਲਿਸ इजीली ਇਹਨੂੰ ਕੰਟਰੋਲ ਕਰ ਸਕਦੀ ਹੈ ਉਹਦੇ ਤੇ ਲਗਾਤਾਰ ਸਾਡੇ ਪ੍ਰਯਾਸ ਜਾਰੀ ਹੈਗੇ ਸਾਡੀ ਸੀਐਨ ਸਾਹਿਬ ਦੇ ਆ ਡੀਜੀਪੀ ਸਾਹਿਬ ਦੇ ਮਤਲਬ ਬਿਲਕੁਲ ਇਸ ਵਿੱਚ ਕਲੀਅਰ ਇੱਕ ਹਦਾਇਤ ਹੈਗੀ ਹੈ ਔਰ ਆਨੇ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਇਸ ਇਸ ਤੇ ਇਹਦਾ ਕਿੰਨਾ ਛੇਤੀ ਕੰਟਰੋਲ ਹੋਊਗਾ ਜੇ ਆਪਾਂ ਪਾਸਟ ਦੀ ਗੱਲ ਕਰੀਏ ਕਿਉਂਕਿ ਇੱਕ ਜੋਬ ਹੁੰਦੀ ਹੈ ਪੁਲਿਸ ਅਫਸਰ ਦੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਬਹੁਤ ਸਾਰਾ ਮਲ ਉਹਨੂੰ ਫੇਸ ਦੇਖਣੇ ਪੈਂਦੇ ਨੇ ਤਾਂ 2012 13 ਦੇ ਵਿੱਚ ਇਨਕਾਊਂਟਰ ਹੋਇਆ ਤੁਸੀਂ ਉਦੋਂ ਐਸਪੀ ਬਟਿੰਡਾ ਸੀ ਉਸ ਟਾਈਮ ਬਟਿੰਡਾ ਐਸਪੀ ਬਟਿੰਡਾ ਸ਼ੇਰਾ ਖੂਬਨ ਦਾ ਸ਼ੇਰਾ ਖੂਬਨ ਦਾ ਇਨਕਾਊਂਟਰ ਹੋਇਆ ਸੀਗਾ ਐਸਪੀ ਬਟਿੰਡਾ ਸੀਗਾ ਐਂਡ ਮੇਰੀ ਫਰਸਟ ਪੋਸਟਿੰਗ ਸੀ ਕਿ ਬਤੌਰ ਐਸਪੀ ਫਰਸਟ ਪੋਸਟਿੰਗ ਸੀ ਕਿ ਔਰ ਇਹ ਕਾਫੀ ਡਰੈਡ ਕ੍ਰਿਮੀਨਲ ਸੀਗਾ ਉਸ ਟਾਈਮ ਉਸ ਏਰੀਆ ਦਾ ਕਾਫੀ ਮਰਡਰ ਦੇ ਇਸਤੇ ਉੱਪਰ ਐਫ ਆਈ ਆਰ ਸੀਗੀ ਔਰ ਇਹ ਫੋਰਚੂਨਰ ਗੱਡੀ ਖੁੰਦਾ ਸੀਗਾ ਉਸ ਟਾਈਮ ਫੋਰਚੂਨਰ ਗੱਡੀ ਰੇਅ ਰੇਅ ਕਿਹਦੇ ਕੋਲੇ ਹੁੰਦੀ ਸੀਗੀ ਉਹ ਥੋੜਾ ਜਿਹਾ ਸੀ ਦੱਸੋ ਕਿ ਉਹ ਪੂਰਾ ਮਤਲਬ ਕਿਵੇਂ ਉਹ 3-4 ਦਿਨ ਰਹੇ ਨਹੀਂ ਉਹ ਉਹ ਨਹੀਂ ਮੈਂ 3-4 ਦਿਨ ਤੱਕ ਨਹੀਂ ਮੈਨੂੰ ਪਤਾ ਸੀਗਾ ਬਟ ਸਡਨਲੀ ਮੈਨੂੰ ਮੇਰੇ ਐਸਐਸਪੀ ਸਾਹਿਬ ਸੀਗੇ ਸਰਦਾਰ ਸੁਖਚੰਦ ਸਿੰਘ ਗਿੱਲ ਸਾਹਿਬ ਉਹਨਾਂ ਦਾ ਮੈਨੂੰ ਫੋਨ ਆਇਆ ਔਰ ਕਿ ਫਲਾਣ ਫਲਾਣ ਗੱਡੀ ਮੇਰੇ ਕੋ 0045 ਹਜੇ ਵੀ ਗੱਡੀ ਦਾ ਨਾਮ ਹੈ ਕਿ ਕੁਲਦੀਪ ਦੀ ਗੱਡੀ ਹੈਗੀ ਇਸ ਵਿੱਚ ਫਲਾਣਾ ਫਲਾਣਾ ਬੰਦਾ ਹੈਗਾ ਕਾਫੀ ਇਹ ਗੋਲੀ ਮਾਰਦਾ ਹੈ ਸਿੱਧਾ ਐਂਡ ਤੁਸੀਂ ਇਹਨੂੰ ਦੇਖੋ ਰਾਉਂਡ ਅਪ ਕਰੋ ਆਪਣੇ ਏਰੀਆ 'ਚ ਉਹ ਤੋਂ ਪਤਾ ਸੀ ਕਿ ਉਹਦੇ ਵੀ ਸ਼ੇਰ ਖੋਬਣਾ ਹੈ ਨਹੀਂ ਹਾਂ ਇਹ ਸੀਗਾ ਕਿ ਉਹ ਪਾਰਟਿਕੂਲਰ ਉਹੀ ਬੰਦਾ ਹੈ ਉਹਦੇ 'ਚ ਨਾ ਔਰ ਔਰ ਅਨਫੋਰਚਨਟਲੀ ਉਹ ਨਾ 2 ਦਿਨ ਪਹਿਲਾਂ ਚੰਡੀਗੜ੍ਹ ਮੇ ਫਿਰੋਜ਼ਪੁਰ ਦੀ ਔਰ ਚੰਡੀਗੜ੍ਹ ਪੁਲਿਸ ਨੇ ਉਸਕੋ けੜਾ ਪਾਇਆ ਸੀਗਾ ਬਟ ਉਹ ਉੱਥੇ ਫਾਇਰ ਕਰਕੇ ਪੁਲਿਸ ਪਾਰਟੀ ਤੇ ਉਹ ਨਿਕਲ ਗਿਆ ਸੀਗਾ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਇਹ 2 ਦਿਨ 2 ਦਿਨ ਪਹਿਲਾਂ ਦੀ ਗੱਲ ਹੈ ਤਾਂ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਤਾਂ ਮੇਰੇ ਐਸਐਸਪੀ ਸਾਹਿਬ ਜੀ ਕੇ ਉਹਨਾਂ ਨੇ ਮੈਨੂੰ ਦੱਸਿਆ ਤਾਂ ਅਸੀਂ ਮੈਂ ਪੁਲਿਸ ਪਾਰਟੀ ਲੈ ਕੇ ਨਿਕਲਿਆ ਅਸੀਂ ਪੂਰਾ ਦਿਨ ਉਹਨੂੰ ਮਤਲਬ ਇਧਰ ਉਧਰ ਖੋਜਬੀਨ ਕਰਦੇ ਰਹੇ ਬਿਲਕੁਲ ਪੈਨ ਪਤਾ ਸੀਗਾ ਮਤਲਬ ਇਹ ਬਿਲਕੁਲ ਕਲੀਅਰ ਸੀਗੀ ਕਿ ਬਈ ਇਹ ਬੰਦਾ ਇਹਨੂੰ ਰੋਕਦਾ ਤਾਂ ਸਿੱਧਾ ਗੋਲੀ ਮਾਰਦਾ ਤਾਂ ਉਹ ਤੁਹਾਨੂੰ ਵੀ ਮਤਲਬ ਪਿੱਛੇ ਜਾ ਰਹੀ ਸੀ ਪਤਾ ਸੀ ਕਿ ਸ਼ੇਰਾ ਖੁੱਬਣੀ ਇਹਦੇ ਵਿੱਚ ਨਹੀਂ ਉਹ ਅਸੀਂ ਕਿਉਂਕਿ ਪਰਟੀਕুল ਗੱਡੀ ਨੂੰ ਸਰਚ ਕਰ ਰਹੇ تھے ਗੱਡੀ ਮੇ ਉਹੀ ਬੰਦਾ ਹੈਗਾ ਫੋਰਚੂਨਰ ਗੱਡੀ ਉਸ ਟਾਈਮ ਰੇਅਰ ਹੀ ਹੁੰਦੀ ਸੀ ਕਿ ਉਹ ਫੋਰਚੂਨਰ ਗੱਡੀ ਉਸ ਟਾਈਮ ਉਹਨਾਂ ਨੇ ਜਲੰਧਰੋਂ ਵਿੱਚ ਕਿਸੇ ਜੱਜੀ ਵੀ ਆਪਣੇ ਉਹ ਨਾ ਉਹਨਾਂ ਤੋਂ ਉਹਨਾਂ ਤੋਂ ਖੋਈ ਸੀਗੀ ਤਾਂ ਜਦੋਂ ਅਸੀਂ ਮਤਲਬ ਪੂਰਾ ਦਿਨ ਬੜੀ ਮਿਹਨਤ ਕਰੀ ਬਟ ਨਹੀਂ ਹੋ ਕਿਥੇ ਮਿਲਿਆ ਬਟ ਜਦੋਂ ਅਸੀਂ ਮੈਂ ਉਥੇ ਕਮਲਾ 네ਰੂ ਕਲੋਨੀ ਮੈਨੂੰ ਇੱਕ ਰਿਹੈਸ ਉਥੇ ਉਥੇ ਮਿਲੀ ਹੋਈ ਸੀਗੀ ਮੈਂ ਸੋਚਿਆ ਚਲੋ ਯਾਰ ਥੋੜੀ देर ਰੈਸਟ ਕਰਦੇ ਆ ਜਾਂ ਫਿਰ ਥੋੜਾ ਸਾ ਫਿਰ ਉਹ ਕਰਕੇ ਫਿਰ ਚੱਲਦੇ ਆ ਇਹ ਮਤਲਬ ਜਦੋਂ ਅਸੀਂ ਗਏ ਤਾਂ ਸਾਹਮਣੇ ਤੋਂ ਉਹ ਗੱਡੀ ਸਾਨੂੰ ਨਜ਼ਰ ਆ ਗਿਆ ਤੁਸੀਂ ਘਰ ਜਾ ਰਹੇ ਸੀ ਹਾਂ ਬਿਲਕੁਲ ਬਿਲਕੁਲ ਉਹ ਬਿਲਕੁਲ ਤੁਸੀਂ ਸੋਚਿਆ ਕਿ ਮੰਨ ਲਓ ਦਰਵਾਜ਼ੇ ਦੇ ਸਾਹਮਣੇ ਉੱਥੇ ਉਹਨਾਂ ਦੇ ਨਾਲ ਮੁਠਬੇੜ ਹੋ ਗਈ ਉਸਨੇ ਫਾਇਰ ਖੋਲਤਾ ਫਿਰ ਪੁਲਿਸ ਅਸੀਂ ਅਸੀਂ ਵੀ ਉਸਮੇ ਫਾਇਰ ਖੋਲਿਆ ਜਦੋਂ ਫਾਇਰ ਖੋਲਿਆ ਕਿਉਂਕਿ ਉਹ ਤੁਹਾਡੇ ਪਹਿਲੀ ਮਾਈਂਡ ਸੈਟ ਸੀ ਕਿ ਉਹ ਮੰਨ ਲਓ ਫਾਇਰ ਮਾਰ ਉਹਨੂੰ ਮਾਰਿਆ ਫਾਇਰ ਮਾਰਿਆ ਜਦੋਂ ਅਸੀਂ ਉਹਦੀ ਗੱਡੀ ਫਸਾ ਲਈ ਨਾ ਕਿਉਂਕਿ ਅਸੀਂ ਤੋਂ ਗੱਡੀ ਨੂੰ ਚੇਜ਼ ਕਰ ਰਹੇ ਸੀਗੇ ਈਵਨ ਜਦੋਂ ਅਸੀਂ ਉਹਨੂੰ ਦੇਖਿਆ ਕਿ ਉਹਦੇ ਨਾਲ ਇੱਕ ਕੁੜੀ ਵੀ ਸੀਗੀ ਇਹ ਤੋਂ ਜਦੋਂ ਅਸੀਂ ਉਹ ਫਾਇਰ ਲੱਗਿਆ ਫਿਰ ਉਹ ਬਾਹਰ ਅਸੀਂ ਉਹਨੂੰ ਹਸਪੀਟਲ ਪਹੁੰਚਾਇਆ ਬਟ 15 20 ਮਿੰਟ ਬਾਅਦ ਉਹਦੀ ਡੈਥ ਹੋ ਗਈ ਉੱਥੇ ਜਾ ਕੇ ਬਟ ਅਸੀਂ ਜਦੋਂ ਉਸ ਕੁੜੀ ਨੂੰ ਇਨਟੈਰਗੇਟ ਕੀਤਾ ਤਾਂ ਫਿਰ ਪਤਾ ਲੱਗਾ ਬਈ ਇਹ ਤਾਂ ਸੇਰਾ ਖੋਬਣਾ ਹੈ ਕਿਉਂਕਿ ਉਹ ਉੱਥੇ ਉਹਨਾਂ ਦੇ ਨਾਲ ਮੈਰਿਜ ਕਰਕੇ ਐਜ਼ ਅ ਮੈਰਿਜ ਪਾਰਟਨਰ ਔਰ ਪੜੋਸ ਵਿੱਚ ਘਰ ਲੈ ਕੇ ਰਹਿ ਰਹੀ ਸੀਗਾ ਬਾਅਦ ਪਤਾ ਲੱਗਾ ਜਿੱਥੇ ਤੁਹਾਡੀ ਕੋਠੀ ਸੀ ਚਾਰ ਘਰ ਛੱਡ ਕੇ ਰਹਿ ਰਿਹਾ ਸੀਗਾ ਜਿੱਥੇ ਤੁਹਾਡੀ ਕੋਠੀ ਸੀ ਚਾਰ ਘਰ ਛੱਡ ਕੇ ਰਹਿ ਰਿਹਾ ਕੋਈ ਦੇਖੋ ਕਈ ਵਾਰ ਪਤਾ ਨਹੀਂ ਹੁੰਦਾ ਨਾ ਉਹ ਰੋਜ਼ ਜੋ ਸਾਨੂੰ ਜੋ ਘਰ ਮਿਲਿਆ ਹੋਇਆ ਸੀਗਾ ਜੋ ਘਰ ਮਿਲਿਆ ਉਹਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀਗਾ ਉਹ ਰੋਜ਼ ਉੱਥੇ ਪਾਰਕ 'ਚ ਬੈਠਦਾ ਸੀਗਾ ਉਹਦੇ ਨਾਲ ਸਾਨੂੰ ਪਤਾ ਹੀ ਨਹੀਂ ਮਤਲਬ ਕਈ ਵਾਰ ਬਹੁਤ सी ਚੀਜ਼ਾਂ ਤੁਹਾਨੂੰ ਮਤਲਬ ਐਜ਼ ਅ ਲੇਮਨ ਬਣ ਕੇ ਜਦੋਂ ਉਹ ਰਹਿੰਦੇ ਸੀਗੇ ਪਤਾ ਨਹੀਂ ਲੱਗਦਾ ਸੀਗਾ ਬਟ ਕਿਉਂਕਿ ਅਸ ਆਪਣੇ ਐਸਐਸਪੀ ਸਾਹਿਬ ਦੀ ਬੜੀ ਪਿੰਪੁਆਇੰਟ ਇਨਫੋਰਮੇਸ਼ਨ ਦੀ ਗੱਡੀ ਬਾਰੇ ਸਾਰੀ ਚੀਜ਼ ਬਾਰੇ ਐਂਡ ਉਹਦੇ ਕੋਲੇ ਜੋ ਉਸ ਟਾਈਮ ਵੈਪਨ ਸੀਗਾ ਗਲਕ ਵੈਪਨ ਸੀਗਾ ਸਾਡੇ ਕੋਲੇ ਵੀ ਨਹੀਂ ਉਹ ਟਾਈਮਾਂ ਚ ਗਲਕ ਵੈਪਨ ਗਲਕ ਵੈਪਨ ਸੀਗਾ ਉਸਦੇ ਕੋਲੇ ਜਿਹੜੇ ਦੀ ਆਪਾਂ ਅੱਜ ਕੱਲ ਆ ਬਾਅਦ ਚ ਉਸ ਲੜਕੀ ਜਿਹੜੇ ਉਹਦੇ ਨਾਲ ਕੁੜੀ ਸੀਗੀ ਉਹਨੂੰ ਵੀ 4 ਸਾਲ ਦੀ ਸਜ਼ਾ ਮਾਨਿਓ ਕੋਰਟ ਵੱਲੋਂ ਹੋਈ ਹੈ ਜਦੋਂ ਮੰਨ ਲਓ ਪਾਰਕ ਪਰ ਉਹਨੂੰ ਵੀ ਪਤਾ ਹੋਣਾ ਕਿ ਇੱਥੇ ਕੋਟੀ ਸਰਕਾਰੀ ਕੋਟੀ ਹੈ ਕਿਉਂਗੇ ਨਹੀਂ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਇੱਥੇ ਤੋਂ ਅਫਸਰ ਆਂਦੇ ਰਹਿ ਕੇ ਚਲੇ ਜਾਂਦੇ ਆ ਮਤਲਬ ਜਨਰਲੀ ਆਪਾਂ ਉਹੀ ਰਹਿੰਦੇ ਪੜੋਸ ਮੇ ਬ ਤੋ ਮਾਲੋ ਪੂਰੀ ਚਾਰ ਉਹ ਨਾਮ ਚੇਂਜ ਕਰਕੇ ਰਹਿ ਰਹਾ ਸੀਗਾ ਉਹਤੇ ਸਭ ਕੁਝ ਉਸਨੇ ਆਪਣਾ ਜੋ ਸਿਸਟਮ ਕੀਤਾ ਹੋਇਆ ਸੀਗਾ ਸਾਰਾ ਨਾਮ ਚੇਂਜ ਕਰਕੇ ਐਡਰੈਸ ਚੇਂਜ ਕਰਕੇ ਐਂਡ ਕੁੜੀ ਨੂੰ ਆਪਣੀ ਬਤੌਰ ਨਿਊਲੀ ਮੈਰਿਡ ਵਾਈਫ ਜੋ ਬਣਾ ਕੇ ਉਹ ਰਹਿ ਰਹਾ ਸੀਗਾ ਤੋ ਜਨਰਲੀ ਨਹੀਂ ਈਵਨ ਜਿਹੜੇ ਆਸ ਪੜੋਸੀ ਜਿਓ ਕਿਰਾਏ ਦਾ ਉਹ ਵੀ ਇਨਾ ਡਾਊਟ ਨਹੀਂ ਕਰਦੇ ਉਹ ਮੇਲਾ ਜਿਹੜਾ ਐਨਕਾਊਂਟਰ ਦਾ ਟਾਈਮ 6-7 ਵਜੇ ਦਾ ਸੀ ਉਹ ਤਕਰੀਬਨ 6 ਮੈਨੂੰ ਯਾਦ ਹੈ 6 ਸੈਪਟੈਂਬਰ 2012 ਦੀ ਗੱਲ ਹੈ ਤਕਰੀਬਨ 6:30 ਦੀ ਉਹ ਗੱਲ ਹੈਗੀ ਹੈ ਜਦੋਂ ਇਹ ਸਾਰਾ ਕੁਝ ਹੋਇਆ ਸੀ اس پورا پرپے ہو پھر نہیں وہ تو ایک دم دھاڑ دھاڑ بس سڈنلی ہویا جی بٹ چلو اسی نویں سکے فٹ بھی سو اس ٹائم بھی اینڈ وہ ساری چیزیں ٹریننگ نویں نویں ساری کام آ جاتی بٹ وہ بہت ہی آپ کہہ سکتے ہیں انکاؤنٹر سی اینکاؤنٹر اور بعد چ اس میں مانیوگ ہائی کورٹ نے بہت اچھی اس میں ججمنٹ دی ہے اس کے بعد مانیوگ ڈبل بینچ نے اس میں بہت اچھی ججمنٹ دی اسی اس ٹائم دو ہزار بارہ ساری گائیڈ لائن ਕੰਪਲੀਟ ਕੀਤੀ ਜੋ ਬਾਦ 13 14 ਮੇ ਮਾਨਯੋਗ ਸੁਪਰੀਮ ਕੋਰਟ ਨੇ ਗਾਈਡਲਾਈਨ ਜਾਰੀ ਕੀ ਹੈ ਇਨਕਾਉਂਟਰ ਦੇ ਬਾਰੇ ਅਸੀਂ 2012 ਮੇ ਉਹ ਸਾਰੀ ਚੀਜ਼ਾਂ ਅਸੀਂ ਕੰਪਲੀਟ ਕੀਤੀ ਸੀ ਬਹੁਤ ਹੀ ਅੱਛਾ ਕੇਸ ਸਟਡੀ ਆਪਾਂ ਕਹਿ ਸਕਦੇ ਹਾਂ ਬਿਲਕੁਲ ਉਸ ਉਸ ਤੋਂ ਬਾਅਦ ਫਿਰ ਕੋਈ ਥ੍ਰੈਟ ਵਗੈਰਾ ਆਇਆ ਤੁਹਾਨੂੰ ਨਹੀਂ ਚਲੋ ਵੇ ਤਾਂ ਡਿਪਾਰਟਮੈਂਟ ਮੇ ਆਂਦੇ ਰਹਿੰਦੇ ਐ ਐਂਡ ਇਹ ਪਾਰਟ ਆਫ ਜੌਬ ਹੈ ਇਹਨੇ ਤੋਂ ਮੈਂ ਬਹੁਤ ਜ਼ਿਆਦਾ ਐਲਬੋਰੇਟ ਨਹੀਂ ਕਰੂੰਗਾ ਇਹ ਤਾਂ ਚੱਲਦਾ ਰਹਿੰਦਾ ਹੈ ਕਿਉਂਕਿ ਕਹਿੰਦੇ ਨੇ ਕਿ ਸ਼ੇਰਾ ਖੋਬਨ ਦੇ ਇਨਕਾਉਂਟਰ ਤੋਂ ਬਾਅਦ ਫਿਰ ਤੁਹਾਨੂੰ ਮਨ ਲੋ ਬੁਲਟ ਪ੍ਰੂਫ ਵੀ ਫਿਰ ਦਿੱਤੇ ਪਰ ਬਾਤ ਚੋਂ ਕਿਉਂਕਿ ਇਹ ਤਾਂ ਮੈਂ ਵਹੀ ਕਹਿ ਰਹਾ ਨਾ ਇਹ ਇਹ ਤਾਂ ਰਿਪੋਰਟਰਾਂ ਦੇ ਬੇਸ ਕੋਈ ਚੀਜ਼ਾਂ ਹੁੰਦੀ ਹੈ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰੂੰਗਾ ਬਟ ਇਹੋ ਜੀ ਕੋਈ ਗੱਲ ਨਹੀਂ ਹੈ ਅਸੀਂ ਆਪਣਾ ਕੰਮ ਪਹਿਲਾਂ ਵੀ ਐਂ ਕਰਦੇ ਸੀ ਪਹਿਲਾਂ ਤੋਂ ਵੀ ਐਂ ਕਰਦੇ ਸੀ ਤੋਂ ਬਾਅਦ ਜਾਂ ਉਸ ਟਾਈਮ ਥੋੜਾ ਬਹੁਤ ਮਨ ਦੇ ਵਿੱਚ ਡੱਕਾ ਕਰੇ ਨਹੀਂ ਬਿਲਕੁਲ ਬਿਲਕੁਲ ਪਰਮਾਤਮਾ ਦੇਖੋ ਜਿੰਦਗੀ ਲੈਣਾ ਤੇ ਜਿੰਦਗੀ ਦੇਣਾ ਉਹਨਾਂ ਦੇ ਹੱਥ ਹੁੰਦਾ ਹੈ ਅਸੀਂ ਆਪਣਾ ਮਤਲਬ ਫਰਜ਼ ਨਿਭਾਉਂਦੇ ਆ ਅਸੀਂ ਲੋਕਾਂ ਦੀ ਸੇਫਟੀ ਸਿਕਿਉਰਿਟੀ ਉਹਨਾਂ ਦੀ ਰਾਖੀ ਵਾਸਤੇ ਕੰਮ ਕਰਦੇ ਆ ਕਰਦੇ ਰਹੇ ਆ ਤੇ ਕਰਦੇ ਰਵਾਂਗੇ ਇਹੋ ਜੀ ਚੀਜ਼ਾਂ ਸਾਨੂੰ ਕੋਈ ਮਤਲਬ ਡਰਾ ਨਹੀਂ ਸਕਦੀ ਆ ਉਸ ਤੋਂ ਬਾਅਦ ਕੁਝ ਚੇਂਜ ਆ ਲਾਈਫ 'ਚ ਨਹੀਂ ਨਹੀਂ ਅਸੀਂ ਬਿਲਕੁਲ ਨੋਰਮਲ ਰਹਿੰਦੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਿਲਕੁਲ ਕੋਈ ਉਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਹੈਗੀ ਕੋਈ ਚੀਜ਼ ਜੋ ਆ ਪਿਛਲੇ 2 ਐਨਕਾਊਂਟਰ ਹੋਏ ਨੇ ਇਹਨਾਂ ਦੇ ਬਾਰੇ ਵੀ ਥੋੜਾ ਜਿਆਦਾ ਸਾਨੂੰ ਐਲੈਬੋਰੇਟ ਕਰੋ ਕਿ ਇੱਕ ਤਾਂ ਗੋਪੀ ਬਾਮਣ ਦਾ ਸੀ ਇਹ ਸੀਗਾ ਸੁਭਮੈਲਿਸ ਗੋਪੀ ਸੀਗਾ ਇੱਕ ਸੰਜੂ ਬੌਮਨ ਸੀਗਾ ਇਹ ਇਹਨਾਂ ਦਾ ਗੈਂਗ ਸੀਗਾ ਇਹਨਾਂ ਨੇ ਕੁਝ ਟਾਈਮ ਪਹਿਲਾਂ ਸੰਭਵ ਜੈਨੇਕ ਵਪਾਰੀ ਸੀਗਾ ਉਹਨਾਂ ਨੂੰ ਕਿਡਨਾਪ ਕਰਕੇ ਬਾਅਦ ਚ ਉਹਨੂੰ ਗੋਲੀ ਮਾਰ ਕੇ ਫੈਂਗੇ ਸੀਗੇ ਐਂਡ ਬੜਾ ਬਲਬਲ ਉਹਨਾਂ ਦੀ ਜਾਨ ਬਚੀ ਐ ਐਂਡ ਕਾਫੀ ਡਰੈਡ ਕ੍ਰਿਮੀਨਲ ਸੀਗੇ ਔਰ ਇਹਨਾਂ ਦਾ ਕਾਫੀ ਦਹਿਸ਼ਤ ਤੀਗੀ ਇਸ ਏਰੀਆ ਮੇ ਸਾਡੀ ਪੁਲਿਸ ਪਾਰਟੀ ਸੀਗੀ ਇਨਸਪੈਕਟਰ ਕੁਲਵੰਨ ਸੀਗੀ ਉਹ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਨੀਅਰ ਜਿਹੜਾ ਹੈਗਾ ਟੀਬਾ ਚੌਂਗ ਦੇ ਕੋਲੇ ਇਹਨਾਂ ਦੇ ਨਾਲ ਉਹਨਾਂ ਦੀ ਮੁਠਬੇੜ ਹੋਈ ਔਰ ਇਸ ਵਿੱਚ ਕ੍ਰੋਸ ਫਾਇਰਿੰਗ ਹੋਈ ਕ ਉਸ ਤੋਂ ਬਾਅਦ ਇਹ ਜਿਹੜਾ ਸੀਗਾ ਇੱਕ ਏਬੀ ਲਾਰੈਂਸ ਬਿਸ਼ਨੋਈ ਨੂੰ ਵੀ ਅਰੈਸਟ ਤੁਸੀਂ ਕੀਤਾ ਸੀ ਸ਼ਾਇਦ ਹਾਂ ਮੈਂ ਇੱਕ ਬਾਰ ਹਾਂ ਜਬ ਉਹ ਜੈਪੁਰ ਤੋਂ ਸੀ ਲੈ ਕੇ ਫਸਟ ਤੋਂ ਮੈਂ ਦਾਦਾ ਅਰੈਸਟ ਉਹਦੀ ਬਿਲਕੁਲ ਉਹਨਾਂ ਨੂੰ ਲੈ ਕੇ ਜੈਪੁਰ ਸੇ ਅਸੀਂ ਅਰੈਸਟ ਕਰਕੇ ਲੈ ਕੇ ਆਏ ਸੀ ਹਮ ਜੈਪੁਰ ਤੋਂ ਉਦੋਂ ਫਰਾਰੀ ਦੌਰਾਨ ਉਹ ਨਹੀਂ ਨਹੀਂ ਅਸੀਂ ਅਰੈਸਟ ਕੀਤਾ ਸੀਗਾ ਉਹਨੂੰ ਉਸ ਤੋਂ ਬਾਅਦ ਇਹ ਮਤਲਬ ਤਕਰੀਬਨ ਉਸ ਟਾਈਮ ਤੋਂ ਹੀ ਜੇਲ੍ਹ ਵਿੱਚ ਹੈ ਉਹ ਹਮ ਉਸ ਤੋਂ ਬਾਅਦ ਜੇਲ੍ਹ 'ਚ ਸੀ ਉਹ ਬੋਰ ਬਿਲਕੁਲ ਨਹੀਂ ਬਾਤ ਚਿੱਤ ਵਿੱਚ ਜੇਲ੍ਹ ਮੇਂ ਫਾਜ਼ਿਲ ਕਾ ਔਰ ਕਾਫੀ ਥਾਂਤੇ ਮਤਲਬ ਰਹੇ ਮਤਲਬ ਫਸਟ ਟਾਈਮ ਉਸੇ ਟਾਈਮ ਇਹਨੂੰ ਅਰੈਸਟ ਕੀਤਾ ਸੀਗਾ کیونکہ الٹیمیٹلی کوئی ماں باپ نہیں چاہے گا کہ وہ بندہ ایکس وائی جیڈ جو بھی تو جو بھی تسی نام لیا وہ بنے کوئی نہیں کوئی ماں باپ نہیں یہو جا چاہے گا کہ یہ می, میرا بچہ بھائی یہ بنے کوئی جیل تو فون کرنا پے کوئی نہیں چاہے گا تو صحیح ڈائریکشن میں صحیح اس میں محنت کرے ਮਤਲਬ ਅਸੀਂ ਜਿਵੇਂ ਅਸੀਂ ਹੈ ਸਾਡੇ ਵਰਗੇ ਹੋਰ ਵੀ ਜਿੰਨੇ ਵੀ ਬੰਦੇ ਐ ਮਤਲਬ ਤੁਸੀਂ ਉਹ ਕਿਉਂਕਿ ਤੁਸੀਂ ਖੁਦ ਨਹੀਂ ਤੁਸੀਂ ਆਪਣੇ ਤੋਂ ਹੀ ਆਪਾਂ ਲੈ ਕੇ ਚੱਲੀਏ ਮਤਲਬ ਆਪਾਂ ਨੂੰ ਕਿਵੇਂ ਐਵੇਂ ਐਵੇਂ ਥੋੜੀ ਮਿਲ ਗਿਆ ਆਪਾਂ ਮਿਹਨਤ ਕਰੀ ਹੈ ਮਿਹਨਤ ਕਰੀ ਤੁਸੀਂ ਮਿਹਨਤ ਕਰਦੇ ਹੋ ਔਰ ਜਿੰਨੇ ਵੀ ਹੈਗੇ ਐ ਜਿੰਨੇ ਵੀ ਇਸ ਜੋਬ ਮੇ ਆਂਦੇ ਐ ਔਰ ਵੀ ਅੱਗੇ ਅੱਗੇ ਬਹੁਤ ਆਪਣੇ ਤੋਂ ਵੀ ਅੱਗੇ ਅੱਗੇ ਲੋਕ ਬਹੁਤ ਗਏ ਐ ਐਂਡ ਜਾਣਗੇ ਆਈਐਸ ਬਣਦੇ ਆਈਪੀਐਸ ਬਣਦੇ ਐ ਕੋਈ ਇਨਸਪੈਕਟਰ ਬਣਦਾ ਹੈ ਕੋਈ ਬਿਜ਼ਨਸ ਕਰਦਾ ਬਹੁਤ ਮਤਲਬ ਥੱਲੇ ਉੱਠ ਕੇ ਉਹ ਐ ਥੋੜੇ ਬਣ ਗਏ ਮਿਹਨਤ ਕਰੀਆ ਉਹਨਾਂ ਨੇ ਜਿਉ ਉਹ ਕਹੇ ਜੀ ਹਾ ਇਹਨਾਂ ਦੇ ਉਹ ਵੀ ਬਾਕੀ ਆ ਆਪਾਂ ਵੀ ਇਹਨਾਂ ਦੀ ਤਰਫ ਦੇਖ ਕੇ ਇਸ ਵਾਲੇ ਰਸਤੇ 'ਤੇ ਚੱਲਦੇ ਇਹ ਬਹੁਤ ਹੀ ਮਤਲਬ ਸ਼ੁਰੂ ਵਿੱਚ ਲੱਗਦਾ ਹੈ ਗਲੈਮਰਸ ਵਾਲਾ ਬਟ ਇਹ ਬਹੁਤ ਹੀ ਖਤਰਨਾਕ ਰਸਤਾ ਹੈ ਜਿਹੜਾ ਇਹ ਰਸਤਾ ਨੂੰ ਲੱਗਦਾ ਸੋਸ਼ਲ ਮੀਡੀਆ ਗਲੋਰੀਫਾਈ ਕਰਦਾ ਨਹੀਂ کہیں ਨਾ کہیں ਆਪਾਂ ਕਹਿ ਸਕਦੇ ਬਟ ਮਤਲਬ ਕਿਉਂਕਿ ਆਪਾਂ ਜੇ ਸਹੀ ਮਤਲਬ ਸਕੂਲ ਲੈਵਲ 'ਤੇ ਜਾਂ ਪਰਿਵਾਰਿਕ ਤੌਰ 'ਤੇ ਲੈਵਲ 'ਤੇ ਟਾਈਮ ਟੂ ਟਾਈਮ ਚੈੱਕ ਉਹਨਾਂ ਤੇ ਰੱਖੇ ਯੂ ਤੇ ਉਹਨਾਂ ਨੂੰ ਥੋੜਾ ਜਿਹਾ ਸਹੀ ਗਲਤ ਦਾ ਥੋੜਾ ਜਿਹਾ ਪਹਿਲਾਂ ਪਤਾ ਲੱਗ ਜਾਣ ਤਾਂ ਆਪਾਂ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਤੋਂ ਮੋੜ ਸਕਦੇ ਐ ਤੇ ਤੁਸੀਂ ਦੇਖੋਗੇ ਹੁਣ ਬਹੁਤ ਸੀ ਚੀਜ਼ਾਂ ਬੈਕਫੁੱਟ ਤੇ ਵੀ ਆਈ ਹੈ ਉਹ ਕਾਫੀ ਉਹਨਾਂ ਦੇ ਕੋਲੇ ਇਹੋ ਜਿਹਾ ਬਹੁਤ ਕਟ ਬੰਦੇ ਮਿਲਦੇ ਆ ਉਹਨਾਂ ਨੂੰ ਜੋ ਮਤਲਬ ਉਹਨਾਂ ਦੇ ਉਹ ਹਾਂ ਜਾਨੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਇਹਦਾ ਜਿਹੜਾ ਰਸਤਾ ਇਹ ਬਹੁਤ ਹੀ ਖਤਰਨਾਕ ਰਸਤਾ ਹੈ ਇਹਦਾ ਅੰਤ ਹੈ ਉਹ ਬਹੁਤ ਬੁਰਾ ਅੰਤ ਹੈ ਐਂਡ ਤੁਸੀਂ ਦੇਖੋਗੇ ਇਹ ਜਿੰਨੇ ਵੀ ਬੰਦੇ ਹੈਗੇ ਜੋ ਆਪਣੇ ਆਪ ਨੂੰ ਇਸ ਟਾਈਪ ਦੇ ਗਲੋਰੀਫਾਈਜ਼ ਉਹਨਾਂ ਦਾ ਅੰਤ ਬਹੁਤ ਬੁਰਾ ਹੁੰਦਾ ਹੂੰ ਔਰ ਕੋਈ ਮਾਪਾਪ ਨਹੀਂ ਚਾਹੇਗਾ ਕਿ ਉਹਨਾਂ ਦਾ ਬੱਚਾ ਕੋਈ ਇਹੋ ਜਿਹਾ ਅੰਤ ਜੇ ਮਤਲਬ ਖਤਮ ਹੋਏ ਜਾਂ ਕੋਈ ਇਹੋ ਜਿਹਾ ਮੁਕਾਮ ਤੇ ਜਾਏ ਉਹ ਹਰ ਆਪਣੀ ਹਰ ਕਿਸੇ ਕੋ ਆਪਣੀ ਲਾਈਫ ਮਤਲਬ ਪੀਸਫੁਲੀ ਪੂਰਾ ਕਰਨ ਦਾ ਰਾਈਟ ਹੈਗਾ ਔਰ ਉਹ ਲੈਜੀਟੀਮੇਟ ਤਰੀਕੇ ਸੇ ਤਰੱਕੀ ਕਰਨ ਦਾ ਰਾਈਟ ਹੈਗਾ ਤੋ ਆਪਾਂ ਇਹੋ ਜੇ ਕੰਮ ਕਰੀਏ ਤੇ ਆਪਣੇ ਮਾਪੇ ਨੂੰ ਆਪਣੇ ਤੇ ਫਕਰ ਹੋਏ ਵੈਸੇ ਕੁਲਦੀਪ ਚਾਲ ਦਾ ਸੁਭਾਅ ਕਿਦਾਂ ਦਾ ਐਗਰੈਸਿਵ ਸ਼ਾਰਟ ਟੈਂਪਰਡ ਜਾਂ ਫਿਰ ਨਹੀਂ ਮੈਂ ਤੋ ਇਹ ਜੀ ਜਾਂ ਫਿਰ ਬੇहद ਪੇਸ਼ੈਂਸ ਵਾਲੇ ਇੱਕ ਸਬਰ ਵਾਲੇ ਇਹ ਤਾਂ ਤੁਸੀਂ ਦੱਸ ਸਕਦੇ ਹੋ ਜੀ ਮੈਂ ਜਾਂ ਬਾਕੀ ਹੋਰ ਦੱਸ ਸਕਦੇ ਆਪਣੇ ਲੈਵਲ ਤੇ ਅਸੀਂ ਮਤਲਬ ਮੈਂ ਆਪਣੇ ਆਪ ਨੂੰ ਤਾਂ ਹੀ ਆਪਣੇ ਆਪ ਨੂੰ ਕੌਣ ਕਹਿੰਦਾ ਮੈਂ ਖਰਾਬ ਨਹੀਂ ਜਦੋਂ ਅਸੀਂ ਮਤਲਬ ਘਰ ਕਰਦਿਆਂ ਚ ਬੈਨਿਓ ਯਾਰਾਂ ਦੋਸਤਾਂ ਚ ਬੈਨਿਓ ਇੱਕ ਆਪ ਦਾ ਇਹ ਤੋਂ ਮੈਂ ਉਹੀ ਦੱਸ ਸਕਦੇ ਆ ਜੀ ਉਹੀ ਬੈਸਟ ਕਿਉਂਕਿ ਦੇ ਆਰ ਦਾ ਬੈਸਟ ਜਜ ਗੁੱਸਾਉਂਦਾ ਕਦੇ ਨਹੀਂ ਮਤਲਬ ਆ ਨਹੀਂ ਨਹੀਂ ਗੁੱਸਾ ਬੰਦੇ ਆ ਆਪਾ ਸਾਰੇ ਇਮੋਸ਼ਨਸ ਨੇ ਸਾਰੇ ਬੰਦੇ ਆ ਆਪਾ ਹਰ ਕਹਿੰਦੇ ਨਾ ਕੋਈ ਵੀ ਇੱਕ ਮੇਰਾ ਦੋਸਤ ਹੈਗਾ ਮੇਰਾ ਬੈਚਮੇਟ ਹੈਗਾ ਨਵੀਨ ਸਿੰਘਲਾ ਮੈਨੂੰ ਮੇਰਾ ਬੈਚਮੇਟ ਹੀ ਹੈਗਾ ਮੈਂ ਉਹਨੂੰ ਉਹਨੇ ਮਤਲਬ ਕੋਈ ਸੱڈنਲੀ ਅਸੀਂ ਕਦੇ ਕਦੇ ਗੱਲ ਕਰ ਰਹੇ ਸੀਗੇ ਕੋਈ ਤਾਂ ਉਹਨੇ ਇੱਕ ਗੱਲ ਕਹੀ ਸੀ ਯਾਰ ਬੰਦੇ ਹੀ ਹੁੰਦੇ ਆ ਸਾਰੇ ਸਾਰੇ ਇਨਸਾਨ ਹੁੰਦੇ ਸਭ ਮੇ ਇਮੋਸ਼ਨਸ ਹੁੰਦੇ ਸਭ ਮੇ ਐਗਰੈਸ਼ਨ ਹੁੰਦਾ ਬਟ ਕਿਹਦਾ ਕਿੰਨਾ ਕੰਟਰੋਲਡ ਹੈਗਾ ਉਹ ਇੱਕ ਡਿਫਰੈਂਟ ਮਤਲਬ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਜੀ ਜਿਆਰਾ ਦੋਸਤਾਂ ਨੂੰ ਮਿਲਦੇ ਹਾਂ ਪੁਰਾਣਿਆਂ ਨੂੰ ਜਿਹੜੇ ਉਦੋਂ ਬੈਚਮੇਟ ਸੀ ਜਾਂ ਜਿਹੜੇ ਕਾਲਜੇਟ ਸੀ ਮੈਨੂੰ ਸਾਰੇ ਮਿਲਦੇ ਆ ਜੀ ਤਕਰੀਬਨ ਸਭ ਸਾਰੇ ਮਿਲਦੇ ਆ ਇਵਨ ਇਵਨ ਮੈਂ ਚੰਡੀਗੜ੍ਹ ਐਸਐਸਪੀ ਸੀਗਾ ਤੇ ਬੇਸਿਕਲੀ ਮੈਂ ਰਹਿਣ ਵਾਲਾ ਹਰਿਆਣੇ ਤੋਂ ਆ ਪੰਜਾਬ ਮੇਰਾ ਕਾਟਰ ਹੈਗਾ ਚੰਡੀਗੜ੍ਹ ਪੁਲਿਸ 'ਚ ਮੈਂ ਰਿਹਾ ਪੰਜਾਬ ਯੂਨੀਵਰਸਿਟੀ ਮੈਂ ਪੜਿਆ ਤਾਂ ਹਰ ਕੋਈ ਮੇਰੇ ਤੇ ਮਤਲਬ ਅਧਿਕਾਰ ਜਮਾਂਦਾ ਕਿ ਸਾਡਾ ਮੁੰਡਾ ਹੈਗਾ ਇਹ ਸਾਡਾ ਕਹਿੰਦੇ ਪੰਜਾਬ ਦੇ ਵਿੱਚ ਸਰਕਾਰ ਕੋਈ ਵੀ ਪਾਵਰ ਚ ਹੋਵੇ ਪਰ ਕੁਲਦੀਪ ਚਾਲ ਹਮੇਸ਼ਾ ਪਾਵਰ ਰੋ ਰਹੇ ਰਹਿੰਦੇ ਨੇ ਨਹੀਂ ਪਾਵਰਫੁਲ ਕੋਈ ਨਹੀਂ ਹੁੰਦਾ ਸਰਕਾਰਾਂ ਅਸੀਂ ਤਾਂ ਇੱਕ ਪਬਲਿਕ ਸਰਵੰਟ ਆ ਐਂਡ ਜੋ ਵੀ ਕੋਈ ਵੀ ਹੈ ਸਾਨੂੰ ਮੌਕਾ ਮਿਲਦਾ ਕੰਮ ਕਰਨ ਦਾ ਅਸੀਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਐਂਡ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਤਰਫ ਤੋਂ ਬੈਸਟ ਦੀਏ ਐਂਡ ਜੇ ਇੱਕ ਜਿਵੇਂ ਸੋਲੂਸ਼ਨ ਮੇਕਰ ਕੀ ਤਰ੍ਹਾਂ ਕੰਮ ਕਰੀਏ ਐਂਡ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਅਸੀਂ ਇੱਕ ਪਬਲਿਕ ਸਰਵੰਟ ਦੇ ਤੌਰ ਤੇ ਆਏ ਆ ਪਬਲਿਕ ਸਰਵੰਟ ਕੀ ਤੌਰ ਤੇ ਅਸੀਂ ਕੰਮ ਕਰਦੇ ਆ ਪਾਵਰਾਂ ਕੀ ਪਾਵਰ ਕੀ ਹੁੰਦੀ ਹੈ ਹਮ ਹਮ ਬੇਸਿਕਲੀ ਇਹ ਇੱਕ ਪਰਸੈਪਸ਼ਨ ਹੀ ਹੈ ਕਿ ਉਹ ਪਾਵਰਫੁਲ ਹੈ ਐਕਸ ਵਾਈ ਜ਼ੈਡ ਪਾਵਰਫੁਲ ਹੈ ਪਾਵਰਫੁਲ ਕੋਈ ਨਹੀਂ ਪਾਵਰਫੁਲ ਨਹੀਂ ਕਈ ਵਾਰ ਤੁਹਾਡੇ ਮਹਿਕਮੇ ਚ ਬਹੁਤ ਨਹੀਂ ਨਹੀਂ ਉਹ ਆਪਣੀ ਮੈਂ ਵਹੀ ਕਹਿੰਦਾ ਨਾ ਉਹ ਪਰਸੈਪਸ਼ਨ ਹੈਗੀ ਆ ਬੇਸਿਕਲੀ ਅਸੀਂ ਇੱਕ ਪਬਲਿਕ ਸਰਵੈਂਟ ਹੈਗੇ ਆ ਐਂਡ ਅਸੀਂ ਕਾਨੂੰਨ ਦੇ ਦਾਇਰੇ ਚ ਕੰਮ ਕਰਦੇ ਆ ਐਂਡ ਕਰਨਾ ਚਾਹੀਦਾ ਐਂਡ ਉਸ ਤੋਂ ਬਾਅਦ ਕੋਈ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਫਿਰ ਉਹਦਾ ਕੀ ਅਸਰ ਹੁੰਦਾ ਕਿੰਨੇ ਟਾਈਮ ਬਾਅਦ ਫਿਰ ਕਰ ਜਾਏ ਉਹਨੇ ਅਸੀਂ ਨਹੀਂ ਜਦੋਂ ਮੌਕਾ ਮਿਲਦਾ ਹੈ ਮਹੀਨਾ 2 ਮਹੀਨੇ ਜੋ ਵੀ ਟਾਈਮ ਮਿਲਦਾ ਹੈ ਕਈ ਵਾਰ ਜ਼ਿਆਦਾ ਵੀ ਟਾਈਮ ਹੋ ਜਾਂਦਾ ਐਂਡ ਕੋਸ਼ਿਸ਼ ਐ ਮਤਲਬ ਉਸੇ ਗਰਾਊਂਡ 'ਚ ਖੇਡਦੇ ਹੋ ਫਿਰ ਜਿੱਦੇ ਕਬੱਡੀ ਖੇਡ ਕੇ ਆਈ ਕبھی ਕਦੇ 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 ਮੌਕਾ ਮਿਲਦਾ ਸੀ ਫੁੱਟਬਾਲ ਵਗੈਰਾ ਖੇਡ ਕੇ ਆਈ ਬਟ ਕਾਫੀ ਟਾਈਮ ਹੋ ਗਿਆ ਹੁਣ ਉਹ ਸ਼ਾਮ ਨੂੰ ਕਦੇ ਜਾਂਦੇ ਤਾਂ ਥੋੜਾ ਬੋੜਾ ਉੱਥੇ ਫੁੱਟਬਾਲ ਵਗੈਰਾ ਖੇਡ ਲੈਂਦੇ ਆ ਜਾਂ ਕੋਈ ਚੱਕਰ ਮਾਰ ਲੈਂਦੇ ਆ ਕੋਈ ਮਤਲਬ ਉਹ ਕਰ ਲੈਂਦੇ ਆ ਕੁਝ ਫਰਕ ਮਹਿਸੂਸ ਕਰਦੇ ਹਾਂ ਮਤਲਬ 10 ਸਾਲ ਤੋਂ ਪਹਿਲਾਂ ਜਦੋਂ ਜੁਆਇਨ ਕੀਤਾ ਤੇ 10 ਸਾਲ ਤੋਂ ਬਾਅਦ ਅੱਜ ਕਿਉਂਕਿ ਮਚਿਓਰਿਟੀ ਬਹੁਤ ਆ ਜਾਂਦੀ ਐ ਜਾਂ ਸਮਾਂ ਮਤਲਬ ਬੰਦਾ ਉਦਾਂ ਦਾ ਹੋ ਜਾਂਦਾਗਾ ਨਹੀਂ ਲਾਈਫ ਮੈਂ ਉਹੀ ਨੇਚਰਲੀ ਬਹੁਤ ਜ਼ਿੰਮੇਵਾਰੀ ਆ ਜਾਂਦੀ ਹੈ ਬਟ ਇਹੋ ਜੀ ਕੋਈ ਗੱਲ ਨਹੀਂ ਲਾਈਫ ਬੜਾ ਨੇਚਰਲ ਵੇ ਮੇ ਚੱਲ ਰਹੀ ਹੈ ਬੜੀ ਖੂਬਸੂਰਤ ਹੈ ਔਰ ਪਰਮਾਤਮਾ ਦੀ ਕਿਰਪਾ ਮੈਂ ਇਹ ਕਹਿਣਾ ਚਾਹੂੰਗਾ ਯਾਰਾ ਦੋਸਤਾਂ ਦੀ ਮਤਲਬ ਔਰ ਜੋ ਉਹਨਾਂ ਦੀ ਬਲੇਸਿੰਗ ਹੈ ਔਰ ਸਭ ਕੁਝ ਆਪਾਂ ਕਹਿ ਸਕਦੇ ਬਹੁਤ ਹੀ ਵਧੀਆ ਠੀਕ ਹੈ ਤਾਂ ਹੀ ਮੈਂ ਪੁੱਛਿਆ ਹਾਂ ਐਸੇ ਹੀ ਸਾਰੇ ਲੋਕਾਂ ਨੂੰ ਲੱਗਦਾ ਕਿ ਜੋ ਸਾਹਮਣੇ ਹੈ ਉਹ ਸਿਰਫ ਸਾਹਮਣੇ ਵਾਲੇ ਨੂੰ ਦੇਖਦੇ ਆ ਉਹਦੇ ਪਿੱਛੇ ਕੀ ਕੁਝ ਹੈ ਉਹ ਤੁਹਾਨੂੰ ਪਤਾ ਨਹੀਂ ਨਹੀਂ ਇਹੋ ਜੀ ਮਤਲਬ ਕੋਈ ਮੋਡਿਆਂ ਤੇ ਤੁਹਾਡੇ ਆਈਪੀਐਸ ਲਿਖਿਆ ਤੁਸੀਂ ਮਤਲਬ ਇੱਕ ਸੀਪੀਓ ਅੱਜ ਲੋਕਾਂ ਨੂੰ ਇਹ ਪਤਾ ਕਿ ਸੀਪੀ ਨੇ ਕੁਲਦੀਪ ਚਾਹ ਲੇਕਿਨ ਉੱਥੋਂ ਤੱਕ ਉਹ ਦੇ ਲਈ ਕੁਲਦੀਪ ਚਾਹ ਨੇ ਕੀ ਕੁਝ ਚੱਲਿਆ ਉਹਨਾਂ ਨੂੰ ਕਦੇ ਉਹ ਵੀ ਮੈਂ 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 ਇਨਾ ਕਰਨ ਜਾਊਂਗਾ ਕਿ ਜੋ ਵੀ ਇੱਥੇ ਆਗੇ ਕੋਈ ਵੀ ਕਮਿਸ਼ਨਰ ਲਾ ਐਂਡ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਬਹੁਤ ਹੀ ਵੱਖਰਾ ਕੰਮ ਕਰਤਾ ਹਰ ਸਾਲ ਆਈਪੀਐਸ ਆਂਦੇ ਹਰ ਰੋੜ ਬਟ ਪ੍ਰਮਾਤਮਾ ਨੇ ਜੋ ਝੂਟੀ ਦਿੱਤੀ ਹੈ ਉਹਨੂੰ ਬਖੂਬੀ ਨਿਭਾਓ ਲੋਕਾਂ ਜੋ ਲੋਕਾਂ ਦੇ ਪ੍ਰਤੀ ਤੁਹਾਡਾ ਜਿਹੜਾ ਫਰਜ ਬਣਦਾ ਉਹਨੂੰ ਸੰਤੁਸ਼ਟੋ ਲਾਈਫ ਚ ਬਿਲਕੁਲ ਜੀ ਮੈਂ ਕੰਪਲੀਟਲੀ ਮੈਂ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਮਹਾਦੇਵ ਜੀ ਦੀ ਕਿਰਪਾ ਹੈ ਬਿਲਕੁਲ ਕੋਈ ਇਸ ਤਰ੍ਹਾਂ ਦੀ ਕੋਈ ਹੈ ਹੀ ਨਹੀਂ ਹੈ ਜੀ ਜਿੰਨਾ ਦਿੱਤਾ ਹੈ ਉਹ ਬਹੁਤ ਦਿੱਤਾ ਹੈ ਜਿੰਨਾ ਉਹ ਦੇ ਰਿਹਾ ਉਹ ਬਹੁਤ ਦੇ ਰਿਹਾ ਕੁਝ ਜੀ ਜਨ ਨੂੰ ਯਾਦ ਕਰਕੇ ਹੁੰਦਾ ਕਦੇ ਕਿ ਰਹਿ ਗਈਆਂ ਜਾਂ ਪਿੱਛੇ ਜਾਂ ਨਾਲ ਹੋਣੀਆਂ ਚਾਹੀਦੀਆਂ ਸੀ ਅੱਜ ਨਹੀਂ ਨਹੀਂ ਪ੍ਰਮਾਤਮਾ ਸਾਰੀ ਪੂਰੀ ਕਰ ਦੂਗਾ ਹਮ ਕਦੇ ਰਾਜਨੀਤੀ ਚਾਹੋਗੇ ਨਹੀਂ ਨਹੀਂ ਜੇ ਅਸੀਂ ਤਾਂ ਸਰਕਾਰੀ ਨੌਕਰਾਂ ਜੀ ਸਰਕਾਰੀ ਨੌਕਰੀ ਕਰਨੀ ਹੈ ਜੀ ਪੋਸਟ ਨੌਕਰੀ ਨੋ ਜਬ ਇਨੀ ਦੂਰ ਦਾ ਅਗਲੇ ਮਿੰਟ ਦਾ ਨਹੀਂ ਪਤਾ ਹੁੰਦਾ ਜੀ ਹੈ ਨਾ ਨੀ ਨੀ ਕੋਈ ਲੌਂਗ ਟਰਮ ਗੋਲ ਨਹੀਂ ਹੁੰਦਾ ਜੀ ਇਹ 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 ਕਦੇ ਵੀ ਜਿੰਦਾ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਨਾ ਕਦੇ ਨਹੀਂ ਹੁੰਦਾ ਹੁੰਦਾ ਇਸ ਲਈ ਜੋ ਪ੍ਰੈਜੈਂਟ ਹੈ ਜੋ ਤੁਹਾਨੂੰ ਪ੍ਰੈਜੈਂਟ ਡਿਊਟੀ ਦਿੱਤੀ ਹੈ ਸਰਕਾਰ ਨੇ ਦਿੱਤੀ ਹੈ ਲੋਕਾਂ ਦੀ ਸੇਵਾ ਵਾਸਤੇ ਉਹ ਉੱਥੇ ਤੁਸੀਂ ਬੈਸਟ ਕਰੋ ਆਪਣਾ ਬਹੁਤ ਦੂਰ ਦਾ ਕਿੱਥੇ ਅੱਜ ਕੱਲ੍ਹ ਕੱਲ ਦਾ ਨਹੀਂ ਪਤਾ ਕਿਸੇ ਨੂੰ ਤੁਸੀਂ ਸੋਚ ਲਓ ਬਹੁਤ ਦੂਰ ਦਾ ਉਹਦੇ ਚ ਅਨਪਲਾਨਡ ਚੀਜ਼ਾਂ ਕਈ ਵਾਰ ਕੁਝ ਜ਼ਿੰਦਗੀ ਹੀ ਅਨਪਲਾਨਡ ਹੈ ਜੀ ਉਹ ਕਹਿੰਦੇ ਲਾਈਫ ਇਸ ਔਨ ਪ੍ਰੋਡਕਟਿਵ ਮਤਲਬ ਬਿਲਕੁਲ ਠੀਕ ਹੈ ਜੀ ਆਪਾਂ ਇੰਸ਼ੋਰੈਂਸ ਪਾਲਿਸੀ ਕਰਾਂਗੇ ਫਲਾਣਾ ਕਰਾਂਗੇ ਜਦੋਂ ਤੁਸੀਂ ਨਹੀਂ ਰਹੋਗੇ ਇੰਸ਼ੋਰੈਂਸ ਪਾਲਿਸੀ ਨੇ ਕੀ ਕੀ ਕਰ ਮਤਲਬ ਇਹ ਇਹ ਚੀਜ਼ਾਂ ਸਾਰੀਆਂ ਮਤਲਬ ਬਹੁਤ ਹੀ ਇੱਕ ਮੈਂ ਕਹਿੰਦਾ ਮੈਂ ਤਾਂ ਮਿਥਕ ਮੰਨਦਾ ਹਾਂ ਇਹ ਚੀਜ਼ਾਂ ਨੂੰ ਕੁਝ ਨਹੀਂ ਹੁੰਦਾ ਪ੍ਰੈਜੈਂਟ ਵਿੱਚ ਜਿਉ ਜੋ ਤੁਹਾਨੂੰ ਪ੍ਰੈਜੈਂਟ ਵਿੱਚ ਡਿਊਟੀ ਮਿਲੀ ਉਹਦਾ ਤੁਸੀਂ ਬੈਸਟ ਕਰੋ ਲੋਕਾਂ ਦੀ ਸੇਵਾ ਕਰੋ ਇਹੀ ਤੁਹਾਡਾ ਮਤਲਬ ਫਿਊਚਰ ਹੈਗਾ ਇਸੇ ਵਿੱਚ ਤੁਹਾਡਾ ਫਿਊਚਰ ਚੁਕਿਆ ਮੇਰੀ ਫੈਮਿਲੀ ਦਾ ਸਾਰੀ ਦਾ ਯੋਗਦਾਨ ਰਿਹਾ ਜੀ ਬਿਲਕੁਲ ਕਿਉਂਕਿ ਅਸੀਂ ਸਾਰੇ ਖੇਤਾਂ 'ਚ ਇਕੱਠੇ ਹੀ ਕੰਮ ਕਰਦੇ ਸੀਗੇ ਇਕੱਠੇ ਹੀ ਪੜ੍ਹਦੇ ਸੀਗੇ ਸਾਰਿਆਂ ਦਾ ਮਤਲਬ ਆਪਾਂ ਕਹਿ ਦਿੰਦੇ ਕੋਈ ਵੀ ਬੰਦਾ ਕੋਈ ਵੀ ਬੰਦਾ ਹੈ ਕੋਈ ਵੀ ਹੋਵੇ ਭਾਵੇਂ ਕੋਈ ਕੁਲਦੀਪ ਹੋ ਭਾਵੇਂ ਕੋਈ ਵੀ ਹੋ ਮੈਂ ਕਹਿੰਦਾ ਜੀ ਹਰ ਬੰਦੇ ਦਾ ਜੇਦੀ ਉਹਦੀ ਕਾਹਲੇ ਛੋਟੇ ਛੋਟੇ ਬੰਦੇ ਦਾ ਯੋਗਦਾਨ ਹੁੰਦਾ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਿ ਮੈਂ 39 ਚ ਅਸੀਂ ਰਹਿੰਦੇ ਸੀਗੇ 39 ਤੋਂ ਲੈ ਕੇ ਯੂਨੀਵਰਸਿਟੀ ਅਸੀਂ ਪੈਦਲ ਜਾਂਦੇ ਸੀਗੇ ਮੈਂ ਸਾਡੇ ਕੋਲੇ ਵਹੀਕਲ ਨਹੀਂ ਸੀਗਾ ਐਂਡ ਸੋ देयर ਤੁਸੀਂ ਦੇਖਿਆ ਕੋ 25 ਸੈਕਟਰ ਵਾਲਾ ਰੋਡ ਹੈਗਾ ਬੈਕ ਸਾਈਡ ਹੁਣ ਤਾਂ ਕਾਫੀ ਬੀਜ਼ੀ ਰੋਡ ਹੈ ਉਸ ਟਾਈਮ ਇਹ ਮਤਲਬ ਇਸਪੇ ਜ਼ੀਰੋ ਟ੍ਰੈਫਿਕ ਹੁੰਦਾ ਸੀਗਾ ਕੋ ਲਿਫਟ ਬਟ ਮੈਨੂੰ ਅੱਜ ਵੀ ਯਾਦ ਹੈ ਇੱਕ ਲੜਕਾ ਹੁੰਦਾ ਸੀਗਾ ਉਹ 39 ਸੈਕਟਰ ਚ ਰਹਿੰਦਾ ਸੀਗਾ ਉਹਦੀ ਕੈਮਿਸਟਰੀ ਸ਼ੋਪ ਸੀਗੀ ਉਥੇ ਪੀਜੀਆਈ ਤੋ ਮੈਂ ਉੱਥੇ 39 ਜਿਹੜਾ ਆਪਣੇ 38 ਵੈਸਟ ਵਾਲਾ ਗੁਰਦੁਆਰਾ ਸਾਹਿਬ ਹੈਗਾ ਉਹਦੇ ਇੱਕ ਬਹੁਤ ਬੜਾ ਪੀਪਲ ਦਾ ਹਜੇ ਵੀ ਪੇੜ ਹੈਗਾ ਉਹਦੇ ਨੀਚੇ ਮੈਂ ਖੜਾ ਹੁੰਦਾ ਸੀਗਾ ਉਹ ਆਂਦਾ ਸੀਗਾ ਉਹ ਮੈਨੂੰ ਲਿਫਟ ਦਿੰਦਾ ਸੀਗਾ ਐਂਡ ਅਸੀਂ ਮਤਲਬ ਯੂਨੀਵਰਸ ਉਹਨੇ ਪਜੀ ਯੂਨੀਵਰਸਿਟੀ ਕ੍ਰੋਸ ਕਰਕੇ ਪਜੀ ਜਾਣਾ ਹੁੰਦਾ ਸੀਗਾ ਉਹ ਮੈਨੂੰ ਗੇਟ ਨੰਬਰ 2 ਗੇਟ ਨੰਬਰ ਪਜੀ ਦੇ ਸਾਹਮਣੇ ਜਿਹੜਾ ਗੇਟ ਹੈ ਨਾ ਉੱਥੇ ਮੈਨੂੰ ਉਹ ਮਤਲਬ ਡ੍ਰੌਪ ਕਰਦਾ ਸੀਗਾ ਐਂਡ ਇਹ ਸਿਲਸਿਲਾ ਤਕਰੀਬਨ ਤਕਰੀਬਨ 1 ਸਾਲ ਚੱਲਦਾ ਰਿਹਾ ਐਂਡ 1.5 ਸਾਲ ਕੇ ਬਾਅਦ ਮੈਨੂੰ ਯਾਦ ਹੈ ਕਿ ਉਹਨੇ ਮੇਰਾ ਨਾਂ ਨਹੀਂ ਪੁੱਛਿਆ ਮੈਨੂੰ ਉਹਦਾ ਨਾਂ ਨਹੀਂ ਪੁੱਛਿਆ 1.5 ਸਾਲ ਕੇ ਬਾਅਦ ਉਹ ਮੈਨੂੰ ਕਹਿੰਦਾ ਇੱਕ ਸਾਲ ਤੁਸੀਂ ਨਾਂ ਹੀ ਨਹੀਂ ਪੁੱਛਿਆ ਮੈਂ ਮੈਂ ਕੁਝ ਨਹੀਂ ਅਸੀਂ ਮੈਂ ਮੈਂ ਕਿਤਾਬ ਪੜ੍ਹਦਾ ਰਹਿੰਦਾ ਸੀਗਾ ਉਹ ਰੋਕ ਲੈਂਦਾ ਅੱਖੋ ਅੱਖਾਂ ਮਤਲਬ ਅੱਖਾਂ ਅੱਖਾਂ ਚ ਸਾਡੇ ਸਾਰੇ ਹੁੰਦੇ ਸੀਗੇ ਉਹ ਰੋਕ ਦਿੰਦਾ ਸੀਗਾ ਮੈਂ ਬੈਠ ਦਿੰਦਾ ਸੀਗਾ ਬੈਠਿਆ ਸੀ ਉਹ ਉੱਥੇ ਡ੍ਰੌਪ ਕਰਤਾ ਤੋਂ ਉਸ ਤੋਂ ਪਹਿਲਾਂ ਇੱਕ ਤੋਂ ਇੱਕ ਦਿਨ ਉਹਨੇ ਇੱਕ ਦਿਨ ਪੁੱਛਿਆ ਕੇ ਜੀ ਬ੍ਰਦਰ ਤੁਸੀਂ ਕੀ ਕਰਦੇ ਹੋ ਮੈਂ ਕਹਾਂ ਜੀ ਅਸੀਂ ਤਿਆਰੀ ਕਰਦੇ ਆ ਯੂਪੀਐਸਸੀ ਯਾਰ ਬੋਲੇ ਤੁਸੀਂ ਤਾਂ ਪੱਕੇ ਆ ਜਾਂਦੇ ਇਨੇ ਟਾਈਮ ਮੈਂ ਕਹਾਂ ਭਾਈ ਜੀ ਤੁਸੀਂ ਵੀ ਤਾਂ ਦੁਕਾਨ ਛੋੜਦੇ ਹੋ ਕਹਿੰਦੇ ਜੀ ਸਾਡੀ ਤਾਂ ਰੋਜੀ ਰੋਟੀ ਹੈ ਮੈਂ ਕਹਾਂ ਯਾਰ ਅਸੀਂ ਵੀ ਤਾਂ ਰੋਜੀ ਰੋਟੀ ਵਾਸਤੇ ਆ ਰਹੇ ਫਿਰ ਉਹਨੇ ਮੈਨੂੰ ਮੈਨੂੰ ਯਾਦ ਆਉਦੀ ਵਰਡਿੰਗ ਕਹਦੇ ਯਾਰ ਤੁਹਾਡਾ ਮਤਲਬ ਪਰਮਾਤਮਾ ਤੁਹਾਡੀ ਸੁਣੂਗਾ ਪੱਕਾ ਤੁਸੀਂ ਦੇਖ ਲੈਣਾ ਐਂਡ ਉਸ ਦਿਨ ਤੋਂ ਬਾਅਦ ਸ਼ਾਇਦ ਉਹ ਮੈਨੂੰ ਮਿਲਿਆ ਹੀ ਨਹੀਂ ਕਦੇ ਮੈਂ ਕਹਿੰਦਾ ਮੇਰਾ ਮੇਰਾ ਕਹਿਣ ਦਾ ਭਾਅ ਵੇ ਹੈਗਾ ਕਿ ਕੰਟਰੀਬਿਊਸ਼ਨ ਜ਼ਰੂਰੀ ਨਹੀਂ ਹੈ ਫੈਮਿਲੀ ਦਾ ਫੈਮਿਲੀ ਦਾ ਵੀ ਹੁੰਦਾ ਫੈਮਿਲੀ ਦਾ ਵੀ ਹੁੰਦਾ ਬ ਤਾਂ ਜਿਹੜਾ ਬਿਲਕੁਲ ਬਿਨਾ ਕਿਸੇ ਉਸ ਵਾਰਤ ਕੇ ਤੁਹਾਡੀ ਮਤਲਬ ਇਹੋ ਜੀ ਮਦਦ ਕਰ ਜਾਂਦੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੋਂ ਇਹੋ ਜੀ ਲੋਕਾਂ ਦਾ ਮੈਂ ਕਹਿੰਦਾ ਬਾਅਦ ਚੋਂ ਪਤਾ ਲੱਗਦਾ ਮੈਂ ਕਹਿੰਦਾ ਇਹੋ ਜੀ ਲੋਕਾਂ ਦਾ ਵੀ ਯੋਗਦਾਨ ਹੈਗਾ ਇੱਕ ਡਰਾਈਵਰ ਸੀਗੇ ਸਰਕਾਰੀ ਗੱਡੀ ਕਿਉਂਕਿ ਉਹਦੇ 39ਵੇਂ ਨਾ ਸਰਕਾਰੀ ਕੁਆਟਰ ਹੈਗੇ ਫੋਰਥ ਕਲਾਸ ਵਾਲੇ ਜਿਹੜਾ ਆਪਾਂ ਕਹਿ ਸਕਦੇ ਹਾਂ ਰੈੱਡ ਕੁਆਟਰ ਨੇ ਜਿਹੜੇ ਹਾਂ ਰੈੱਡ ਕੁਆਟਰ ਹੈ ਉੱਥੋਂ ਦਾ ਇੱਕ ਡਰਾਈਵਰ ਸੀਗਾ ਕਿਸੇ ਅਫਸਰ ਦੀ ਗੱਡੀ ਚਲਾਉਂਦਾ ਸੀਗਾ ਉਹ ਮੈਂ 6 ਮਹੀਨੇ ਉਹਦੀ ਉਹਨੇ ਉਹਨੇ ਮੈਨੂੰ ਲਿਫਟ ਦਿੱਤੀ ਉਹ ਸਵੇਰੇ ਸਵੇਰੇ 6 ਮਹੀਨੇ ਮੈਂ ਉਹਦੀ ਗੱਡੀ 'ਚ ਆ ਕੇ ਬੈਠਾ ਉਹ ਨੂੰ ਮੈਨੂੰ ਆਰਡਰ ਉਹ ਵੀ 39 ਸੈਕਟਰ 'ਚ ਹੀ ਜਾਂਦਾ ਉਹ ਵੀ ਆਂਦਾ ਆਂਦਾ ਸੀਗਾ मतलब हां तोनु पहला देखदा होगा कि ये मतलब मतलब पता नहीं ਹੁਣ ਤੂੰ ਮੈਂ ਪਤਾ ਹੀ ਨਹੀਂ ਹੁੰਦਾ ਹੁਣ ਤੋ ਕੀ ਮਤਲਬ ਹੋ ਸਕਦਾ ਉਹਨੂੰ ਪਤਾ ਹੋ ਸਕਦਾ ਮੈਨੂੰ ਬਟ ਮੈਂ ਕਹਿ ਰਹਾ ਨਾ ਉਹ ਜਿੱਥੇ ਵੀ ਹੋਇਆ ਜਿੱਥੇ ਵੀ ਕੀ ਉਹਦਾ ਵੀ ਕੰਟਰੀਬਿਊਸ਼ਨ ਅਸੀਂ ਮੈਂ ਮੰਨਦਾ ਕਿ ਉਹਦਾ ਵੀ ਕੰਟਰੀਬਿਊਸ਼ਨ ਕਿ ਪਤਾ ਲੱਗਦਾ ਉਹ ਰਿਟਾਇਰ ਹੋ ਗਿਆ ਫਲੈਟ ਵਾਲਾ ਉਹ ਅੰਕਲ ਹਾਂ ਹਾਂ ਉਹ ਮੈਨੂੰ ਯਾਦ ਆਉਂਦੀਆਂ ਮੈਮਰੀਜ਼ ਹੁੰਦੀਆਂ ਨੇ 1442 ਨੰਬਰ ਹੈਗਾ ਉਹਦਾ ਮੈਨੂੰ ਅੱਜ ਵੀ ਯਾਦ ਹੈ ਹਾਂ ਨਹੀਂ ਬਿਲਕੁਲ ਬਿਲਕੁਲ ਉਹ ਤਾਂ ਕਈ ਵਾਰ ਨਿਕਲਦੇ ਆਂ ਆਊਟਸਾਈਡ ਪਾਰਕ 'ਚ ਖੇਲਦੇ ਜੀ ਹੁਣ ਤਾਂ ਉੱਥੇ ਕੋਠੀਆਂ ਬਣ ਗਈ ਮੈਂ ਯਾਰ ਯੂਨੀਵਰਸਿਟੀ ਮੈਂ ਚਾਰ ਨੰਬਰ ਰੈਂਦਾ ਸੀਗਾ ਜੋ ਜੋ ਡੋਰਮਟਰੀ ਹੁੰਦੀ ਸੀ ਮੇਰੇ ਇੱਕ ਦੋਸਤ ਹੁੰਦਾ ਸੀਗਾ ਦਈਆ ਉਹਦੇ ਰੂਮ ਚ ਮੈਂ ਕੁਝ ਟਾਈਮ ਰਿਹਾ ਮਰ ਜ਼ਿਆਦਾਤਰ ਮੈਂ ਮਤਲਬ ਬਾਹਰ ਹੀ ਰਿਹਾ ਹੂੰ ਉਦੋਂ ਫਿਰ ਸਾਰਾ ਦਿਨ ਮਤਲਬ ਲਾਇਬ੍ਰੇਰੀ ਆਹ ਬਿਲਕੁਲ ਜੀ ਬਿਲਕੁਲ ਉਹ ਸਵੇਰ ਤੋਂ ਸ਼ਾਮ ਬਿਲਕੁਲ 100% ਸਟੱਡੀ ਸਾਡਾ ਇੱਕ ਫੋਕਸ ਹੁੰਦਾ ਸੀ ਕਿ ਸਟੱਡੀ ਬਸ ਅੱਛਾ ਇੱਕ ਆ ਇੰਗਲਿਸ਼ ਨਾਲ ਫਿਰ ਕਿਵੇਂ ਤੁਸੀਂ ਉਹ ਕੀਤਾ ਤੁਸੀਂ ਸੈਲਫ ਸਟੱਡੀ ਕੀਤੀ ਆਪਾਂ ਮਤਲਬ ਤੁਸੀਂ ਪਿੰਡਾਂ ਚ ਜਾਉਣੇ ਹਨ ਤੇ ਉਦੋਂ ਮਤਲਬ ਹੁੰਦਾ ਹੈ ਕਿ ਇੱਕ ਵਾਰ ਥੋੜਾ ਜਿਹਾ ਬੰਦੇ ਨੂੰ ਲੱਗਦਾ ਹੈ ਕਿ ਹੈਜ਼ਿਟੇਸ਼ਨ ਜੀ ਹੁੰਦੀ ਹੈ ਤੇ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਨਾ ਇੱਕ ਬਹੁਤ ਇੱਕ ਆਪਣੇ ਆਪ ਦਾ ਮਾਈਲਸਟੋਨ ਹੈ ਮੈਂ ਦੇਖੋ ਕਿਥੇ ਨਾ ਕਿਤੇ ਹੁਣ ਵੀ ਇਹ ਇੰਗਲਿਸ਼ ਵਾਲਾ ਟੈਗ ਤੋਂ ਮਤਲਬ ਜੋੜੀ ਜਾਂਦਾ ਹੈ ਜਨਰਲੀ ਕਹਿ ਵੀ ਦਿੰਦੇ ਮੈਂ ਚਲੋ ਮੈਂ ਇਸ ਤੇ ਕਮੈਂਟ ਨਹੀਂ ਕਰੂੰਗਾ ਕਿ ਕਹਿ ਦਿੰਦੇ ਜੀ ਇਹਨੂੰ ਮਤਲਬ ਇੰਗਲਿਸ਼ ਘਟਾਨੀ ਹੈ ਪਰ ਠੀਕ ਹੈ ਮਤਲਬ ਅਸੀਂ ਤਾਂ ਯਾਰ 6th ਕਲਾਸ ਤੋਂ ਇੰਗਲਿਸ਼ ਅ ਸुरू ਕੀਤੀ ਹੈ ਨੈਚੁਰਲੀ ਅਸੀਂ ਉਸ ਲੈਵਲ ਤੇ ਤਾਂ ਨਹੀਂ ਲਿਖ ਸਕਦੇ ਜਾਂ ਪੜ੍ਹ ਸਕਦੇ ਲੇਕਿਨ ਇਹ ਹੈ ਕਿ ਅਸੀਂ ਕੁਆਲੀਫਿਕੇਸ਼ਨ ਤੋਂ ਅਸੀਂ ਸਾਰੇ ਇਗਜ਼ਾਮਾਂ ਦੀ ਕਰਦੇ ਆਂ ਇੰਗਲਿਸ਼ ਦਾ ਵੀ ਇਗਜ਼ਾਮ ਹੁੰਦਾ ਉਹਦੀ ਕੁਆਲੀਫਿਕੇਸ਼ਨ ਅਸੀਂ ਪੂਰੀ ਕਰਦੇ ਆਂ ਬਟ ਹਾਂ ਮਤਲਬ ਮੇਰਾ ਇਹ ਵੀ ਹੈ ਕਿ ਵੀ ਤੁਹਾਡਾ ਜਿਹੜਾ ਹੈਗਾ ਨਾ ਇੰਗਲਿਸ਼ ਇੱਕ ਲੈਂਗੁਏਜ ਹੀ ਹੈ ਠੀਕ ਹੈ ਤੁਨੂੰ ਮੈਕਸਿਮਮ ਲੈਂਗੁਏਜ ਆਣੀ ਚਾਹੀਦੀ ਹੈ ਕਿਉਂਕਿ ਤੁਸੀਂ ਸੈਲਫ ਸਟੱਡੀ ਕੀਤੀ ਨਹੀਂ ਪਰ ਅਸੀਂ ਮੀਡੀਅਮ ਉੱਤੇ ਹਿੰਦੀ ਰੱਖਿਆ ਸੀਗਾ ਹਿੰਦੀ ਮੀਡੀਅਮ ਚ ਅਸੀਂ ਸਾਰੇ ਐਗਜ਼ਾਮ ਲਿਖਿਆ ਐਂਡ ਸਾਡੀ ਮੈਂ ਮਤਲਬ ਜਿਵੇਂ ਗੱਲ ਕੀ ਰਾਈਟਿੰਗ ਸਕਿੱਲ ਬੜੀ ਚੰਗੀ ਸੀਗੀ ਬਹੁਤ ਚੰਗੇ ਨੰਬਰ ਮੈਨੂੰ ਆਏ ਸੀਗੇ ਯੂਪੀਐਸਸੀ ਰਿਟਰਨ ਐਗਜ਼ਾਮ ਚ ਬਹੁਤ ਚੰਗੇ ਨੰਬਰ ਆਏ ਸੀਗੇ ਔਰ ਵਨ ਆਫ ਦਾ ਬੈਸਟ ਆਫ ਸਟੂਡੀਅਸ ਸੀ ਮਤਲਬ ਨਹੀਂ ਬਹੁਤ ਅਸੀਂ ਹਾਰਡ ਵਰਕਿੰਗ ਸੀ ਮੰਨ ਲਓ ਹਾਰਡ ਵਰਕਿੰਗ ਕਹਿ ਸਕਦੇ ਆ ਕਿਉਂਕਿ ਅਸੀਂ ਪਿੰਡ ਮੇਂ ਜਾਂ ਗ੍ਰੈਜੂਏਸ਼ਨ ਤੱਕ ਤਾਂ ਪੜ੍ਹੇ ਨਹੀਂ ਅਸੀਂ ਸਿਰਫ ਚੰਡੀਗੜਾ ਆ ਕੇ ਪੜ੍ਹੇ ਆ ਔਰ ਉਸ ਤੋਂ ਬਾਅਦ 4-5 ਸਾਲ ਹੀ ਪੜ੍ਹੇ ਬਟ ਅਸੀਂ ਕਿਉਂਕਿ ਰਾਈਟਿੰਗ ਸਕਿੱਲ ਪੇ ਅਸੀਂ ਬਹੁਤ ਫੋਕਸ ਕਰਦੇ ਸੀ ਕਿ ਰਾਈਟਿੰਗ ਸਕਿੱਲ ਚੰਗੀ ਸੀਗੀ ਪ੍ਰੈਜੈਂਟੇਸ਼ਨ ਚੰਗੀ ਸੀਗੀ ਕਿ ਕਿਸਮਤ ਚੰਗੀ ਸੀਗੀ ਇਹ ਨਹੀਂ ਹੈ ਕਿ ਬਈ ਅਸੀਂ ਜਿਆਦਾ ਬ੍ਰਿਲੈਂਟ ਸੀਗੇ ਸਾਡੇ ਤੋਂ ਵੀ ਬਹੁਤ ਚੰਗੇ-ਚੰਗੇ ਸੀਗੇ ਰਹਿ ਜਾਂਦੇ ਆ ਕਈ ਵਾਰ ਕਈ ਵਾਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਾਡੇ ਤੇ ਹੋ ਗਈ ਤੇ ਅਸੀਂ ਨਿਕਲ ਦੇਖ ਰਹੇ ਤੁਸੀਂ ਕੁਲਦੀਪ ਸਿੰਘ ਚਾਲ ਤੁਸੀਂ ਇੱਕ ਜੋਗੀ ਪੀਰ ਨੇ ਉੱਤੇ ਉਹ ਤੇ ਨਹੀਂ ਅਸੀਂ ਅਸੀਂ ਮੰਨਦੇ ਮੱਥਾ ਟੇਕਦੇ ਹਾਂ ਉਹ ਹੀ ਮਤਲਬ ਜੋ ਸਾਡੇ ਮੈਂ ਸੋਚਣ ਦੀ ਮੈਂ ਸਮਝੀ ਕੋਸ਼ਿਸ਼ ਕਰ ਰਹੇ ਕਿ ਉਹੀ ਪੰਜਾਬ ਵਾਲੀ ਮੰਨ ਲਓ ਨਹੀਂ ਨਹੀਂ ਬਿਲਕੁਲ ਉਹ ਇੱਕ ਹੀ ਹੈ ਜੀ ਸਾਰੀ ਉਹ ਕਲੈਨ ਸਾਡੀ ਜਿਹੜੇ ਜੋਗੀ ਪੀਰ ਉਹਨਾਂ ਦੇ ਵੱਲ ਮਤਲਬ ਮੇਰੇ ਘਰ ਵਾਲੇ ਜਾਂਦੇ ਆ ਮੱਥਾ ਟੇਕਦੇ ਆ ਅਸੀਂ ਮੰਨਦੇ ਆ ਬਿਲਕੁਲ ਬਿਲਕੁਲ ਇੱਕ ਲਾਸਟ ਦੇ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੂੰ ਯੂਥ ਆਪਣੀ એનર્ਜੀ ਕੇ ਮੇਚ ਐਨਲਾਈਜ਼ ਕਰੇ ਕਿਵੇਂ ਆ ਬੁਰੀਆਂ ਕਿਉਂਕਿ ਬਹੁਤ ਕੁਝ ਗਲੋਰੀਫਾਈ ਕਰ ਰਿਹਾ ਉਹਦੇ ਵਿੱਚ ਚੰਗਾ ਦੇਖਣਾ ਇੱਕ ਉਹ ਵੀ ਟਾਸਕ ਆਪਣੇ ਆਪ ਦੇ ਵਿੱਚ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਮੈਂ ਯੂਥ ਨੂੰ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਲਾਈਫ ਮੇਂ ਸ਼ਾਰਟਕਟ ਕੁਛ ਨਹੀਂ ਹੁੰਦਾ ਔਰ ਮਿਹਨਤ ਦੇ ਬਲ ਤੇ ਤੁਸੀਂ ਕਿੱਥੇ ਤੇ ਕਿੱਥੇ ਜਾ ਸਕਦੇ ਹੋ ਔਰ ਜੇ ਤੁਹਾਡੀ ਸੰਗਤ ਬੁਰੀ ਹੈ ਜਾਂ ਤੁਸੀਂ ਕੋਈ ਸ਼ਾਰਟਕਟ ਜਾਂ ਕੋਈ ਇਹੋ ਜਿਹਾ ਕੋਈ ਸੋਲੂਸ਼ਨ ਨਹੀਂ ਹੁੰਦਾ ਸ਼ਾਰਟਕਟ ਮਤਲਬ ਸਫਲਤਾ ਦਾ ਸ਼ਾਰਟਕਟ ਕੋਈ ਤਰੀਕਾ ਨਹੀਂ ਹੁੰਦਾ ਕੋਈ ਵੀ ਤੁਸੀਂ ਇਹੋ ਜਿਹੀ ਚੀਜ਼ਾਂ 'ਚ ਨਹੀਂ ਉਲਝਣਾ ਚਾਹੀਦਾ ਤੁਸੀਂ ਚੰਗੇ ਐਗਜ਼ਾਮਪਲ ਸੈੱਟ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਤੇ ਮੈਂ ਗਾਰੰਟੀ ਦੇ ਸਕਦਾ ਕਿ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਸਾਡੇ ਵਰਗੇ ਅਜਿਹੇ ਆਪੀਸ ਬਣ ਸਕਦੇ ਆ ਅਸੀਂ ਆਪਣੇ ਆਪ ਨੂੰ ਬਹੁਤ ਥੱਲੇ ਉਹ ਮੰਨਦੇ ਆ ਕਿ ਜੀ ਸਾਡੇ ਬੰਦੇ ਬਣ ਸਕਦੇ ਤੋ ਅੱਜ ਦੀ ਡੇਟ ਮੇ ਤੋ ਕਮਿਊਨੀਕੇਸ਼ਨ ਦੀ ਨਾ ਫਾਸਟ ਹੈ ਸਿੱਖਣ ਦੀ ਬਹੁਤ सी ਚੀਜ਼ਾਂ इजीली ਤੁਹਾਡੇ ਕੋਲੇ ਅਵੇਲੇਬਲ ਹੈ ਔਰ ਬਹੁਤ सी ਚੀਜ਼ਾਂ ਕੋਸਟਲੀ ਨਹੀਂ ਹੈਗੀ ਮੈਂ ਫ੍ਰੈਂਕਲੀ ਸਪੀਕਿੰਗ ਸੇ ਤੁਹਾਨੂੰ ਆਨਲਾਈਨ ਬਹੁਤ ਚੀਜ਼ਾਂ ਮਿਲ ਜਾਂਦੀ ਔਰ ਇੰਟਰਨੈਟ ਤੁਹਾਡੇ ਕੋਲੇ ਅਵੇਲੇਬਲ ਹੈ ਜੇ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰੋ ਉਹਨੂੰ ਤੁਸੀਂ ਪੋਜੀਟਿਵ ਵੇ ਮੇ ਯੂਜ਼ ਕਰੋ ਤੇ ਤੁਸੀਂ इजीली ਮਤਲਬ ਸਫਲਤਾ ਤੁਹਾਡੇ ਹੋ ਸਕਦੀ ਔਰ ਤੁਸੀਂ ਸਪੈਸ਼ਲੀ ਮੈਂ ਕਹੂੰਗਾ ਤੁਸੀਂ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਤੁਹਾਡੇ ਮਾਪੇ ਨੂੰ ਤੁਹਾਡੇ ਤੇ ਮਤਲਬ ਇਹ ਲਗੇ ਉਹਨਾਂ ਨੂੰ ਕੋਈ ਸਰਜੂਕੇ ਜਾਂ ਕੋਈ इवन ਸਮਾਜ ਨੂੰ ਇਹੋ ਜਿਹਾ ਕੰਮ ਕਰੋ ਤੇ ਉਹਨਾਂ ਨੂੰ ਫਕਰ ਹੋਏ ਕਿ ਇਹ ਸਾਡਾ ਮੁੰਡਾ ਹੈਗਾ ਇਹ ਸਾਡਾ ਮੁੰਡਾ ਹੈਗਾ ਤੇ ਇਹ ਤੁਹਾਡੇ ਤੁਹਾਡੇ ਜਿਹੜੇ ਤੁਹਾਡੀ ਸੰਗਤ ਹੈ ਤੁਹਾਡੀ ਜੀ ਨੀਅਤ ਹੈ ਤੁਹਾਡਾ ਜੋ ਹੈ ਨਾ ਉਹਦੇ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਤਾਂ ਮੈਂ ਇਹ ਨਹੀਂ ਰਿਕੁਐਸਟ ਕਰੂੰਗਾ ਕਿ ਸਹੀ ਤਰੀਕੇ ਨਾਲ ਸਹੀ ਡਾਇਰੈਕਸ਼ਨ ਵਿੱਚ ਕੰਮ ਕਰੋ ਔਰ ਲਾਈਫ ਉਹ ਇੱਕ ਡਿਸਪਲਿਨ ਲਾਈਫ ਵਿੱਚ ਲੈ ਕੇ ਆਣਾ ਚਾਹੀਦਾ ਉਸ ਡਿਸਪਲਿਨ ਕਿਉਂਕਿ ਡਿਸਪਲਿਨ ਬਹੁਤ ਮੈਟਰ ਕਰਦਾ ਹੈ ਤੁਹਾਡਾ ਉੱਠਣ ਤੋਂ ਲੈ ਕੇ ਤੁਹਾਡਾ ਸੌਣ ਤੋਂ ਲੈ ਕੇ ਤੁਹਾਡਾ ਜੋ ਡਿਸਪਲਿਨ ਹੈ ਉਹ ਬਹੁਤ ਕੁਝ ਤੁਹਾਡੇ ਤੁਹਾਡੀ ਜਰਨੀ ਡਿਸਾਈਡ ਕਰਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜੀ ਤਾਂ ਇਸ ਹਨ ਸਾਡੇ ਨਾਲ ਕੁਲਦੀਪ ਚਾਲ ਜੋ ਕਿ ਲੁਧਿਆਣਾ ਬਤੌਰ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਨੇ ਬਹੁਤ ਸੋਹਣੀ ਮੁਲਾਕਾਤ ਜਿਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਦੀ ਕੈਰੀਅਰ ਬਾਰੇ ਉਹਨਾਂ ਦੀ ਜਰਨੀ ਬਾਰੇ ਤੇ ਉਹਨਾਂ ਦੇ ਖੁਦ ਦੇ ਵਿਅਕਤੀਤਵ ਬਾਰੇ ਕੀਤੀਆਂ ਹੋਪ ਹੈ ਕੇ ਬਹੁਤ ਸਾਰੀ ਯੂਥ ਨੂੰ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿਹਾ ਡਿਆ ਕਿ ਯੂਥ ਬਹੁਤ ਜ਼ਿਆਦਾ ਫੋਲੋ ਵੀ ਕਰਦੀ ਹੈ ਤੇ ਇੱਕ ਆਈਕਨ ਵੀ ਨੇ ਕੁਲਦੀਪ ਚਾਲਹੋਣੀ ਤਾਂ ਇਹ ਸੁਣ ਕੇ ਬਹੁਤ ਜ਼ਿਆਦਾ ਮੋਟੀਵੇਟ ਵੀ ਹੋਣਗੇ ਤੇ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਗਲਤ ਕੰਮਾਂ ਦੇ ਵਿੱਚ ਜਾਣ ਦੀ ਬਜਾਏ ਰੈਦਰ ਦੈਨ ਤੁਸੀਂ ਗੈਂਗਸਟਰイズਮ ਜਾਂ ਕੋਈ ਹੋਰ ਬੁਰੀਆਂ ਲਾਹਤਾਂ ਵੱਲ ਜਾਣ ਦੇ ਬਜਾਏ ਤੁਸੀਂ ਚੰਗੇ ਰਾਹ ਤੇ ਜਾ ਕੇ ਵੀ ਤੁਸੀਂ ਬਹੁਤ ਕੁਝ ਕਮਾ ਸਕਦੇ ਹੋ ਬਹੁਤ ਕੁਝ ਬਣ ਸਕਦੇ ਹੋ ਤੇ ਆਪਣੀ એનર્ਜੀ ਨੂੰ ਸਹੀ ਥਾਂ ਦੇ ਉੱਪਰ ਚੈਨਲਾਈਜ਼ ਕਰਨ ਦੀ ਬਹੁਤ ਲੋੜ ਹੈ ਕੈਨੋ ਪਰਸਨ ਵਿਕਰਮ ਤੇ ਜੀਤ ਨਾਲ ਮਨਦੀਪ ਜੋਤ